7ਵੀਂ ਤੱਕ ਤਾਂ ਹੁੰਦਾ ਡਾਕਟਰ ਬਣਾਂਗੇ ਮੈਂ ਸਾਇੰਟਿਸਟ ਬਣੂੰਗਾ ਮੈਂ ਇਸਰੋ ਚ ਜਾਊਂਗਾ ਮੈਂ ਹੂੰਗਾ ਪਰ ਜਦੋਂ 10ਵੀਂ ਦਾ ਸਰਟੀਫਿਕੇਟ ਦੇ ਕੇ ਤਾਂ ਯਕੀਨ ਆ ਜਾਂਦਾ ਕਿ ਮਿੱਤਰਾ ਕੋਈ ਸਰਕਾਰੀ ਨੌਕਰੀ ਹੋ ਕਰਨੀ ਪੈਣੀ ਆ ਤੂੰ ਰਹਿਣ ਦੇ ਤੂੰ ਡਾਕਟਰ ਵਾਲਾ ਹੈ ਨਹੀਂ ਸੌਫਟਵੇਅਰ ਤੇਰੇ ਚ ਤੂੰ ਇੰਜੀਨੀਅਰ ਵਾਲਾ ਹੈ ਨਹੀਂ ਤੂੰ ਆਪਣੇ ਕੋਈ ਸਰਕਾਰੀ ਨੌਕਰੀ ਕੋਈ ਪੁਲਿਸ ਦੀ ਹੋਊਗੀ ਕੁਛ ਕੋਈ ਐਦਾਂ ਦੀ ਵੀ ਕੁਛ ਕਰਨੀ ਪੈਣੀ ਹੈ ਭਾਈ ਮੈਂ ਜਿੰਨੇ ਕੰਮ ਕੀਤੇ ਨੇ ਨਾ ਮੈਂ ਮਿਹਣਿਆਂ ਤੋਂ ਬਹੁਤ ਕੀਤੇ ਨੇ ਅੱਛਾ ਬਹੁਤ ਕੀਤੇ ਨੇ ਮੈਂ ਜਿਹੜੇ ਨੇ ਮੈਨੂੰ ਮਿਹਣਾ ਮਾਰਿਆ ਤਾਂ ਉਹ ਮੈਂ ਬੰਦਾ ਝੂਠਾ ਪਾਇਆ ਮੈਨੂੰ ਕਹਿੰਦਾ ਮਹਾ ਯਾਰ ਦੇਖਦੇ ਆ ਆਈਲੈਂਡਸ ਕਰਾਂਗੇ ਹੂੰ ਮੇਰਾ ਯਾਰ ਮਤਰ ਮੈਨੂੰ ਕਹਿੰਦਾ ਲਾ ਤੂੰ ਕਰ ਲੇਗਾ ਆਈਲੈਂਡਸ ਐਡਾ ਤੂੰ ਵੱਡਾ ਗਰੇਜ ਅੱਛਾ ਮਹਾ ਅੱਛਾ ਆ ਗੱਲਾਂ ਹੋ ਗਈਆਂ ਮੈਂ ਹੁਣ ਕਰੂਗਾ ਹੂੰ ਆਈਲੈਂਡਸ ਕਰਨ ਲੱਗ ਗਏ ਚਲੋ ਉਸ ਟਾਈਮ ਦੇ ਹਿਸਾਬ ਨਾਲ ਜਿੰਨੀ ਰਿਕੁਆਇਰਮੈਂਟ ਸੀ ਆ ਗਈ ਤੇਰਾ ਨਹੀਂ ਵੀਜ਼ਾ ਬੁਝਾ ਲੱਗਦਾ ਅੱਛਾ ਤੇਰੇ ਵਰਗੇ ਯਾਰ ਵੀਜ਼ੇ ਲੱਗਣ ਲੱਗ ਗਏ ਯਾਰ ਤੂੰ ਤਾਂ ਫਿਰ ਸਰ ਗਿਆ ਯਾਰ ਕੰਮ ਆਈ ਲਾਰਸਕੀਤੀ ਬੈਂਡ ਆਏ ਵੀਜ਼ਾ ਲਾਇਆ ਹੋਰ ਦਾ ਦੱਸ ਦੇਣ ਚਾਹੁੰਦਾ ਵੀਜ਼ਾ ਮੇਰਾ 5 ਮਹੀਨਿਆਂ ਨਾਲ ਆ ਗਿਆ ਸੀ ਅੱਛਾ ਕ੍ਰੇਜ਼ ਸੀਗਾ ਬਾਹਰ ਚਲੇ ਗਏ ਫੜ ਕੇ ਬਿਲਕੁਲ ਤੇ ਉੱਥੇ ਜਾ ਕੇ ਮੈਂ ਘਰ ਦੇਆਂ ਤੋਂ ਪਹਿਲਾਂ ਫੋਨ ਉਸ ਮੁੰਡੇ ਨੂੰ ਕੀਤਾ ਅੱਛਾ ਮੈਂ ਕਿਹਾ ਬੈਠਾ ਹਾਂ ਹਾਂ ਮੈਂ ਕਿਹਾ ਬੈਠਾ ਮੈਂ ਹੁਣ ਯਾਦ ਰੱਖੇ ਤੇ ਉੱਥੇ ਜਾ ਕੇ ਸੀ ਪੀਆਰ ਹੋਊਗੀ ਉੱਥੇ ਸਿਟੀਜ਼ਨ ਹੋਵਾਂਗੇ ਘਰ ਦੇ ਲੈ ਜਾਾਂਗੇ ਉੱਥੀ ਆਪਣੀ ਲਾਈਫ ਸੈੱਟ ਕਰਾਂਗੇ ਪਰ ਰਾਜਦੀਪ ਬਾਈ ਸੱਚ ਜਾਣਿਓ ਮੈਂ ਆਪਣੀ ਜ਼ਿੰਦਗੀ ਦਾ ਸਭ ਤੋਂ ਬੇਵਕੂਫੀ ਵਾਲਾ ਡਿਸੀਜਨ ਜੇ ਮੰਨਦਾ ਨਾ ਕਿਤੇ ਤਾਂ ਬਾਹਰ ਜਾਣਾ। ਨਾਮ ਦੁਕਾਨਾਂ ਤੇ ਨਿਊਜ਼ੀਲੈਂਡ ਦੇ ਵਿੱਚ ਜੇ ਕੋਈ ਇਹ ਸੱਜਣ ਇਹ ਪ੍ਰੋਗਰਾਮ ਦੇਖਿਓ ਦੱਸ ਸਕਦਾ ਕਿ ਦੁਕਾਨਾਂ ਦੇ ਉੱਪਰ ਆਮ ਲਾਇਸੈਂਸ ਦੇ ਉੱਪਰ ਚਿੱਟਾ ਮਿਲਦਾ। ਅੱਛਾ ਜਿਵੇਂ ਟੌਫੀਆਂ ਵਿਕਦੀਆਂ ਜਿਵੇਂ ਟੌਫੀਆਂ ਵਿਕਦੀਆਂ ਨੇ ਉਹ ਚਿੱਟਾ ਵੀ ਐਦਾਂ ਤਿੰਨ ਚਾਰ ਲਾਈਨਾਂ ਐ ਕਰਕੇ ਲਾ ਦੇਣੀਆਂ ਨੇ। ਅੱਛਾ ਇਹ ਘੱਟ ਪਾਵਰ ਵਾਲਾ ਇਹ ਮਿਡਲ ਇਹ ਹਾਈ ਇਹ ਓਵਰ ਇਹ ਐਦਾਂ ਤੇ 18 18 ਸਾਲ ਦੇ ਗਏ ਹੋ ਹੁੰਦੇ ਨੇ 25 30 ਲੱਖ ਰੁਪਏ ਘਰਦਿਆਂ ਨੇ ਲਾਇਆ ਹੋ ਹੁੰਦਾ ਫੀਸ ਫੀਸਾਂ ਵਗੈਰਾ ਭਰੀਆਂ ਹੁੰਦੇ ਨੇ ਫਿਕਰ ਕੋਈ ਹੁੰਦੀ ਨਹੀਂ ਇੱਕ ਵੱਡੀ ਜੀ ਸਪੋਰਟਸ ਗੱਡੀ ਹੋਵੇ ਤੇ ਇੱਕ ਕੁੜੀ ਨਾਲ ਬੈਠੀ ਹੋਵੇ ਉਹਦੇ ਨਾਲ ਬਾਹਾਂ ਚ ਬਾਹਾਂ ਐ ਕਰਕੇ ਪਾਈਆਂ ਵੀ ਆ ਹੋਣ ਤੇ ਉਹ ਗੋਰੀ ਹੋਵੇ ਤਾਂ ਹੋਰ ਉਹ ਸੈਲਫੀ ਲੈ ਕੇ ਪਿੰਡ ਔਰ ਯਾਰਾਂ ਦੋਸਤਾਂ ਨੂੰ ਵੀ ਲੈ ਅਪਲੋਡ ਕਰਨੀ ਉਹ ਜਿਵੇਂ ਉਹ ਇੱਕ ਫਿਲਮ ਦਾ ਡਾਇਲੋਗ ਆ ਲੱਗ ਗਿਆ ਗੁੱਡੇ ਲੈਣ ਜਾਂਦਾ ਹੀ ਵੀ ਅਪਲੋਡ ਕਰਨੀ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਹਨਾ ਇੱਕ ਗੱਲ ਕਹਿਣਾ ਹੁੰਦਾ ਕਿ ਮੈਂ ਰੱਬ ਦੇ ਫੈਸਲੇ ਨੂੰ ਚੈਲੰਜ ਕਰ ਸਕਦਾ ਮੈਂ ਰੱਬ ਦੇ ਨਾਲ ਲੜ ਸਕਦਾ ਪਰ ਮੇਰੀ ਮਾਂ ਦਾ ਦਿਲ ਮੈਂ ਤੋੜ ਨਹੀਂ ਸਕਦਾ ਅੱਜ ਵੀ ਜੇ ਮੇਰੀ ਮਾਂ ਨੇ ਦਿਨ ਨੂੰ ਕਹਤਾ ਕਿ ਰਾਤ ਆ ਤਾ ਮੇਰੇ ਲਈ ਰੱਖ ਤਾ ਬੜਾ ਰੋਇਆ ਮੈਂ ਇੱਥੇ ਤੱਕ ਵੀ ਕਹਤਾ ਸੀ ਕਿ ਰੱਬ ਹੈ ਨਹੀਂ ਮੈਂ ਸਦਾ ਕਹਤਾ ਸੀ ਮੈਂ ਮੈਂ ਕਰਦਿਆਂ ਨੂੰ ਕਹਤਾ ਸੀ ਕਿ ਤੁਸੀਂ ਕਹੀ ਜਨ ਰੱਬਾ ਦਿਖਾਓ ਮੈਨੂੰ ਕਿੱਥੇ ਨਹੀਂ ਹੈਗਾ ਰੱਬ ਜਿਹੜੇ ਰੱਬ ਨੇ ਮੈਨੂੰ ਪਹਿਲਾਂ ਇੰਨੀਆਂ ਮੁਸ਼ਕਲਾਂ ਭਰ ਬਚਪਨ ਤੋਂ ਦਿਖਾਈਆਂ ਜਿਹਨੂੰ ਮੈਂ ਬਾਹਰ ਚਲੇ ਗਿਆ ਹੋਰ ਇੰਨੀਆਂ ਨੌਕਰੀਆਂ ਦੇ ਮੈਂ ਫਾਰਮ ਭਰੇ ਯਾਰ ਮੇਰੇ ਲਈ ਕੁਝ ਵੀ ਨਹੀਂ ਮੇਰੇ ਲਈ ਕੁਝ ਵੀ ਨਹੀਂ ਮੈਂ ਕੀ ਬੁਰਾ ਕਰਤਾ ਰੱਬ ਦਾ ਇਸ ਕਰਕੇ ਮੈਂ ਠੋਕ ਕੇ ਕਹਿ ਰਿਹਾ ਰੱਬ ਹੈ ਮਜ਼ਾਕ ਦਾ ਪਾਤਰ ਵੀ ਬਣਿਆ ਤੂੰ ਅੱਜ ਤੱਕ ਤੇ ਜਾਏਗਾ ਤੂੰ ਫਲਾਣੇ ਤੇ ਜਾਏਗਾ ਤੂੰ ਇਹ ਜਾਏਗਾ ਜਿਹੜੇ ਬੰਦੇ ਮਜ਼ਾਕ ਬਣਾਉਂਦੇ ਸੀ ਜਿਹੜੇ ਕਹਿੰਦੇ ਸੀ ਤੇਰਾ ਪੱਤਰਕਾਰੀ ਚ ਕੁਝ ਨਹੀਂ ਬਣਨਾ ਤੇਰਾ ਕੋਈ ਕੋਰਸ ਨਹੀਂ ਆ ਤੇਰੀ ਕੋਈ ਡਿਗਰੀ ਨਹੀਂ ਆ ਤੇਰਾ ਕੋਈ ਕੁਝ ਨਹੀਂ ਆ ਅੱਜ ਉਹ ਹੀ ਜਦੋਂ ਕਿਤੇ ਵੀਡੀਓ ਵਾਇਰਲ ਹੁੰਦੀ ਹੈ ਗੁਰੂ ਮਹਾਰਾਜ ਦੀ ਕਿਰਪਾ ਨਾਲ ਲੋਕ ਦੇਖਦੇ ਨੇ ਉਹਨਾਂ ਦਾ ਕੋਈ ਰਿਸ਼ਤੇਦਾਰ ਉਹਨਾਂ ਦੇ ਸਾਹਮਣੇ ਦੇਖ ਲਵੇ ਉਹ ਹੀ ਉਹਨਾਂ ਨੂੰ ਕਹਿੰਦੇ ਨੇ ਯਾਰ ਸਾਡੇ ਨਾਲੇ ਕ੍ਰਿਕਟ ਖੇਡਦਾ ਰਿਹਾ ਏ ਸਾਡੀ ਪਿੰਡ ਦਾ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਤਾਂ ਇਹ ਕਾਮਨ ਮੈਨ ਦਾ ਦੂਜਾ ਐਪੀਸੋਡ ਲੈ ਕੇ ਤੁਹਾਡੇ ਫਿਰ ਉਰੂ ਉਬ ਹੋਣ ਜਾ ਰਹੇ ਹਾਂ ਤਾਂ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਇੱਕ ਬੇਹੱਦ ਹੀ ਖਾਸ ਸ਼ਖਸੀਅਤ ਮੌਜੂਦ ਨੇ ਉਹ ਨੌਜਵਾਨ ਜਿਸ ਨੌਜਵਾਨ ਨੇ ਛੋਟੀ ਉਮਰੇ ਇੱਕ ਡਿਸੀਜਨ ਲਿਆ ਇੱਕ ਫੈਸਲਾ ਲਿਆ ਤੇ ਉਸ ਫੈਸਲੇ ਦੇ ਜਰੀਏ ਅੱਜ ਉਸ ਨੂੰ ਪੂਰੀ ਪੰਜਾਬ ਦੇ ਵਿੱਚ ਗੱਲ ਕਰੀਏ ਜਾਂ ਦੁਨੀਆ ਦੇ ਵਿੱਚ ਗੱਲ ਕਰੀਏ ਪੰਜਾਬ ਤੋਂ ਬਾਹਰ ਜਿੰਨੇ ਵੀ ਬੈਠੇ ਪੰਜਾਬੀ ਨੇ ਬਹੁਤ ਸਾਰੇ ਲੋਕ ਉਸ ਨੂੰ ਜਾਣਦੇ ਆ ਇਹ ਨੌਜਵਾਨ ਨੇ ਲੰਬਾ ਸਮਾਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਵੀ ਜਿਹੜਾ ਆਪਣਾ ਯੋਗਦਾਨ ਰੱਖਿਆ ਅਤੇ ਪੱਤਰਕਾਰੀ ਦੇ ਖੇਤਰ ਦੇ ਵਿੱਚ ਕਾਫੀ ਜ਼ਿਆਦਾ ਆਪਣਾ ਨਾਮ ਬਣਾਉਂਦਾ ਹੋਇਆ ਨਜ਼ਰ ਆ ਰਿਹਾ ਗੱਲਬਾਤ ਕਰਾਂਗੇ ਉਹਨਾਂ ਦੀ ਨਿੱਜੀ ਜ਼ਿੰਦਗੀ ਦੇ ਬਾਰੇ ਬੜੇ ਉਤਰਾ ਚੜਾਅ ਹੈ ਕਿਉਂਕਿ ਮੈਂ ਉਹਨਾਂ ਨੂੰ ਨਜ਼ਦੀਕੀ ਤੋਂ ਜਾਣਦਾਗਾ ਤਾਂ ਸੋਚਿਆ ਵੀ ਤੁਹਾਡੇ ਨਾਲ ਵੀ ਇਹ ਗੱਲਾਂ ਜ਼ਰੂਰ ਸਾਂਝੀਆਂ ਕੀਤੀਆਂ ਜਾਣ ਸਵਾਗਤ ਕਰਦੇ ਹਾਂ ਸੰਸਾਰ ਬਾਈ ਕੀ ਹਾਲ ਚਾਲ ਬਹੁਤ ਵਧੀਆ ਬਾਈ ਬਹੁਤ ਬਹੁਤ ਸ਼ੁਕਰੀਆ ਕਿ ਆਪਣੀ ਜ਼ਿੰਦਗੀ ਦੇ ਉਹ ਕੌੜੇ ਉਹ ਇਕੱਠੇ ਮਿੱਠੇ ਉਹ ਹਾਸਾ ਉਹ ਰੋਣਾ ਦੁਬਾਰਾ ਇੱਕ ਵਾਰੀ ਯਾਦ ਕਰਨ ਦਾ ਮੌਕਾ ਮਿਲਿਆ ਜਿਹੜਾ ਕਿਤੇ ਨਾ ਕਿਤੇ ਹੰਡਾ ਕੇ ਜਿਨੇ ਹੌਸਲਾ ਤੋੜਨ ਦੀ ਕੋਸ਼ਿਸ਼ ਕੀਤੀ ਜਿਨੇ ਕਦੇ ਡੇਗਣ ਦੀ ਕੋਸ਼ਿਸ਼ ਕੀਤੀ ਪਰ ਕਹਿੰਦੇ ਨੇ ਕਿ ਮੇਰਾ ਵਹਿਗੁਰੂ ਮੇਰਾ ਮਹਾਰਾਜ ਮੇਰਾ ਗੁਰੂ ਬਹੁਤ ਵੱਡਾ ਸੀ ਜਿਨੇ ਪਤਾ ਨਹੀਂ ਗਿਰਨ ਨਹੀਂ ਦਿੱਤਾ ਹੌਸਲਾ ਹੀ ਇਹਨਾਂ ਦੇ ਤੱਕੇ ਉਹ ਬਹੁਤ ਛੋਟੀਆਂ ਚੀਜ਼ਾਂ ਲੱਗੀਆਂ ਉਹ ਮੁਸ਼ਕਲਾਂ ਜਿਹੜੀਆਂ ਅੱਛਾ ਸੰਸਾਰ ਜਦੋਂ ਛੋਟੇ ਹੁੰਨੇ ਆ ਕਹਿੰਦੇ ਹਨਾ ਉਹ 200 ਮੰਦੇ ਵਿੱਚ ਖਿਆਲ ਹੋਰ ਹੁੰਦੇ ਆ ਉਦੋਂ ਬੱਚਾ ਸੋਚਦਾ ਵੀ ਮੈਂ ਕੁਝ ਹੋਰ ਬਾਨਾ ਥੋੜੀ ਹੋੜੀ ਜਿਵੇਂ ਸਟੂਡਿਓ ਲਾਈਫ ਚ ਜਾਂਦਾ ਉਦੋਂ ਕਹਿੰਦਾ ਹੋਰ ਬਾਨਾ ਕਾਲਜ ਲਾਈਫ ਚ ਜਾ ਕੇ ਕੁਝ ਹੋਰ ਹੋ ਜਾਂਦਾ ਕਾਲਜ ਤੋਂ ਬਾਹਰ ਨਿਕਲ ਕੇ ਕੁਝ ਹੋਰ ਹੋ ਜਾਂਦਾ ਉਹ ਪਰਸੈਂਟੇਜ ਦੇ ਹਿਸਾਬ ਨਾਲ ਹੋਈ ਜਾਂਦਾ ਨਾ ਕਿ ਪਹਿਲਾਂ ਡਾਕਟਰ ਬਣਨਾ ਫੇਰ ਪੁੱਛਦੇ ਅੱਗੇ ਕਲਰਕ ਦੀਆਂ ਪੋਸਟਾਂ ਨਿਕਲੀਆਂ ਤਾਂ ਜਿੰਦਗੀ ਕਿਵੇਂ ਦੀ ਸੀਗੀ ਅੱਜ ਸ਼ੁਰੂ ਤੋਂ ਕਹਾਣੀ ਆਪਾਂ ਕਰਾਂ ਬਾਈ ਜਨਮ 1993 ਦੇ ਵਿੱਚ ਇੱਕ ਛੋਟੇ ਜਿਹੇ ਪਿੰਡ 'ਚ ਹੁੰਦਾ ਜਿਹੜਾ ਫਤੇਗੜ ਸਾਹਿਬ ਦੇ ਆਮ ਮੀਡਲ ਕਲਾਸ ਫੈਮਿਲੀ ਸੀ ਜਿਵੇਂ ਪਰਿਵਾਰ ਚ ਹੁੰਦਾ ਚਾਚੇ ਤਾਏ ਪੂਆ ਦਾਦਾ ਦਾਦੀ ਸਾਰੇ ਹਨ ਜੋਇੰਟ ਫੈਮਿਲੀ ਸੀ ਚਲੋ ਗੁਰੂ ਮਹਾਰਾਜ ਦੀ ਇੰਨੀ ਕੀ ਕਿਰਪਾ ਸੀ ਕਿ ਫਾਦਰ ਸਾਹਿਬ ਜਿਹੜੇ ਨੇ ਸਰਕਾਰੀ ਜੋਬ ਦੇ ਵਿੱਚ ਸੀ ਫਾਦਰ ਸਾਹਿਬ ਪੁਲਿਸ ਦੇ ਵਿੱਚ ਸੀ ਪਰ ਕਹਿੰਦੇ ਨੇ ਕਿ ਮੁਸ਼ਕਲਾਂ ਨਾ ਕਿਸੇ ਬੰਦੇ ਦੇ ਬਾਦ ਜੀ ਪੈ ਜਾਂਦੀਆਂ ਨੇ ਹਨਾ ਜਨਮ ਤੋਂ ਹੀ ਬਾਦ ਪੈ ਜਾਂਦੀਆਂ ਜਨਮ ਹੁੰਦਾ ਇੱਕ ਤਾਂ ਹੁਣ ਵੀ ਤੁਸੀਂ ਸਿਹਤ ਦੇਖ ਕੇ ਅੰਦਾਜ਼ਾ ਲਾਏ ਸਕਦੇ ਹੋ ਕਿ ਕਮਜ਼ੋਰ ਜਾਂ ਹਨ ਵੀਕ ਜਾਂ ਜਿਆਦਾ ਹਨਾ ਬਿਮਾਰ ਰਹਿਣ ਵਾਲਾ ਬੰਦਾ ਵੀਕ ਦਿਨ ਦਾ ਹੁੰਨਾ ਮੈਡੀਕਲੀ ਐਸਾ ਕੋ ਜੋ ਘਟਨਾ ਹੁੰਦੀ ਆ ਡਾਕਟਰਾਂ ਨੂੰ ਹਨਾ ਕਹਿੰਦੇ ਨੇ ਕਿ ਵੀਕ ਆ ਇਹ ਇਸ ਜਗ੍ਹਾ ਦੇ ਵਿੱਚ ਕੁਝ ਹੁੰਦਾ ਕੋਈ ਪਾਣੀ ਦੀ ਗੱਠ ਜੀ ਜਿਵੇਂ ਕਹਿ ਦੰਨੇ ਆ ਜਾਂ ਨਾਟ ਰਸੌਲੀ ਪਰ ਉਹ ਕੁਝ ਹੁੰਦਾ ਹੈ ਨਾ ਉਹਦਾ ਆਪਰੇਟ ਕਰਨ ਦੀ ਨੋਟ ਆਉਂਦੀ ਆ ਅੱਛਾ ਕਿ ਆਪਰੇਟ ਡਾਕਟਰ ਕਹਿੰਦੇ ਨੇ ਕਿ ਆਪਰੇਟ ਕਰਨਾ ਪਊਗਾ ਤੇ ਦਾਦਾ ਜੀ ਹੁਣ ਕਹ ਲੋ ਕਿ ਚਾਚਾ ਜੀ ਦਾ ਉਸ ਟਾਈਮ ਵਿਆਹ ਨਹੀਂ ਹੋਇਆ ਹੁੰਦਾ ਰੈਡੀ ਦਾ ਵਿਆਹ ਹੋਇਆ ਹੁੰਦਾ ਤਾਂ ਇੱਕ ਅਲੱਗ ਨਵੇਂ ਬੱਚੇ ਦਾ ਇੱਕ ਅਲੱਗ ਜਾ ਚੌ ਸੀ ਹਨਾ ਲੱਗ ਜੀ ਖੁਸ਼ੀ ਸੀ ਕਿੱਥੇ ਤੱਕ ਖੁਸ਼ੀਆਂ ਮਨਾਉਣੀਆਂ ਸੀ ਕਿੱਥੇ ਉਹਦੇ ਪਰਿਵਾਰ ਨੂੰ ਬਿਲਕੁਲ ਬਿਲਕੁਲ ਹਨਾ ਤੇ ਦਾਦਾ ਜੀ ਕਹਿੰਦੇ ਨੇ ਡਾਕਟਰ ਨੂੰ ਕਿ ਕੁਝ ਹੋ ਜਵੇ ਹੂੰ ਇਸ ਬੱਚੇ ਨੂੰ ਕੁਝ ਨਹੀਂ ਹੋਣਾ ਚਾਹੀਦਾ ਹੂੰ ਨਹੀਂ ਫਿਰ ਤੇਰਾ ਇਹ ਹਸਪੀਟਲ ਨਹੀਂ ਰਹੇਗਾ ਦਾਦਾ ਜੀ ਦੇ ਇਹ ਸ਼ਬਦ ਸੀ ਹੂੰ ਲਾਡਲਾ ਸੀ ਛੋਟਾ ਸੀ ਹਨਾ ਤਾਂ 20 ਦਿਨ ਦੀ ਉਮਰ ਦੇ ਵਿੱਚ ਇਹ ઓਪਰੇਟ ਹੁੰਦਾ ਤਾਂ ਡਾਕਟਰ ਇੱਕ ਗੱਲ ਸਾਫ਼-ਸਾਫ਼ ਕਹਿ ਦਿੰਦਾ ਕਿ ਇਹ ਬੱਚਾ ਸ਼ਾਇਦ ਸਰਵਾਈਵ ਨਹੀਂ ਕਰ ਪਾਏਗਾ ਅੱਛਾ ਪਰ ਦਾਦਾ ਜੀ ਦੇ ਦੱਸਦੇ ਨੇ ਦਾਦਾ ਜੀ ਨੇ ਕਿਹਾ ਸੀ ਕਿ ਪੈਸਾ ਮੇਰਾ ਹੂੰ ਡਾਕਟਰ ਨੂੰ ਕਿੰਨੇ ਮੈਂ ਤੋ ਤੇ ਚੀਕ ਬੀ ਬਚਾਓ ਬਾਕੀ ਬੈਠਾ ਹਮ ਬਚਾਉਣ ਵਾਲਾ ਕਿਉਂਕਿ ਉਸ ਤੋਂ ਵੱਡਾ ਡਾਕਟਰ ਮੈਨੂੰ ਨਹੀਂ ਲੱਗਦਾ ਦੁਨੀਆ ਦੇ ਵਿੱਚ ਹਨਾ ਕੋਈ ਹੈ ਤੇ ઓਪਰੇਟ ਹੁੰਦਾ 20 ਦਿਨ ਦਾ ਬੱਚਾ ਕਿੰਨਾ ਕੁ ਹੁੰਦਾ ਤਾਂ ਮੰਮੀ ਤੋਂ ਦੂਰ ਕਰ ਦਿੱਤਾ ਜਾਂਦਾ ਥੋੜਾ ਹਮ ਮਤਲਬ ਉਹ ਹਾਲਾਤ ਵੀਕਨੈਸ ਇੰਨੀ ਜ਼ਿਆਦਾ ਸੀ ਉਹ ਹੌਲੀ ਹੌਲੀ ਠੀਕ ਹੁੰਦਾ ਉਹ ਕਮਜ਼ੋਰੀ ਜਿਹੜੀ ਆ ਵੀਕਨੈਸ ਤੌਰ ਤੇ ਖਰਾਕ ਨਹੀਂ ਮੈਂ ਖਾ ਪਾਉਂਦਾ ਵੱਡਾ ਹੋ ਕੇ ਵੀ ਨਹੀਂ ਖਾਂਦਾ ਜੋ ਖਾਣਾ ਨਹੀਂ ਲੱਗਦੀ ਇਦਾਂ ਚੱਲਦਾ ਹੈਨਾ ਛੋਟਾ ਫਿਰ ਕੁਝ ਇਸ ਤਰ੍ਹਾਂ ਦੀਆਂ ਘਟਨਾਵਾਂ ਰਾਜਦੀਪ ਬਾਈ ਜਿਹੜੀਆਂ ਹੁੰਦੀਆਂ ਨੇ ਇੱਕ ਹੁੰਦਾ ਹੈ ਨਾ ਕਿ ਚਲੋ ਜੋ ਉਸ ਸਮੇਂ ਹੋ ਗਈ ਘਟਨਾ ਕੋਈ ਨਹੀਂ ਮਾਂ ਪਿਓ ਨੂੰ ਵੀ ਹੁੰਦਾ ਉਸ ਸਮੇਂ ਹੋ ਗਈ ਘਟਨਾ ਕੋਈ ਗੱਲ ਨਹੀਂ ਬਿਲਕੁਲ ਵੀ ਹੁਣ ਅੱਗੇ ਪੜ੍ਹੇਗਾ ਲਿਖੇਗਾ ਹੈਨਾ ਚੰਗਾ ਅੱਗੇ ਕਰੇਗਾ ਹੋਰ ਘਟਨਾਵਾਂ ਹੋਣ ਲੱਗ ਜਾਂਦੀਆਂ ਨੇ 98 ਦੇ ਵਿੱਚ ਹੂੰ ਕੁਝ ਪਰਿਵਾਰਕ ਕਾਰਨ ਹੁੰਦੇ ਨੇ ਹੂੰ ਘਰ ਛੱਡਣਾ ਪੈ ਜਾਂਦਾ ਹੂੰ ਤੇ ਘਰ ਛੱਡਣਾ ਪੈਂਦਾ ਬੇਸ਼ੱਕ ਮੈਂ ਉਸ ਸਮੇਂ 4-5 ਸਾਲ ਦਾ ਸੀ ਪਰ ਉਹ 98 ਦਾ ਉਹ ਦੌਰ ਜਿਹੜਾ ਨਾ ਅੱਜ ਦੀ ਪੱਜ 25 ਸਾਲ ਬਾਅਦ ਵੀ 26 ਸਾਲ ਬਾਅਦ ਵੀ ਉਹ ਉਸੇ ਤਰ੍ਹਾਂ ਅੱਖਾਂ ਦੇ ਮੂਰੇ ਕਿ ਕਿਦਾਂ ਟਰਾਲੀ ਦੇ ਵਿੱਚ ਸਮਾਨ ਲੱਦੇ ਆ ਸੀ ਕਿਵੇਂ ਕਿਹਨਾ ਹਾਲਾਤਾਂ ਦੇ ਵਿੱਚ ਅਸੀਂ ਘਰੋਂ ਜਾਣਾ ਪਿਆ ਸੀ ਕੁਝ ਪ੍ਰੋਬਲਮ ਸੀਗੀਆਂ ਹਨਾ ਡੈਡੀ ਦੀ ਟੁੱਟੀ ਹੋਈ ਬਾਹ ਇਸ ਤਰ੍ਹਾਂ ਗੜ ਦੇ ਵਿੱਚ ਪਈ ਹੋਈ ਅੱਜ ਵੀ ਯਾਦ ਆ ਜਾਂਦੀ ਹੈ ਕਿਸੇ ਹਾਦਸੇ ਦੇ ਵਿੱਚ ਡੈਡੀ ਦੀ ਬਾਹ ਜਿਹੜੀ ਹੈ ਉਹ ਟੁੱਟੀ ਸੀ ਤੇ ਪੁਲਿਸ ਦੇ ਵਿੱਚ ਸੀ ਕੋਈ ਹਾਦਸਾ ਉਹਨਾਂ ਦਾ ਹੋ ਗਿਆ ਸੀਗਾ ਹਾਂ ਤੇ ਉਸ ਤੋਂ ਬਾਅਦ ਜਦੋਂ ਘਰ ਦੇ ਵਿੱਚ ਜਾਂਦੇ ਆ ਘਰ ਦੇ ਵਿੱਚੋਂ ਜਾਂਦੇ ਆ ਤਾਂ ਜਿੱਥੇ ਕਾਫੀ ਆਪਣੇ ਇੱਕ ਹੌਂਦੇ ਲੋਕ ਜਿਹੜੇ ਨੇ ਪਰੇ ਨੂੰ ਮੂੰਹ ਕਰਕੇ ਖੜਨਾ ਕਿਉਂ ਪਲੜਾ ਜਿੱਧਰ ਗਏ ਲੋਕੇ ਭਾਰੀ ਹੁੰਦਾ ਤਾਂ ਹਨਾ ਉਧਰ ਹੀ ਖੜਦੇ ਨੇ ਬਿਲਕੁਲ ਉਹ ਖੜਦੇ ਜਿੱਥੇ ਯਾਦ ਆਉਂਦੇ ਨੇ ਕਿ ਸਾਈਡ ਤੇ ਖੜ ਗਏ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਟਰਾਲੀ ਦੇ ਵਿੱਚ ਸਮਾਨ ਲੱਦਿਆ ਗਾਲਾਂ ਕੱਢ ਰਹੇ ਨੇ ਸਾਰੇ ਇਦਾਂ ਬਹੁਤ ਕੁਝ ਪਿੰਡਾਂ ਦੇ ਵਿੱਚ ਹਨਾ ਉੱਥੇ ਹੀ ਇੱਕ ਸ਼ਬਦ ਸਾਡੇ ਹੀ ਪਰਿਵਾਰ ਦੇ ਵਿੱਚੋਂ ਕਿਸੇ ਦੇ ਕਹੇਵੇ ਡੈਡੀ ਨੂੰ ਕਿ ਪੁੱਤਰ ਜੀ ਟਰਾਲੀ ਦੇ ਵਿੱਚ ਇੱਕ ਟਰਾਲੀ ਦੇ ਵਿੱਚ ਸਮਾਨ ਤੇਰਾ ਚੱਲੇ ਆ ਪਰ ਵਾਦਾ ਕਰ ਪਿੰਡ ਦੇ ਵਿੱਚ ਵਾਪਸ ਆਏਗਾ ਆਰੇ ਸਮਾਨ ਇੱਕ ਟਰਾਲੀ ਤੋਂ ਜ਼ਿਆਦਾ ਹੋਵੇਗਾ ਹਮਤਲਬ ਕਿ ਸਿਆਣੇ ਦਾ ਇਹ ਗੱਲ ਬੇਸ਼ੱਕ ਬਹੁਤ ਛੋਟੀ ਆ ਪਰ ਇਹ ਗੱਲ ਦੇ ਅਰਥ ਜਿਹੜੇ ਨੇ ਰਾਜਦੀਪ ਬਹੁਤ ਵੱਡੇ ਨੇ ਕਿ ਕਾਮਯਾਬ ਹੋ ਕੇ ਆਏਗਾ ਸਹੀ ਗੱਲ ਕੁਝ ਕਰੇਗਾ ਹਮ ਸਾਰੇ ਆਪਣੇ ਕਹਾਉਂਦੇ ਸਾਰੇ ਉਹ ਮੂੰਹ ਮੋੜ ਜਾਂਦੇ ਨੇ 98 ਦੇ ਵਿੱਚ ਮੰਨੂ ਬਿਲਕੁਲ ਜ਼ਿਆਦਾ ਜਦੋਂ ਇਹ ਘਰ ਛੱਡਣ ਤੋਂ ਇੱਕ ਮਹੀਨੇ ਬਾਅਦ ਉਹ 3 ਦੇ ਕਰ ਲਿਆ ਜਟਪੁਰਾ ਮਹੱਲਾ ਫਤੇਗੜ ਸਰੰਦ ਅੱਛਾ ਮੈਨੂੰ ਉਹ ਯਾਦ ਆਏਗਾ ਬਿਲਕੁਲ ਅੱਛਾ ਉਸ ਪਾਸੇ ਉਹ ਕਰ ਲਿਆ ਤਾਂ ਰਾਜਦੀਪ ਭਾਈ ਗਰਮੀ ਦਾ ਮੀਨਾ ਤੇ ਪੱਖਾ ਵੀ ਨਹੀਂ ਸੀ ਅੱਛਾ ਤੇ ਅਸੀਂ ਕਿ ਸੀਗੇ ਯਾਰ ਘਰ ਵੀ ਜਿੱਥੇ ਅਸੀਂ ਬੈਠ ਸਕਦੇ ਹਾਂ ਪਹਿਲਾਂ ਮੇਰੇ ਡੈਡੀ ਦੇ ਇੱਕ ਪੂਆ ਜੀ ਸੀਗੇ ਚਲੋ ਅੱਜ ਉਸ ਇਸ ਦੁਨੀਆ ਦੇ ਵਿੱਚ ਨਹੀਂ ਉਹਨਾਂ ਨੇ ਉਹਨਾਂ ਨੇ ਇੱਕ ਗੱਲ ਕਹੀ ਸੀ ਪੁੱਤ ਮੈਂ ਗਰੀਬ ਜ਼ਰੂਰ ਹਾਂ ਪਰ ਮੇਰਾ ਘਰ ਤੁਹਾਡੇ ਲਈ ਹੈਗਾ ਜਿੱਥੇ ਆਪਣੇ ਕਹੋਂਦੇ ਹਨ ਬਿਲਕੁਲ ਉਹ ਛੱਡ ਗਏ ਸੀ ਤੇ ਮਨੂੰ ਐਂ ਜ਼ਿਆਦਾ ਰਾਜਦੇਵ ਬਾਈ ਡੈਡੀ ਸਰਕਾਰੀ ਮਲਾਜ਼ਮ ਹੋਣ ਦੇ ਬਾਵਜੂਦ ਵੀ ਸੱਟ ਲੱਗੀ ਹੋਈ ਸੀ ਮੈਡੀਕਲ ਦਾ ਖਰਚਾ ਸੀਗਾ ਬਹੁਤ ਕੁਝ ਸੀਗਾ ਐਂ ਜ਼ਿਆਦਾ ਕਿ ਜਿਸ ਟਾਈਮ ਘਰ ਛੱਡਿਆ ਸੀ ਤਾਂ ਡੈਡੀ ਦੀ ਜੇਬ ਦੇ ਵਿੱਚ ਜਿਹੜੀ ਉਹ ਰਕਮ ਮੇਰੇ ਲਈ ਉਹ ਅੱਖਰਾਂ ਦੀ ਅਹਿਮੀਅਤ ਹਰੇਕ ਦੀ ਬਹੁਤ ਜ਼ਿਆਦਾ ਡੈਡੀ ਦੀ ਜੇਬ ਦੇ ਵਿੱਚ 180 ਰੁਪਇਆ ਇੱਕ ਛੋਟੀ ਰਕਮ ਸੀ ਪਰਿਵਾਰ ਚੋਂ ਕੁਝ ਨਹੀਂ ਮਿਲਿਆ ਕਿਉਂਕਿ ਦਾਦਾ ਜੀ ਜਿਉਂਦੇ ਸੀ ਹਮ ਉਹਨਾਂ ਦਾ ਸੀ ਸਭ ਕੁਝ ਹਨਾ ਜੋ ਉਹਨਾਂ ਦੇ ਹਿਸਾਬ ਦੇ ਵਿੱਚ ਚਲੋ ਬਾਅਦ ਦੇ ਵਿੱਚ ਹੋਇਆ ਹੋਰ ਕੋਈ ਤਨਖਾਹ ਹਾਫ ਸੀਗੀ ਕੁਝ ਸੱਟ ਲੱਗੀ ਹੋਣ ਕਰਕੇ ਮੈਡੀਕਲ ਤੇ ਕਰਕੇ ਹਾਫ ਸੀਗੀ ਮੈਡੀਕਲ ਦਾ ਖਰਚਾ ਸੀ ਹੋਰ ਤੁਹਾਨੂੰ ਪਤਾ ਹਨਾ ਸਭ ਖਰਚੇ ਹੁੰਦੇ ਨੇ ਪਰ ਇੱਕ ਸਿਰ ਪੇ ਗਿਆ ਲੈ ਕੇ ਜਦੋਂ ਮੇਰੇ ਮਾਪੇ ਘਰ ਦੇ ਵਿੱਚੋਂ ਨਿਕਲਦੇ ਨੇ ਤਾਂ ਹਲੇ ਵੀ ਕਈ ਵਾਰ ਮੈਂ ਇਕੱਲਾ ਬੈਠ ਕੇ ਰੋਣ ਲੱਗ ਜਾਂਦਾ ਕਿ ਯਾਰ ਏ ਵੀ ਦਿਨ ਸੀ ਹਮ ਪਰ ਫਿਰ ਸ਼ੁਕਰਾਨਾ ਵੀ ਉਸ ਗੁਰੂ ਮਹਾਰਾਜ ਦਾ ਇੰਨਾ ਹੀ ਕਰਦੇ ਆ ਕਿ ਚਲੋ ਜੇ ਉਹ ਦਿਨ ਸੀ ਉਹਨਾਂ ਦਿਨਾਂ ਨੇ ਸਿਖਾਇਆ ਤਾਂ ਸਹੀ ਹਮ ਫਿਰ ਉਹ ਕਿਰਾਏ ਤੇ ਰਹਿਨੇ ਆ ਉੱਥੇ ਮੁਸ਼ਕਲਾਂ ਚੱਲਦੀਆਂ ਨੇ ਐਸੀ-ਐਸੀਆਂ ਕਟਨਾਵਾਂ ਰਾਜਦੇਵ ਬਾਈ ਹੁੰਦੀਆਂ ਨੇ ਕਿ ਹਾਲੇ ਵੀ ਮਨ ਭਰ ਆਉਂਦਾ ਕਿ ਮੇਰੀ ਮਾਂ ਬਈ ਕੀ ਮਿਹਨਤ ਲੱਗੀ ਆ ਮੈਨੂੰ ਪਾਲਣ ਦੇ ਪਿੱਛੇ ਹਮ ਮੇਰੇ ਪਿਓ ਦੀਆਂ ਕੀ ਕੁਰਬਾਨੀਆਂ ਨੇ ਮੈਨੂੰ ਪਾਲਣ ਦੇ ਪਿੱਛੇ ਆਪਣੇ ਸ਼ੌਂਕ ਉਹਨਾਂ ਨੇ ਕਿੱਦਾਂ ਮਾਰੇ ਨੇ ਪਰ ਮੇਰੇ ਸ਼ੌਂਕ ਜਿਹੜੇ ਨੇ ਮਤਲਬ ਪੂਰੇ ਕੀਤੇ ਨੇ ਖੁਦ ਬੇਸ਼ੱਕ ਫਾਈਨੈਂਸ਼ੀਅਲੀ ਇੰਨੇ ਸੈਟ ਨਹੀਂ ਸੀ ਉਹ ਪਰ ਮੈਂ ਇੰਗਲਿਸ਼ మీడియం ਦੇ ਵਿੱਚ ਪੜਿਆ ਚੰਗੇ ਟੀਚਰ ਦੇ ਕੋਲ ਟਿਊਸ਼ਨ ਰੱਖੀ ਕਿਉਂਕਿ ਪੜਨ ਨੂੰ ਆਪਾਂ ਪਿੰਡਾਂ ਵਾਲੇ ਜਿਆਦਾ ਹੀ ਹੁਸ਼ਿਆਰ ਹੋ ਜਾਂਦੇ ਆ ਨਾ ਫਿਰ ਤੇ ਤੇ ਪੜਨ ਨੂੰ ਮੈਂ ਕੋਈ ਜਿਆਦਾ ਮਿਡਲ ਸਟੂਡੈਂਟ ਸੀਗਾ ਵਿਚਾਲੇ ਜੇ ਜੇ 40 ਜਵਾਬ ਨੇ ਤਾਂ 20ਵੇਂ 22ਵੇਂ ਨੰਬਰ ਤੇ ਆਉਣ ਵਾਲਾ ਨੋਰਮਲ ਜਿਹਾ ਸਟੂਡੈਂਟ ਸੀਗਾ ਤੇ ਉਹ ਕਲਾਸ ਦੇ ਵਿੱਚੋਂ ਹਾਫ ਮੀਟਰਮ ਦੇ ਵਿੱਚ ਗਏ ਸੀਗੇ ਅੱਛਾ ਰਿਸ਼ਤੇਦਾਰ ਤਾਂ ਜਾਂ ਕੁਝ ਆਪਣੇ ਕਹੋਂਦੇ ਤਾਂ ਇਹ ਵੀ ਖੁਸ਼ੀਆਂ ਕਰਦੇ ਸੀ ਕਿ ਹੁਣ ਇਹਨਾਂ ਦਾ ਜਵਾਕ ਦਾ ਇੱਕ ਸਾਲ ਜਿਹੜਾ ਉਹ ਖਰਾਬ ਹੋਊਗਾ ਹੂੰ ਬਿਲਕੁਲ ਹੁਣ ਨਹੀਂ ਐਡਮਿਸ਼ਨ ਮਿਲੂਗੀ ਪਰ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਚਲੋ ਚੰਗੇ ਸਕੂਲ ਦੇ ਵਿੱਚ ਫਤੇਗੜ ਸਾਹਿਬ ਐਡਮਿਸ਼ਨ ਮਿਲੀ ਪਰ ਰਾਜਦੀਪ ਭਾਈ ਘਟਨਾਵਾਂ ਬਹੁਤ ਨੇ ਪਰ ਜੇ ਇੱਕ ਖਾਸ ਘਟਨਾ ਜਿਹਨੂੰ ਕਹਿ ਦਿੰਦੇ ਆ ਜਿਨੇ ਸਿਖਾਇਆ ਜਿਨੇ ਕਿਹਾ ਕਹਾਇਆ ਕਿ ਜੇਕਰ ਅੱਜ ਮੇਰੀ ਜ਼ਿੰਦਗੀ ਦੇ ਵਿੱਚ ਗਰੀਬੀ ਆ ਤਾਂ ਅੱਜ ਗਰੀਬ ਜ਼ਰੂਰ ਹਾਂ ਪਰ ਗਰੀਬ ਮਰੂੰਗਾ ਨਹੀਂ ਹੂੰ ਜਿਨੇ ਇਹ ਚੀਜ਼ ਸਿਖਾਈ ਬਿਲਕੁਲ ਦੁਸ਼ਹਿਰਾ ਸੀ ਤਿਹਾਰ ਇੱਕ ਬੱਚੇ ਦੇ ਲਈ ਇੱਕ ਸ਼ਹਿਰੀ ਪਰਵਰਿਸ਼ ਕਰ ਹੁੰਦੀ ਜਵਾਕ ਦੇ ਲਈ ਇੱਕ ਬਹੁਤ ਟਾਈਮ ਹੁੰਦੇ ਨੇ ਹਨਾ ਕਿਉਂ ਬਿਲਕੁਲ ਵੀ ਦੁਸ਼ਹਿਰੇ ਨੂੰ ਉਹ ਮੂੰਹ ਲਾ ਕੇ ਉਹ ਚਾਹ ਹੁੰਦਾ ਬੱਚਾ ਚਾਹ ਹੁੰਦਾ ਹੈ ਨਾ ਜਿਵੇਂ ਦੂਜੇ ਬੱਚੇ ਕਰਦੇ ਓਵੇਂ ਵੀ ਓਵੇਂ ਹੀ ਕਰਾਂ ਵੀ ਕਿਉਂ ਇੰਨਾ ਤਾਂ ਸਮਝ ਨਹੀਂ ਸੀ ਕਿ ਵੀ ਕੀ ਕੰਡੀਸ਼ਨ ਹੈਗੀ ਕੀ ਨਹੀਂ ਉਹ ਤਲਵਾਰ ਜੀ ਲੈ ਕੇ ਉਹ ਇਦਾਂ ਤੀਰ ਲੈ ਕੇ ਵੀ ਇਦਾਂ ਖੇਡਦੇ ਫਿਰਿਏ ਹਨਾ ਅਸੀਂ ਚਾਰ ਪੰਜ ਸਾਲ ਦਾ ਮੈਨੂੰ ਐ ਜਿਆਦਾ ਮੈਂ ਮੰਮੀ ਨੂੰ ਕਿਹਾ ਕਿ ਗੰਨੇ ਚੁੱਪਣੇ ਨੇ ਹੂੰ ਅੱਛਾ ਗੰਨਾ ਚੁੱਪਣਾ ਮੈਂ ਉਹ ਕਿਉਂਕਿ ਕੋਈ ਬੱਚਾ ਲੈ ਕੇ ਜਾਂਦਾ ਮੈਂ ਦੇਖ ਲਿਆ ਸੀਗਾ ਗੰਨੇ ਬਦੀਸ ਹੁੰਦੀਆਂ ਨਾ ਛੋਟੇ ਬਸ ਹਾਂ ਦੁਰੀਸ ਤੇ ਗੰਨੇ ਝੋਪਣੇ ਨੇ ਮਮੀ ਨੇ ਦੇਖਿਆ ਪਰਸਪੁਰਸ ਚ ਇਸ ਕਹਿੰਦੀ ਕੋ ਤੂੰ ਕੋਈ ਨਾ ਤੇਰਾ ਡੈਡੀ ਆ ਜਾਂਦਾ ਸ਼ਾਮ ਨੂੰ ਹੂੰ ਨਾ 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 ਹੁਣੇ ਝੋਪਣੇ ਨੇ ਹੂੰ ਲੈ ਕੇ ਦੋ ਹੂੰ ਚੌਲ ਵੀ ਖਾਣੇ ਨੇ ਦਹੀਂ ਨਾਲ ਅੱਛਾ ਚੌਲ ਵੀ ਖਾਣੇ ਨੇ ਹੂੰ ਮਮੀ ਨੇ ਪਰਸਪੁਰਸ ਬੋਲੇ ਰਾਜਦੀਪ ਬਾਈ 15 ਰੁਪਏ ਅੱਛਾ ਕੋ 99 ਜਾਂ 2000 ਦੇ ਆਸ-ਪਾਸ ਦੀ ਗੱਲਾਂ 15 ਰੁਪਏ ਤੇ ਉਹ 15 ਰੁਪਏ ਮੈਨੂੰ ਦਿੱਤੇ ਕਹਿੰਦੀ ਬੇਟਾ ਵੀ ਜਾ ਬੀ ਲਿਆ ਹੂੰ 5 ਰੁਪਏ ਦੇ ਗੰਨੇ ਲੈ ਦੋ ਤੇ 5 ਦੇ ਚੌਲ ਹੂੰ 5 ਦਾ ਦਹੀਂ ਹੂੰ ਤੇ ਉਹ ਗੰਨੇ ਚੁੱਪੇ ਨਹੀਂ ਅੱਛਾ ਬਸ ਇੱਕ ਰੀਸ ਸੀ ਨਾ ਹੂੰ ਕਿ ਉਹ ਚੌਲ ਬਣਾ ਕੇ ਦੇਤੇ ਉਹ ਖਾਦੇ ਬੇਸ਼ੱਕ ਹੋਰ ਵੀ ਉਹਦੇ ਸ਼ੌਂਕ ਹੋਣਗੇ ਤਿਹਾਰ ਸੀ ਹੋਰ 100 ਰਿਸ਼ਤੇਦਾਰ ਆ ਜਾਂਦਾ ਹੋਰ ਕਿਤੇ 100 ਕਿਤੇ ਮੱਥਾ ਟੇਕਣੋਂ ਪਤਾ ਨਹੀਂ ਹੁਣ ਮੇਰੀ ਮਾਂ ਨੇ ਉਹ ਕਿਵੇਂ ਟੇਕਿਆ ਹੋਊਗਾ ਪਰ ਮੇਰਾ ਸ਼ੌਂਕ ਤਾਂ ਹੈਨਾ ਤੁਹਾਡਾ ਸ਼ੌਂਕ ਪਗਾਤਾ ਮੇਰਾ ਸ਼ੌਂਕ ਪਗਾਤਾ ਆਪਣਾ ਉੱਥੇ ਖਤਮ ਕਰਦਾ ਤਿਹਾਰ ਸੀ ਬਾਈ ਬਹੁਤ ਖੁਸ਼ ਆ ਜਾਂਦਾ ਸੀ ਹੈਨਾ ਤੇ ਉਹ ਉਹ ਵੀ ਟਾਈਮ ਦੇਖਿਆ ਉਹਨੇ ਇਹ ਸਿਖਾਇਆ ਕਿ ਹਾਂ ਪੈਸੇ ਦਾ ਲਾਲਚ ਕਰਨਾ ਮਾੜੀ ਗੱਲ ਆ ਪੈਸੇ ਦਾ ਲਾਲਚ ਨਹੀਂ ਕਰਨਾ ਪੈਸੇ ਦੇ ਪਿੱਛੇ ਨਹੀਂ ਭੱਜਣਾ ਮਿਹਨਤ ਇੰਨੀ ਜ਼ਿਆਦਾ ਕਰਾਂਗੇ ਕਿ ਪੈਸਾ ਥੋੜੇ ਮਗਰ ਆਏਗਾ ਥੋੜੇ ਕੋਲ ਆਏਗਾ ਕਿ ਹਾਂ ਵੀ ਭਾਈ ਤੇਰੀ ਮਿਹਨਤ ਕੀਤੀ ਆਲਾ ਮੁੱਲ ਤੇ ਉਹ ਹੋਇਆ ਵੀ ਕਿਤੇ ਨਾ ਕਿਤੇ ਹੁਣ ਹੋ ਵੀ ਰਿਹਾ ਤੁਹਾਨੂੰ ਵੀ ਪਤਾ ਕਿ ਨਾ ਕਿਸ ਮਾਨਣੀ ਕਹਿੰਦੇ ਨੇ ਕਿ ਕਰਨਾ ਚਾਹੀਦਾ ਉਹ ਕਿਤੇ ਨਾ ਕਿਤੇ ਹੰਕਾਰ ਬਣ ਜਾਂਦਾ ਰੱਬ ਤੋਂ ਡਰ ਕੇ ਕਹਿੰਦੇ ਆ ਕਿ ਜਿਸ ਮੁਕਾਮ ਤੇ ਅੱਜ ਬੈਠੇ ਆ ਇਹ ਤਾਂ ਕਦੇ ਜ਼ਿੰਦਗੀ ਚ ਨਹੀਂ ਸੀ ਸੋਚਿਆ ਅੱਛਾ ਸੰਸਾਰ ਕਿਵੇਂ ਬੇ ਬਚਪਨ ਚ ਕਦੇ ਸੋਚਿਆ ਸੀ ਵੀ ਵੱਡੇ ਹੋ ਕੇ ਯਾਰ ਪੱਤਰਕਾਰ ਬਣਾਂਗੇ ਬਾਈ ਪਤਾ ਹੀ ਨਹੀਂ ਸੀ ਮਨ ਤਾਂ ਪੱਤਰਕਾਰ ਹੁੰਦਾ ਕੀ ਆ ਅੱਛਾ ਮੈਂ ਸਹੀ ਦੱਸਾਂ ਮੈਂ ਤੁਸੀਂ ਹੱਸੋਗੇ ਇਹ ਗੱਲ ਸੁਣ ਕੇ ਮੈਂ ਤਾਂ ਵੀਰੇ ਇਸ ਲਾਈਨ ਦੇ ਵਿੱਚ ਆਉਣ ਤੋਂ 5 ਮਿੰਟ ਪਹਿਲਾਂ ਨਹੀਂ ਸੀ ਸੋਚਿਆ ਕਿ ਮੈਂ ਇਸ ਲਾਈਨ ਚ ਆਣਾ ਅੱਛਾ ਉਹ ਘਟਨਾ ਹਲੇ ਬਹੁਤ ਦੂਰ ਹਲੇ ਮਨ ਨੂੰ ਲੱਗਦਾ ਹੈ ਕਿ ਉਹ ਸਮਾਂ ਹਲੇ ਨਹੀਂ ਆਇਆ ਉਹ ਆਪਾਂ ਕਰਾਂਗੇ ਪਰ ਬਾਹਰ ਜਾਣ ਦਾ ਕਰੇਜ਼ ਮੈਨੂੰ ਜਰੂਰ ਹੋਇਆ ਸੀ ਇੱਕ ਵਾਰੀ ਅੱਛਾ ਮੈਂ ਜਾ ਕੇ ਵੀ ਆਇਆ ਅੱਛਾ ਤੁਸੀਂ ਵੀ ਵਿਦੇਸ਼ ਦਾ ਦੁੱਖ ਦੇਖਿਆ ਉਹ ਮੈਂ ਦੁੱਖ ਇਸ ਕਰਕੇ ਮੈਂ ਅੱਜ ਦੇ ਟਾਈਮ 'ਚ ਜੇ ਗੱਲ ਕਰੂੰ ਮੈਂ ਵਿਦੇਸ਼ ਜਾਣ ਦਾ ਸਭ ਤੋਂ ਜ਼ਿਆਦਾ ਖਿਲਾਫ ਹਾਂ ਕਿਉਂਕਿ ਮੈਂ ਉਹ ਹਾਲਾਤ ਹਣਾ ਦੇਖੇ ਨੇ ਉਹ ਹਾਲਾਤ ਦੇਖੇ ਨੇ ਕਿ ਵਿਦੇਸ਼ ਦੇ ਵਿੱਚ ਕਿਦਾਂ ਸ਼ੋਸ਼ਣ ਕੀਤਾ ਜਾਂਦਾ ਕੋਈ ਮੈਂ ਤੁਹਾਨੂੰ ਇੱਥੇ ਟੋਕਣਾ ਜਾਊਂਗਾ ਵਿਦੇਸ਼ ਜਾਣ ਦਾ ਕਰੇਜ਼ ਰੀ ਸੋਰੀ ਸੋਇਆ ਸੀ ਜਾਂ ਘਰ ਦੇ ਹਾਲਾਤਾਂ ਕਰਕੇ ਨੋ 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 ਰੀ ਸੋਰੀਸ ਨਹੀਂ ਹੁਣ ਜਿਵੇਂ ਅੱਜ ਕੱਲ ਨੌਜਵਾਨ ਕਹਿੰਦੇ ਵੀ ਹਾਲਾਤ ਮਾੜੇ ਨੇ ਜਿਸ ਦਾ ਬਾਹਰ ਜਾਣਾਗਾ ਦੇਖੋ 98 ਦੇ ਵਿੱਚ ਪਿੰਡ ਛੱਡਣਾ ਪੈਂਦਾ ਕੁਝ ਹਾਲਾਤ ਮਾੜੇ ਹੁੰਦੇ ਨੇ ਪਰ ਸਮੇਂ ਦੇ ਨਾਲ ਡੈਡੀ ਹੁਣੀ ਮਿਹਨਤ ਕਰਦੇ ਨੇ ਮੰਮੀ ਮਿਹਨਤ ਕਰਦੇ ਨੇ ਹਨਾ ਉਹੀ ਗੱਲ ਪਗਾ ਕੇ ਦਿਖਾਉਂਦੇ ਨੇ ਕਿ ਜਿਹੜਾ ਸਮਾਨ ਕਿਤੇ ਇੱਕ ਟਰਾਲੀ ਦੇ ਵਿੱਚ ਗਿਆ ਸੀ ਉਹ ਤਿੰਨ ਟਰਾਲੀਆਂ ਦੇ ਵਿੱਚ ਵਾਪਸ ਆਇਆ ਹੂੰ ਉਸ ਸਮਾਂ ਬਣਿਆ ਕੋਠੀ ਪਾਈ ਕਰੇ ਡੈਡੀ ਫਾਦਰ ਸਾਹਿਬ ਫੇਰ ਵੀ ਚਲੋ ਸਰਕਾਰੀ ਮਲਾਦੋਂ ਸੀਗੇ ਸਮਾਂ ਪਾ ਕੇ ਹਨ ਹੂੰ ਹੋ ਗਿਆ ਕੋਠੀ ਪਾਈ ਤੇ ਬਾਈ ਰਾਜਦੇਵ ਬਾਈ ਮੇਰੇ ਐਨ ਯਾਦਾ 2004 ਦੇ ਵਿੱਚ ਅਸੀਂ ਪਿੰਡ ਵਾਪਸ ਆਇਆ ਸਰਾਂਦਰ ਤੋਂ ਅੱਛਾ ਨਹੀਂ ਇੱਕ ਕਿਰਾਏਦਾਰ ਨੂੰ ਆਪਣੇ ਘਰ ਚ ਜਾਣ ਦੀ ਖੁਸ਼ੀ ਹੁੰਦੀ ਹੈਗਾ ਚਲੋ ਯਾਰ ਆਪਣਾ ਘਰ 3 ਸਾਲ ਦੀ ਮਿਹਨਤ ਤੋਂ ਬਾਅਦ ਪਾਇਆ 3-4 ਸਾਲ ਲੱਗੇ ਨੇ ਵੀ ਅਸੀਂ ਚੱਲੀਏ ਅਸੀਂ ਰੋ ਰਹੇ ਸੀ ਯਾਰ ਅੱਛਾ ਅਸੀਂ ਰੋ ਰਹੇ ਸੀ ਅਸੀਂ ਅਸੀਂ ਖੜੇ ਮਤਲਬ ਉਹ ਰੋ ਰਹੇ ਸੀ ਪਿੰਡ ਦੇ ਜਿਹੜੇ ਸਮਾਨ ਲੈਣਗੇ ਸਾਡੇ ਹੀ ਆਪਣੇ ਜਦੋਂ ਥੋੜੇ ਹਾਲਾਤ ਠੀਕ ਹੋਇਆ ਫਿਰ ਆਪਣੇ ਬਣ ਗਏ ਨਾ ਤੇ ਉਹ ਕਹਿੰਦੇ ਸੀ ਕਿ ਨਾ ਯਾਰ ਤ ਤੁਸੀਂ ਤਾਂ ਆਪਣੇ ਘਰੇ ਚੱਲੇ ਹੋ ਅਸੀਂ ਕਹਾਂ ਵੀ ਸਾਡਾ ਇਹ ਪਰਿਵਾਰ ਆ ਇੱਥੇ ਆਂਢੀ ਗੁਆਂਢੀ ਨੇ ਇੱਥੇ ਪੜੋਸੀ ਨੇ ਸਾਡੇ ਇੱਥੇ ਸਭ ਕੋਈ ਆ ਵੀ ਸਾਡਾ ਇਹ ਟੁੱਟ ਜਾਣਗੇ ਯਾਰ ਅਸੀਂ ਰੋ ਰਹੇ ਸੀ ਮਤਲਬ ਜਦੋਂ ਉੱਥੇ ਆਏ ਤੇ ਉਹ ਹਾਲਾਤ ਮਤਲਬ ਇੱਕ ਖੁਸ਼ੀ ਵੀ ਹੋਈ ਕਿ ਚਲੋ ਆਪਣਾ ਪੈਸੇ ਦਾ ਲੈ ਡੀ ਉਹਨਾਂ ਨੇ ਜਿਵੇਂ ਵੀ ਕੀਤਾ ਯਾਰ ਹੂੰ ਜਿਵੇਂ ਵੀ ਕੀਤਾ ਬਿਲਕੁਲ ਪਰ ਇੱਕ ਇਹ ਤਾਂ ਦਿਖਾਤਾ ਨਾ ਕਿ ਜਿਹੜੇ ਬੁਰਾ ਚਾਉਂਦੇ ਸੀ ਕਿ ਹਾਂ ਰੱਬ ਨਾ ਮਾਰੇ ਅਸੀਂ ਨਹੀਂ ਮਰਦੇ ਹੂੰ ਰੋਧੀਆਂ ਦੇ ਮੂੰਹ ਤਾਂ ਬੰਦ ਹੋ ਗਏ ਮੂੰਹ ਤਾਂ ਬੰਦ ਹੋ ਗਏ ਨਾ ਇਹ ਹੰਕਾਰ ਨਹੀਂ ਮੈਂ ਬਾਰ ਬਾਰ ਕਹਿ ਰਹੇ ਹੰਕਾਰ ਨਹੀਂ ਹੈ ਆਪਣੇ ਉਸ ਸਤਗੁਰ ਤੇ ਉਸ ਆਪਣੇ ਰੱਬ ਤੇ ਭਰੋਸਾ ਹੈ ਹੂੰ ਤੇ ਗੱਲ ਤੁਸੀਂ ਪੱਤਰਕਾਰੀ ਦੀ ਕੀਤੀ ਜਾਂ ਬਾਹਰ ਜਾਣ ਦੀ ਹਨਾ ਕੀਤੀ ਸਮਾਂ ਬਾਈ ਚਾਲ ਚੱਲਦਾ ਰਹਿੰਦਾ ਹੂੰ ਆਪਣੇ ਹੱਕ ਲੈਣ ਪਿੱਛੇ ਕਾਫੀ ਸੰਘਰਸ਼ ਹਮ ਹਨਾ ਕਰਨੇ ਪੈਂਦੇ ਨੇ ਹਮ ਮੇਰਾ ਡੈਡੀ ਅੱਜ ਇਹ ਗੱਲ ਮਾਣ ਨਾਲ ਕਹਿੰਦਾ ਕਿ ਜੇਕਰ ਅੱਜ ਮੈਂ ਜਿਸ ਮੁਕਾਮ ਤੇ ਹੈਗਾ ਤਾਂ ਮੇਰੀ ਮਾਂ ਦਾ ਬਹੁਤ ਵੱਡਾ ਹੱਥ ਆ ਹਮ ਕਿਉਂਕਿ ਉਹਨਾ ਮੁਸ਼ਕਲਾਂ ਦੇ ਵਿੱਚ ਜਿੱਥੇ ਕਹਿ ਲੋ ਕਿ ਇੱਕ ਟਾਈਮ ਖੋਫ ਖਾ ਜਾਵੇ ਬੰਦਾ ਕਿ ਯਾਰ ਇਹ ਕੀ ਹੋ ਗਿਆ ਇੱਥੋਂ ਕਿਵੇਂ ਨਿਕਲਾਂਗੇ ਉਹਨਾ ਮੁਸ਼ਕਲਾਂ ਦੇ ਵਿੱਚ ਮੇਰੀ ਮਾਂ ਮੇਰੇ ਬਾਪ ਨੂੰ ਕਹਿੰਦੀ ਸੀ ਕਿ ਕੋਈ ਗੱਲ ਹੈ ਅੱਛਾ ਲੜ ਲਾਂਗੇ ਹਮ ਮੈਂ ਤੇਰੇ ਨਾਲਾਂ ਚੱਲ। ਹੂੰ। ਕਈ ਵਾਰ ਮੌਤ ਵੀ ਨੇੜੇ ਤੋਂ ਲੰਗੀ। ਬਿਲਕੁਲ। ਇਦਾਂ ਦੇ ਆਪਣੇ ਸੰਘਰਸ਼ ਹਨਾ ਹੋਏ। ਹੂੰ। ਪਰ ਫੇਰ ਵੀ ਮੇਰੀ ਮਾਂ ਇੱਕ ਮਨ ਨੂੰ ਯਾਦ ਆ ਇੱਕ ਕੋਈ ਵੱਡਾ ਬੈਲੀ ਬਣਿਆ। ਹੂੰ। ਕਹਿੰਦਾ ਸੀ ਕਿ ਮੈਂ ਦੇਖੂਗਾ ਇਹਨੂੰ। ਮੈਂ ਤੇਰੇ ਪੁੱਤ ਨੂੰ ਦੇਖੂਗਾ। ਹੂੰ। ਮੈਂ ਐਂ ਦੇਖੂਗਾ। ਤਾਂ ਮੇਰੀ ਮਾਂ ਨੇ ਇੱਕ ਸ਼ਬਦ ਕਹੇ ਸੀ ਕਿ ਮਨ ਨੂੰ ਨਹੀਂ ਪਤਾ ਇਹ ਬੋਲਣੇ ਚਾਹੀਦੇ ਨੇ ਨਹੀਂ ਪਰ ਉਹ ਕਹੇ ਸੀ ਕਿ ਫਿਰ ਜੇ ਐਡਾ ਹੀ ਤੂੰ ਵੱਡਾ ਸੂਰਮਾ ਨਾ ਤਾਂ ਫਿਰ ਇੱਕ ਬੋਰੀ ਤੇ ਚਾਰ ਬੰਦੇ ਨਾਲ ਲੈ ਕੇ ਆਈ। ਅੱਛਾ। ਵੱਡ ਕੇ ਤੋਰੂਂਗਾ। ਮਤਲਬ ਇੱਕ ਸਾਥ ਦੇਣ ਦਾ ਉਹ ਸੀ ਕਿ ਸਾਡਾ ਹੱਕ ਆ ਅਸੀਂ ਨਹੀਂ ਛੱਡਾਂਗੇ ਬਿਲਕੁਲ ਹੈਨਾ ਤੇ ਪਲੱਸ 2 ਹੁੰਦੀ ਆ ਬਾਈ 2011 ਦੇ ਵਿੱਚ ਪੜਨ ਨੂੰ ਤੱਕੇ ਤੋਲੇ ਇਹ ਖਾ ਕੇ ਕਰਦੇ ਕਰਾ ਬਈ ਅਸੀਂ ਪਲੱਸ 2 ਤੱਕ ਪਹੁੰਚ ਜਾਂਦੇ ਆਂ ਦਾ 8ਵੀਂ 7ਵੀਂ ਤੱਕ ਤਾਂ ਹੁੰਦਾ ਡਾਕਟਰ ਬਣਾਂਗੇ ਮੈਂ ਸਾਇੰਟਿਸਟ ਬਣੂੰਗਾ ਮੈਂ ਇਸਰੋ ਚ ਜਾਊਂਗਾ ਮੈਂ ਹੋਊਂਗਾ ਪਰ ਜਦੋਂ 10ਵੀਂ ਦਾ ਸਰਟੀਫਿਕੇਟ ਦੇ ਜਾਂਦਾ ਤਾਂ ਯਕੀਨ ਆ ਜਾਂਦਾ ਕਿ ਮਿੱਤਰਾ ਕੋਈ ਸਰਕਾਰੀ ਨੌਕਰੀ ਹੋ ਕਰਨੀ ਪੈਣੀ ਆ ਤੂੰ ਰਹਿਣ ਦੇ ਤੂੰ ਡਾਕਟਰ ਵਾਲਾ ਹੈ ਨਹੀਂ ਸੌਫਟਵੇਅਰ ਤੇਰੇ ਚ ਤੂੰ ਇੰਜੀਨੀਅਰ ਵਾਲਾ ਹੈ ਨਹੀਂ ਤੂੰ ਆਪਣੇ ਕੋਈ ਸਰਕਾਰੀ ਨੌਕਰੀ ਕੋਈ ਪੁਲਿਸ ਦੀ ਹੋਊਗੀ ਕੁਛ ਕੋਈ ਐਦਾਂ ਦੀ ਵੀ ਕੁਛ ਕਰਨੀ ਪੈਣੀ ਹੈ ਬਿਲਕੁਲ 2011 ਆਉਂਦਾ ਤੇ ਉਹ ਪਾਸ ਆਊਟ ਹੋ ਜਾਂਦੇ ਆ ਚਲੋ ਜਦੋਂ ਪੇਪਰ ਦੰਨਾ ਤਾਂ ਪਤਾ ਨਹੀਂ ਕਿਸੇ ਨੇ ਮੇਣਾ ਮਾਰਤਾ ਅੱਛਾ ਭਾਈ ਮੈਂ ਜਿੰਨੇ ਕੰਮ ਕੀਤੇ ਨੇ ਨਾ ਮੈਂ ਮੇਣਿਆਂ ਤੋਂ ਬਹੁ ਕੀਤੇ ਨੇ ਅੱਛਾ ਬਹੁਤ ਕੀਤੇ ਨੇ ਮੈਂ ਜਿਹੜੇ ਨੇ ਮੈਨੂੰ ਮੇਣਾ ਮਾਰਿਆ ਤਾਂ ਉਹ ਮੈਂ ਬੰਦਾ ਝੂਠਾ ਪਾਇਆ ਹਮੇਸ਼ਾ ਹੀ ਆਦਤਾਂ ਮੇਰੀਆਂ ਮੈਨੂੰ ਕਹਿੰਦਾ ਮਹਾ ਯਾਰ ਦੇਖਦੇ ਆ ਆਈਲੈਟਸ ਕਰਾਂਗੇ ਮੇਰਾ ਯਾਰ ਮੈਂ ਤਨ ਮੈਨੂੰ ਕਹਿੰਦਾ ਲਾ ਤੂੰ ਕਰ ਲੇਗਾ ਆਈਲੈਟਸ ਐਡਾ ਤੂੰ ਵੱਡਾ ਗਰੇਜ ਅੱਛਾ ਮਹਾ ਅੱਛਾ ਆ ਗੱਲਾਂ ਹੋ ਗਈਆਂ ਮੈਂ ਹੁਣ ਕਰੂੰਗਾ ਹਾਈਲਰਸ ਕਰਨ ਲੱਗ ਗਏ ਚਲੋ ਉਸ ਟਾਈਮ ਦੇ ਹਿਸਾਬ ਨਾਲ ਜਿੰਨੀ ਰਿਕੁਆਇਰਮੈਂਟ ਸੀ ਆ ਗਏ ਤੇਰਾ ਨਹੀਂ ਵੀਜ਼ਾ ਬੁਝਾ ਲੱਗਦਾ ਅੱਛਾ ਤੇਰੇ ਵਰਗਿਆਂ ਨੂੰ ਯਾਰ ਵੀਜ਼ੇ ਲੱਗਣ ਲੱਗੇ ਯਾਰ ਤੂੰ ਤਾਂ ਫਿਰ ਸਰ ਗਿਆ ਯਾਰ ਕੰਮ ਹੂੰ ਐ ਵੀਜ਼ੇ ਲੱਗਣ ਲੱਗੇ ਹੱਬਦੋਗੀ ਤੇਰੇ ਵਾਲੀ ਐ ਵੀਜ਼ੇ ਤੇਰੇ ਚਾਵਲਾਂ ਕਹਿੰਦਾ ਤੇਰੇ ਵਰਗਿਆਂ ਇਹ ਸ਼ਬਦ ਉਹਨੇ ਵਰਤੇ ਹੂੰ ਕਰਦਿਆਂ ਨੇ ਮਾਂ ਨੇ ਗੁੱਸਾ ਕੀਤਾ ਮਾ ਕੋਈ ਨਹੀਂ ਹੂੰ ਮਾ ਮੇਰਾ ਵੀਜ਼ਾ ਪਹਿਲੀ ਝਟ ਆਉ ਅੱਛਾ ਟੈਂਸ਼ਨ ਨਾਲੇ ਹੂੰ ਆਈ ਲਾਰਸ ਕੀਤੀ ਬੈਂਡ ਆਏ ਵੀਜ਼ਾ ਲਾਇਆ ਹੋਰ ਦਾ ਦਸ ਦਿਨ ਚਾਹੁੰਦਾ ਵੀਜ਼ਾ ਮੇਰਾ 5ਵੇਂ ਦਿਨ ਆ ਗਿਆ ਸੀ ਅੱਛਾ ਕਿਹੜੇ ਦੇਸ਼ ਗਈ ਸੀ ਨਿਊਜ਼ੀਲੈਂਡ ਅੱਛਾ ਤੇ ਉਹ ਆਇਆ ਕਹਿੰਦਾ ਅੱਛਾ ਫਿਰ ਮਾਨੂੰ ਦੱਸਿਆ ਮਹਾ ਵੀ ਭਾਈ ਵੀਜ਼ਾ ਆ ਗਿਆ ਹਮ ਜੋਬ ਕਰੇ ਸੀਗਾ ਬਾਹਰ ਚਲੇ ਗਏ ਫੜ ਕੇ ਬਿਲਕੁਲ ਤੇ ਉੱਥੇ ਜਾ ਕੇ ਮੈਂ ਕਰਦਿਆਂ ਤੋਂ ਪਹਿਲਾਂ ਫੋਨ ਉਸ ਮੁੰਡੇ ਨੂੰ ਕੀਤਾ ਅੱਛਾ ਮੈਂ ਕਿਹਾ ਬੈਠਾ ਹਮ ਮਗਾ ਬੈਠਾ ਹਾਂ ਹੁਣ ਯਾਦ ਰੱਖੇ ਨਾਨਾ ਵੀਰੇ ਵੀਰੇ ਤੂੰ ਦਾ ਸਾਡਾ ਭਾਈ ਜਿਵੇਂ ਹਨਾ ਕਰਦੇ ਹੁੰਦੇ ਨੇ ਇੱਕ ਚੰਗੇ ਭਵਿੱਖ ਦੀ ਉਮੀਦ ਚ ਗਿਆ ਸੀ ਬਾਈ ਅੱਛਾ ਕਿ ਚਲੋ ਘਰ ਦੇ ਹਾਲਾਤ ਜਿਹੜੇ ਨੇ ਉਹ ਠੀਕ ਹੋ ਗਏ ਸੀ ਐਵਰੇਜ ਫੈਮਿਲੀ ਮੀਡਲ ਕਲਾਸ ਜਿਵੇਂ ਆਪਣੇ ਪਿੰਡਾਂ 'ਚ ਹੁੰਦਾ ਹੋ ਗਏ ਸੀ ਹਨਾ ਜ਼ਮੀਨ ਦੇ ਤੋਂ ਜ਼ਮੀਨ ਸੀ ਫਾਦਰ ਸਾਹਿਬ ਦੀ ਨੌਕਰੀ ਸੀ ਤੇ ਉੱਥੇ ਜਾ ਕੇ ਸੀ ਪੀਆਰ ਹੋਊਗੀ ਉੱਥੇ ਸਿਟੀਜ਼ਨ ਹੋਵਾਂਗੇ ਘਰ ਦੇ ਲੈ ਜਾਾਂਗੇ ਉੱਥੀ ਆਪਣੀ ਲਾਈਫ ਸੈੱਟ ਕਰਾਂਗੇ ਪਰ ਰਾਜਦੀਪ ਬਾਈ ਸੱਚ ਜਾਣੇ ਉਹ ਮੈਂ ਆਪਣੀ ਜ਼ਿੰਦਗੀ ਦਾ ਸਭ ਤੋਂ ਬੇਵਕੂਫੀ ਵਾਲਾ ਡਿਸੀਜਨ ਜੇ ਮੰਨਦਾ ਨਾ ਕਿਸੇ ਹੂੰ ਤਾਂ ਬਾਹਰ ਜਾਣ ਨੂੰ ਮੰਨਦਾ ਅੱਛਾ ਕਿਉਂਕਿ ਹਾਲਾਤ ਉੱਥੇ ਇਸ ਤਰ੍ਹਾਂ ਦੇ ਸੀ ਹੂੰ ਕੁੜੀਆਂ ਨੂੰ ਕੀ ਕੁਝ ਕਰਨਾ ਪੈਂਦਾ ਹੂੰ ਰੈਂਟ ਕੱਢਣ ਦੇ ਲਈ ਮੁੰਡੇ ਕਿਸ ਤਰ੍ਹਾਂ 18-18 ਸਾਲ ਦੇ ਉੱਥੇ ਜਿਹੜੇ ਨੇ ਯੂਜ਼ ਹੁੰਦੇ ਨੇ ਜਾਂ ਨਸ਼ੇ ਤੇ ਲੱਗਦੇ ਨੇ ਡਰਗ ਅਡਿਕਟ ਹੁੰਦੇ ਨੇ ਚਿੱਟਾ ਚੱਟਾ ਆਪਣੇ ਤਾਂ ਬਾਈ ਹੁਣ ਆਇਆ ਹਲੇ 5-4 ਸਾਲ ਤੋਂ ਅੱਛਾ ਗੱਲ 2011 ਦੀ ਕਰ ਰਹੇ ਹਾਂ ਹੂੰ 2011-12 ਦੇ ਵਿੱਚ ਉੱਥੇ ਮੈਂ ਚਿੱਟਾ ਨਾਰਮਲ ਪੀਂਦੇ ਦੇਖੇ ਨੇ ਮੁੰਡੇ ਅੱਛਾ ਹੂੰ ਨਾਮ ਦੁਕਾਨਾਂ ਤੇ ਨਿਊਜ਼ੀਲੈਂਡ ਦੇ ਵਿੱਚ ਜੇ ਕੋਈ ਇਹ ਸੱਜਣ ਇਹ ਪ੍ਰੋਗਰਾਮ ਦੇਖਿਓ ਦੱਸ ਸਕਦਾ ਕਿ ਦੁਕਾਨਾਂ ਦੇ ਉੱਪਰ ਆਮ ਲਾਇਸੈਂਸ ਦੇ ਉੱਪਰ ਚਿੱਟਾ ਮਿਲਦਾ ਅੱਛਾ ਜੀ ਜਿਵੇਂ ਟੌਫੀਆਂ ਵੇਚਦੀਆਂ ਜਿਵੇਂ ਟੌਫੀਆਂ ਬਿਕਦੀਆਂ ਨੇ ਉਹ ਚਿੱਟਾ ਵੀ ਐਦਾਂ ਤਿੰਨ-ਚਾਰ ਲਾਈਨਾਂ ਐ ਕਰਕੇ ਲਾ ਦੇਣੀਆਂ ਨੇ ਅੱਛਾ ਏ ਘੱਟ ਪਾਵਰ ਵਾਲਾ ਇਹ ਮਿਡਲ ਇਹ ਹਾਈ ਇਹ ਓਵਰ ਇਹ ਏਦਾਂ ਏਵੇਂ ਬੈਕਾ ਦਾ ਉੱਥੇ ਛਿੱਟਾ ਛਿੱਟਾ ਚਲੋ ਪੰਜਾਬ ਦੀ ਇੱਕ ਵੱਡੀ ਤਰਾਸ਼ਤੀ ਆ ਹਨਾ ਇਹ ਪੰਜਾਬ ਚ ਨਹੀਂ ਹੋਣਾ ਚਾਹੀਦਾ ਸਾਡਾ ਪੰਜਾਬ ਇਹ ਨਹੀਂ ਸੀ ਪਰ ਉੱਥੇ ਜਿਹੜੇ ਸਾਡੇ ਪੰਜਾਬੀ ਨੌਜਵਾਨ ਮਾ ਪੱਟੇ ਜਾਂਦੇ ਦੇਖੇ ਨੇ ਬਾਈ ਰਹਿ ਰੱਬ ਦਾ ਨਾਮ ਹਾਂ ਯਾਰ ਇਹ ਨਰਕ ਚੋਂ ਨਿਕਲੋ ਇਹ ਫਿਰ ਬਾਈ ਉੱਥੇ ਉਹ ਨਸ਼ੇ ਤੇ ਲੱਗਦੇ ਕਿਵੇਂ ਆ ਕੋਈ ਆਜ਼ਾਦੀ ਕੋਈ ਲਾਉਂਦਾ ਉਹਨਾਂ ਆਜ਼ਾਦੀ ਹੋ ਜਾਂਦੀ ਆ ਵੀਰੇ ਮੈਨੂੰ ਨਾ ਕਿਸੇ ਨੇ ਲਾਤਾ ਹੂੰ ਇਹ 18-18 ਸਾਲ ਦੇ ਗਏ ਹੋਏ ਹੁੰਦੇ ਨੇ 25-30 ਲੱਖ ਰੁਪਏ ਘਰਦਿਆਂ ਨੇ ਲਾਇਆ ਹੋ ਹੁੰਦਾ ਫੀਸ ਫੀਸਾਂ ਵਗੈਰਾ ਭਰੀਆਂ ਹੁੰਦੇ ਨੇ ਫਿਕਰ ਕੋਈ ਹੁੰਦੀ ਨਹੀਂ ਇੱਕ ਵੱਡੀ ਜੀ ਸਪੋਰਟਸ ਗੱਡੀ ਹੋਵੇ ਤੇ ਇੱਕ ਕੁੜੀ ਨਾਲ ਬੈਠੀ ਹੋਵੇ ਉਹਦੇ ਨਾਲ ਬਾਹਾਂ ਚ ਬਾਹਾਂ ਐ ਕਰਕੇ ਪਾਈਆਂ ਵੀ ਆ ਹੋਣ ਤੇ ਉਹ ਗੋਰੀ ਹੋਵੇ ਤਾਂ ਹੋਰ ਉਹ ਸੈਲਫੀ ਲੈ ਕੇ ਪਿੰਡ ਹਮਮ ਹੋਰ ਯਾਰਾ ਦੋਸਤਾਂ ਨੂੰ ਵੀ ਲਾਇਆ ਇਸ ਨੂੰ ਵੀ ਅਪਲੋਡ ਕਰਨੀ ਕਮੈਂਟ ਉਹ ਜਿਵੇਂ ਉਹ ਇੱਕ ਫਿਲਮ ਦਾ ਡਾਇਲੋਗ ਆ ਲੱਗਿਆ ਗੁੱਡੇ ਲੈਣ ਜਾਂਦਾ ਹੀ ਵੀ ਅਪਲੋਡ ਕਰਨੀ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਹਨ ਤੇ ਉਹ ਫੁਕਰਪਣਾ ਫੁਕਰਪਣਾ ਦਿਖਾਉਣਾ ਫੁਕਰਪਣਾ ਦਿਖਾਉਣਾ ਤੇ ਆਜ਼ਾਦੀ ਹੁੰਦੀ ਆ ਕੋਈ ਰੋਕਣ ਵਾਲਾ ਹੁੰਦਾ ਨਹੀਂ ਕਿਸੇ ਨੇ ਬੇਵਕੂਫੀ ਇਹ ਵੀ ਕੀਤੀ ਸੀ ਕਿ ਮੰਨੂ ਵੀ ਲਾਉਣ ਦੀ ਕੋਸ਼ਿਸ਼ ਕੀਤੀ ਮੈਨੂੰ ਵੀ ਆਫਰ ਕੀਤਾ ਪਰ ਗੁਰੂ ਮਹਾਰਾਜ ਦੀ ਕਿਰਪਾ ਰਹੀ ਚੱਲੋ ਕਿਉਂਕਿ ਮੈਂ ਰਾਜਦੇਵ ਬਾਈ ਇੱਕ ਗੱਲ ਕਹਿਣਾ ਹੁੰਦਾ ਕਿ ਮੈਂ ਰੱਬ ਦੇ ਫੈਸਲੇ ਨੂੰ ਚੈਲੰਜ ਕਰ ਸਕਦਾ ਮੈਂ ਰੱਬ ਦੇ ਨਾਲ ਲੜ ਸਕਦਾ ਪਰ ਮੇਰੀ ਮਾਂ ਦਾ ਦਿਲ ਮੈਂ ਤੋੜ ਨਹੀਂ ਸਕਦਾ ਅੱਜ ਵੀ ਜੇ ਮੇਰੀ ਮਾਂ ਨੇ ਦਿਨ ਨੂੰ ਕਹਤਾ ਕਿ ਰਾਤ ਆ ਤਾਂ ਮੇਰੇ ਲਈ ਰਾਤ ਆ ਸਿੱਧੀ ਤੇ ਸਪਸ਼ਟ ਮੈਂ ਆਪਣੀ ਮਾਂ ਦੇ ਨਾਲ ਇੱਕ ਵਾਦਾ ਕੀਤਾ ਸੀ ਨਿਊਜ਼ੀਲੈਂਡ ਕੇ ਹੋਰ ਕੁਝ ਕਰੂੰਗਾ ਕੁਝ ਕਰ ਸਕਦਾ ਪਰ ਮੈਂ ਕਦੇ ਨਸ਼ਾ ਨਹੀਂ ਕਰੂੰਗਾ ਹੂੰ ਅੱਜ ਵੀ ਔਨ ਰਿਕਾਰਡ ਇਹ ਗੱਲ ਕਹਿਣੀ ਰਾਜਦੀਪ ਬਾਈ ਬਹੁਤ ਵੱਡੀ ਗੱਲ ਹੁੰਦੀ ਆ ਅੱਜ ਵੀ ਮੈਂ ਓਪਨ ਚੈਲੰਜ ਕਰਦਾ ਹੂੰ ਕਿ ਮੇਰਾ ਕੋਈ ਡੋਪ ਪ੍ਰੋਟੈਸਟ ਕਰਵਾ ਸਕਦਾ ਜਦ ਮਰਜੀ ਜਿੱਥੇ ਮਰਜੀ ਖਰਚਾ ਵੀ ਮੈਂ ਆਪਣੀ ਜੇਬ ਤੋਂ ਕਰੂੰਗਾ ਡੋਪ ਪ੍ਰੋਟੈਸਟ ਦਾ ਹੂੰ ਸਾਫ਼ ਕਰਕੇ ਦਿਖਾ ਦਦੇ ਅੱਛਾ ਸੰਸਾਰ ਉੱਥੇ ਹੋਰ ਕੀ ਕੋਈ ਦੇਖਿਆ ਤੁਸੀਂ ਕਿ ਕੁੜੀਆਂ ਰੈਂਟ ਕੱਢਣ ਦੇ ਕੀ ਕੁਝ ਕਰ ਰਹੀਆਂ ਹੋ ਜਾਂ ਹੋਰ ਤੁਸੀਂ ਕਿ ਮੁੰਡੇ ਕਿਵੇਂ ਵਸਤਮਾਲ ਹੁੰਦੇ ਆ ਬਾਈ ਸਭ ਤੋਂ ਵੱਡਾ ਦੁੱਖ ਉੱਥੇ ਪਤਾ ਹੈ ਕੀ ਆਉਂਦਾ ਜਦੋਂ ਰਖੜੀ ਆਉਂਦੀ ਆ ਹੂੰ ਬੜਾ ਗੱਲ ਲੱਗਦੀ ਆ ਬਾਈ ਹੂੰ ਜਦੋਂ ਉੱਥੇ ਕੋਈ ਰਖੜੀ ਵਾਲਾ ਹੱਥ ਨਹੀਂ ਦੇਖਦਾ ਹੂੰ ਆਉਂਦੀਆਂ ਸੀ ਸਾਡੇ ਲਈ ਰਖੜੀਆਂ ਵੀ ਪਰ ਉਹ ਦੋ ਦਿਨ ਪਹਿਲਾਂ ਆ ਗਈ કે ਦੋ ਦਿਨ ਬਾਅਦ ਆ ਗਈ ਹੂੰ ਉਹੀ ਕੂਰੀਅਰ ਉਹ ਤਾਂ ਇੱਕੋ ਹੋ ਗਿਆ ਨਾ ਪਰ ਉਹ ਟਟਬੈਰ ਜਾਂ ਇੱਕ ਕਹਿਣ ਨੇ ਹਾਂ ਤਾਂ ਸਮਾਨ ਨੂੰ ਜਿਵੇਂ ਦਲਾਸਾ ਦੇ ਦਲਾਸਾ ਆ ਜਾ ਦੇਣਾ ਇੱਕ ਦੂਜੇ ਤੋਂ ਬਣਾ ਲੈਣੀ ਐਦਾਂ ਮਤਲਬ ਰਿਸ਼ਤਿਆਂ ਦੀ ਅਹਿਮੀਅਤ ਉੱਥੇ ਜਾ ਕੇ ਬਾਈ ਜਿਹੜੀ ਪਤਾ ਲੱਗੀ ਆ ਜਿਹੜਾ ਸੁਸਾਇਟੀ ਦੇ ਵਿੱਚ ਇੱਕ ਟੀਮ ਵਰਕ ਕਰਨਾ ਹੂੰ ਉਸ ਜਗ੍ਹਾ ਨੇ ਜਿਹੜਾ ਸਖਾਇਆ ਦਿੱਤਾ ਬਹੁਤ ਕੁਝ ਆ ਯਾਰ ਮੈਂ ਨਹੀਂ ਕਹੂੰਗਾ ਹਨਾ ਕਿ ਮੈਨੂੰ ਕੁਝ ਨਹੀਂ ਦਿੱਤਾ ਦਿੱਤਾ ਬਹੁਤ ਕੁਝ ਆ ਪਰ ਕਹਿ ਲੋ ਕਿ ਖੁਸ਼ੀਆਂ ਹੋਈਆਂ ਸੀ ਪੀਆਰ ਤਾਂ ਲੈਣੀ ਸੀ ਹਨਾ ਇੱਕ ਉਮੀਦ ਸੀ ਪਰ ਲੱਗਦਾ ਹੈ ਰੱਬ ਨੂੰ ਕੁਝ ਹੋਰ ਮਨਜ਼ੂਰ ਸੀ ਹਾਲਾਤ ਇਦਾਂ ਦੇ ਬਣੇ ਕਿ ਮੇਰੇ ਇੱਕ ਦੋਸਤ ਦਾ ਮਰਡਰ ਹੋ ਗਿਆ ਬਾਈ ਅੱਛਾ ਦੋਸਤ ਨਹੀਂ ਕਹਿ ਲੋ ਕਿ ਜਿਹਨੂੰ ਆਪਣੇ ਜਿਗਰ ਦਾ ਟੋਟਾ ਕਿਹਾ ਜਾ ਸਕਦਾ ਜਿਹਨੂੰ ਆਪਣੀ ਜਾਨ ਕਿਹਾ ਜਾ ਸਕਦਾ ਮੇਰਾ ਦੋਸਤ ਸੀ ਉੱਤਰਾਖੰਡ ਦਾ ਅਮਨ ਅੱਛਾ ਤੇ ਉਹ ਮੁੰਡਾ ਐਡਾ ਕ ਹੌਸਲੇ ਵਾਲਾ ਸੀ ਉਹ ਐਡਾ ਕ ਮਤਲਬ ਉਹਨੇ ਕੂਰਨਾ ਵੀ ਚੰਗੇ ਮੁੰਡੇ ਵੀ ਮਿਲ ਜਾਂਦੇ ਨੇ ਇਹ ਨਹੀਂ ਕਿ ਗਲਤੇ ਮਿਲਦੇ ਨੇ ਉਹਨੇ ਕੂਰਨਾ ਵੀ ਉਹਨੇ ਕੰਮ ਤੇ ਵੀ ਖਿੱਚ ਕੇ ਲੈ ਕੇ ਜਾਣਾ ਉਹਨੇ ਘਰੇ ਵੀ ਗੱਲ ਕਰਨੀ ਸਭ ਕੁਝ ਉਹਦੀ ਭੈਣ ਨੂੰ ਮੈਂ ਭੈਣ ਕਹਿਣਾ ਉਹਦੀ ਮਾਂ ਨੂੰ ਮੈਂ ਮਾਂ ਕਹਿਣਾ ਹਾਲਾਤ ਇਦਾਂ ਦੇ ਬਣੇ ਯਾਰ ਉਹ ਮੁੰਡਾ ਇਸ ਚੀਜ਼ ਤੋਂ ਬਿਲਕੁਲ ਇਹ ਪਾੜ ਕੇ ਰੱਖਦਾ ਅੱਛਾ ਤੇ ਦਸੰਬਰ ਦਾ ਮਹੀਨਾ 2012 ਮੰਨੂ ਹਲੇ ਵੀ ਯਾਦ ਆ ਕਿ ਉਹ ਕਿੰਨਾ ਕੋਖਾ ਸੀ ਉਹ ਚੀਜ਼ ਮੇਰੇ ਲਈ ਹੂੰ ਰਾਜਦੀਪ ਮੈਂ ਹਲੇ ਜਿਸ ਭੈਣ ਨੂੰ ਅਸੀਂ ਹਾਸਾ ਮਜ਼ਾਕ ਕਰਦੇ ਸੀ ਜਿਹਦੇ ਨਾਲ ਚੌੜਾ ਕਰਦੇ ਸੀ ਉਸ ਭੈਣ ਨੂੰ ਕਿੱਦਾਂ ਅਸੀਂ ਨੇ ਖਬਰ ਦਿੱਤੀ ਆ ਕਿ ਤੇਰਾ ਭਾਈ ਨਹੀਂ ਰਿਹਾ ਹੂੰ ਉਹ ਸਾਨੂੰ ਪਤਾ ਕਾਰਨ ਕੀ ਬਣਦਾ ਕੁਝ ਆਪਣੇ ਲੱਛਣ ਮੜੇ ਹੂੰ ਇਸ ਤੋਂ ਇਹ ਤੋਂ ਜ਼ਿਆਦਾ ਮੈਂ ਨਹੀਂ ਕਹਿ ਸਕਦਾ ਕੁਝ ਆਪਣੇ ਹਨਾ ਹਰਕਤ ਥੋੜੀ ਜੀ ਏਦਾਂ ਦੀ ਕੁਝ ਬੇਕਾਫ ਜਿਹਨੂੰ ਕਹਿ ਦਿੰਦੇ ਆ ਹੂੰ ਬੇਕਾਫ ਹੋਣਾ ਉਹ ਮੁੰਡਾ ਮਰਿਆ ਮਰਡਰ ਹੋਇਆ ਤੇ ਨਿਊਜ਼ੀਲੈਂਡ ਇੱਕਦਮ ਬੋਝ ਲੱਗਣ ਲੱਗ ਗਿਆ ਸੀ ਬਾਈ ਅੱਛਾ ਜਿਹੜੇ ਘਰਦਿਆਂ ਨੇ ਪੈਸੇ ਲਾਏ ਲੋਨ ਕਰਵਾਇਆ ਜੋ ਵੀ ਕੀਤਾ ਉਹ ਆਏ ਸੀ ਕਿ ਛੱਡ ਯਾਰ ਸਭ ਕੁਝ ਖਤਮ ਹੂੰ ਸਭ ਕੁਝੇ ਖਤਮ ਹੂੰ ਕੋਈ ਨਹੀਂ ਪੈਸਾ ਫੇਰ ਕਮਾਇਆ ਜਾਊਗਾ ਇੱਕ ਮੇਰੇ ਦੋਸਤ ਆ ਮੁੰਡਾ ਪੰਚਕੁੱਲੇ ਤੋਂ ਉਹਦੇ ਫਾਦਰ ਸਾਹਿਬ ਇੱਕ ਚੰਗੀ ਰਿਪਿਊਟਡ ਪੋਸਟ ਤੋਂ ਰਿਟਾਇਰ ਨੇ ਅੱਛਾ ਡੈਡੀ ਨੇ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਬੜੀ ਵਧੀਆ ਗੱਲ ਕਹੀ ਕਿ ਯਾਰ ਆਪਾਂ ਪੈਸਾ ਕੀ ਕਰਨਾ ਜੇ ਆਪਣੇ ਜਵਾਕੇ ਨਾ ਰਹੇ ਹੂੰ ਕੀ ਕਰਨੀ ਐਸੀ ਕੰਟਰੀ ਚੰਗੀ ਵਧੀਆ ਪੜ੍ਹੇ ਲਿਖੀ ਫੈਮਿਲੀ ਚੋਂ ਉਹ ਮੁੰਡਾ ਅੱਛਾ ਤੇ ਆਪਾਂ ਨੇ ਕੀ ਕਰਨਾ ਤਾਂ 28 ਅ 26 ਜਨਵਰੀ ਨੂੰ ਉਸ ਮੁੰਡੇ ਦੀ ਡੈੱਡ ਬੋਡੀ ਲੱਭਦੀ ਆ ਅੱਛਾ 26 ਜਨਵਰੀ 2013 ਹਮ 1 ਫਰਵਰੀ 2 ਫਰਵਰੀ ਦੀ ਸਵੇਰ ਨੂੰ ਹਮ ਮੈਂ ਇੱਥੇ ਹੁੰਦਾ ਅੱਛਾ ਕਿਉਂਕਿ ਕਰਦੇ ਨੇ ਕਹਤਾ ਸੀ ਕਿ ਤੂੰ ਆ ਜਾ ਹਮ ਮੈਂ ਪਹਿਲਾਂ ਨਹੀਂ ਸੀ ਦੱਸਿਆ ਕਰਦੇ ਨੂੰ ਕਿ ਇਦਾਂ ਹੋ ਗਿਆ ਪਰ ਉਹ ਜਦੋਂ ਪਤਾ ਲੱਗਿਆ ਨਿਊਜ਼ ਦੇ ਵਿੱਚ ਖਬਰ ਆਈ ਕਿਉਂਕਿ ਉਸ ਟਾਈਮ ਸੋਸ਼ਲ ਮੀਡੀਆ ਕੋਈ ਹਮ ਐਡਾ ਬਹੁਤਾ ਨਹੀਂ ਸੀ ਪਰ ਜਿੰਨਾ ਵੀ ਸੀ ਪਰ ਹਨਾ ਉਹ ਆਈ ਤਾਂ ਕਰਦੇ ਕਹਿੰਦੇ ਕਿ ਇਹ ਤਾਂ ਅਮਨ ਆ ਮਹਾਂ TV ਆਮਾਨਾਂ ਵੀ ਹੁੰਦਾ ਯਸਤ ਮਰਉਣ ਲੱਗਾ ਮਹਾ ਵੀ ਪਟ ਪਟੇ ਗਏ ਆਪਾਂ ਹੂੰ ਮੈਂ ਇਹ ਸੋਚਦਾ ਯਾਰ ਐਸੇ ਵਿਦੇਸ਼ ਦਾ ਕੀ ਫਾਇਦਾ ਕਿ ਉਸ ਮੁੰਡੇ ਦੀ লাশ ਵੀ ਆਪਣੇ ਇੱਥੇ ਨਹੀਂ ਆ ਸਕੀ ਅੱਛਾ ਨਹੀਂ ਆਈ ਉਹ ਸਮਾਨ ਨੂੰ ਉਸ ਫਾਦਰ ਨੂੰ ਉਸ ਸਾਡੇ ਭਾਈ ਦੇ ਚਾਚੇ ਚਾਚਾ ਜੀ ਦਾ ਪਤਾ ਨਹੀਂ ਤਾਇਆ ਜੀ ਦਾ ਬੇਟਾ ਹੂੰ ਆਉਂਦਾ ਉੱਥੇ ਸੰਸਕਾਰ ਕਰਦਾ ਤੇ ਇਸ ਤਰ੍ਹਾਂ ਵੀਡੀਓ ਬਣਾ ਕੇ ਉਹਨੂੰ ਦੇ ਦਿੰਦਾ ਅੱਛਾ লাশ ਨਹੀਂ ਆ ਸਕੀ ਯਾਰ ਸਾਡੇ ਲੋਕ ਕੀ ਫਾਇਦਾ ਸੀ ਵਿਦੇਸ਼ ਦੀ ਮਤਲਬ ਹਾਂ ਨਾ ਕੋਈ ਸਰਕਾਰ ਨਾਲ ਗੱਲਬਾਤ ਨਹੀਂ ਕੀਤੀ ਉਦੋਂ ਬਾਈ ਕੌਣ ਸੁਣਦਾ ਹੂੰ ਕਿਨੂੰ ਪਤਾ ਸੀ 18 18 ਸਾਲ ਦੇ ਸਾਰੇ ਸਟੂਡੈਂਟ ਸੀਗੇ ਅੱਛਾ ਅਸਤਾਪ ਡਰੇ ਬੈਠੇ ਸੀ ਬਾਈ ਪਤਾ ਨਹੀਂ ਕੀ ਹੋ ਗਿਆ ਸਾਡੇ ਨਾਲ ਹੂੰ ਕੌਣ ਸੁਣਦਾ ਹੈ ਉੱਥੇ ਦੇ ਬਥੇਰਾ ਪਿੱਟੇ ਪਰਸੋ ਕੋ ਜਿੰਨਾ ਕਿ ਜਾ ਸਕਦੇ ਸੀ ਜਿੰਨੇ ਕਰ ਸਕਦੇ ਸੀ ਪਰ ਕੌਣ ਸੁਣਦਾ ਹੈ ਹੂੰ ਠੀਕ ਆ ਮਣਾ ਮੋਟਾ ਜ ਆ ਸਰਕਾਰ ਨੇ ਇੱਥੇ ਕੀਤਾ ਹੋਣਾ ਪਤਾ ਨਹੀਂ ਉਹ ਮਹਾਰਾਜ ਜਾਣਦਾ ਪਰ ਉਹ ਕਿਵੇਂ ਸੇਕਾਤਮ ਹੋ ਗਿਆ ਉਹਦਾ ਪਰਿਵਾਰ ਖਤਮ ਹੋ ਗਿਆ ਯਾਰ ਉਸ ਬੰਦੇ ਦਾ ਅੱਛਾ ਤੇ ਉਸ ਤੋਂ ਆਉਨੇ ਆ ਪੜਨ ਲੱਗਦੇ ਆ ਦੁਬਾਰਾ ਪਰ ਦੇ ਇਲ ਨਹੀਂ ਲੱਗਦਾ ਹਮ ਮਨ ਦੇ ਵਿੱਚ ਕਮਨ ਕੋਈ ਦਿਮਾਗ ਚ ਆਈ ਜਾਂਦਾ ਕਿ ਯਾਰ ਹੋਇਆ ਸੀ ਹਾਲਾਤ ਇਸ ਤਰ੍ਹਾਂ ਦੇ ਬਣਦੇ ਨੇ ਬਾਈ 2016 ਦੇ ਵਿੱਚ ਪੁਲਿਸ ਦੀ ਭਰਤੀ ਆਈ ਸੀ ਅੱਛਾ ਤੁਹਾਨੂੰ ਯਾਦ ਹੋਊਗਾ ਹਮ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਸਰਕਾਰ ਸੀ ਬਿਲਕੁਲ ਬੜੀ ਮਿਹਨਤ ਕੀਤੀ ਰਾਜਦੀਪ ਬਾਈ ਉਹ ਧੀ ਫੇਰਾ ਗਈ ਕੇ ਜੱਦ ਵਾਲੀ ਗੱਲ ਕੇ ਮੇਨੇ ਵਾਲੀ ਗੱਲ ਹੂੰ ਮੁੰਡਾ ਕਹਿੰਦਾ ਲਾ ਤੂੰ ਹੋ ਜਾਏਂਗਾ ਭੱਜ ਲੇਂਗਾ ਤੂੰ ਕਿਉਂਕਿ ਮੈਂ ਉਹ ਬੱਚਾ ਆਂ ਜਿਹੜਾ ਘਰ ਦੇ ਅੰਦਰ ਹੀ ਬੈਠਾ ਰਹਿੰਦਾ ਸੀ ਕੋਈ ਜ਼ਿਆਦਾ ਕੋਈ ਬਾਹਰ ਹਲਾ-ਹਲਾ ਨਹੀਂ ਕਰਦੇ ਨੇ ਫਿਰਨਾ ਆਪਣੇ ਆਪਣੇ ਆਪ ਚ ਮਸਤ ਰਹਿਣਾ ਮੈਂ ਜ਼ਿਆਦਾ ਕਿਸੇ ਨਾਲ ਘੁੜਨਾ ਮਿਲਣਾ ਨਹੀਂ ਜਿਹਦੇ ਅੱਜ ਵੀ ਪਿੰਡ ਦੇ ਵਿੱਚ ਪਿਆਰ ਸਾਰਿਆਂ ਨਾਲ ਰਿਸਪੈਕਟ ਆਪਾਂ ਸਾਰਿਆਂ ਦੀ ਕਰਦੇ ਆਂ ਪਰ ਯਾਰ ਦੋਸਤ ਜੀ ਨੂੰ ਖਾਸ ਕਿਹਾ ਜਾ ਸਕਦਾ ਉਹ ਇੱਕ ਦੋ ਹੀ ਨੇ ਹੂੰ ਤੇ ਲਾ ਤੂੰ ਭੱਜ ਲੇਗਾ ਤੂੰ ਨਹੀਂ ਭੱਜ ਸਕਦਾ ਮਾ ਅੱਛਾ ਆ ਗੱਲ ਹੋ ਗਈ ਲੈ ਫਿਰ ਕੋਚ ਕੋਲ ਜਾਣ ਲੱਗੇ ਮਾਤਾ ਗੁਜਰੀ ਕਾਲਜ ਫਤੇਗੜ ਸਾਹਿਬ ਉੱਥੇ ਲੱਗੇ ਜਾਣ ਤੇ ਉੱਥੇ ਇੱਕ ਕੋਚ ਸਾਹਿਬ ਆ ਗਏ ਉਹਨਾਂ ਦਾ ਖੈਰ ਇਹ ਗੱਲ ਉਹਨਾਂ ਨੇ ਕਹੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਮੈਨੂੰ ਉਸ ਤੋਂ ਬਾਅਦ ਉਹ ਬਹੁਤ ਕੱਟ ਮਿਲੇ ਨੇ ਉਹ ਮਿਲ ਨਹੀਂ ਪਾਏ ਕੈਪਟਨ ਸੀਗੇ ਕੈਪਟਨ ਹਰਚਰਨ ਸਿੰਘ ਤੇ ਇੱਕ ਸੂਬੇਦਾਰ ਲਾਭ ਸਿੰਘ ਸੀਗੇ ਉਹਨਾਂ ਨੇ ਬੜਾ ਗੁੱਸਾ ਖਾਇਆ ਤਾਂ ਬਾਈ ਰਨਿੰਗ ਕਰਨੀ ਸ਼ੁਰੂ ਕੀਤੀ ਉਹ ਹੌਲੀ ਭੱਜਦਾ ਸੀ ਸਾਹ ਝੜਦਾ ਸੀ ਤੂੰ ਕਹਿੰਦੇ ਕਾਕਾ ਘਰੇ ਵਗ ਜਾ ਕਹਿੰਦੇ ਤੂੰ ਨਹੀਂ ਜਾ ਕਰ ਸਕਦਾ ਕੁਝ ਅੱਛਾ ਮਾ ਅਛਾ ਸਰ ਜੀ ਹਮ ਅਗਲਾਂ ਹੋ ਗਿਆ ਹੁਣ ਹਮ ਆ ਜਾ ਫਿਰ ਇੱਕ ਟਾਈਮ ਉਹ ਸੀ ਕਿ ਮੈਂ ਸਭ ਤੋਂ ਪਿੱਛੇ ਸੀ ਹਮ ਇੱਕ ਟਾਈਮ ਉਹ ਸੀ 1600 ਮੀਟਰ ਦੀ ਰੇਸ ਦੇ ਵਿੱਚ 35 ਜਾਨਿਆਂ ਦੇ ਵਿੱਚੋਂ ਮੈਂ 100 ਮੀਟਰ ਦਾ ਗੈਪਾਂ ਹੀ ਬੈਠਾ ਸੀ ਅੱਛਾ ਇੰਨਾ ਮਤਲਬ ਦਿਮਾਗ ਖਰਾਬ ਹੋਇਆ ਕਿ ਯਾਰ ਇਹਨਾਂ ਨੇ ਮੈਨੂੰ ਕਿਹਾ ਸੀ ਹਮ ਉਹ ਕੀਤਾ ਜੰਪ ਲਾਇਆ ਪਹਿਲੇ ਦਿਨ ਜੰਪ ਲਾਇਆ ਸਾਢੇ 3 ਫੁੱਟ ਲੌਂਗ ਜੰਪ ਦੀ ਗੱਲ ਕਰ ਰਹੇ ਹਾਂ ਮੈਂ ਹਾਈ ਦੀ ਨਹੀਂ ਗੱਲ ਕਰਦਾ ਹਾਈ 3.5 ਬਹੁਤ ਹੋ ਜਾਂਦਾ ਬਿਲਕੁਲ ਪਰ ਲੌਂਗ ਜੰਪ 3.5 4 ਫੁੱਟ ਹਮ ਸਰ ਕਹਿੰਦਾ ਯਾਰ ਕੀ ਕਰੇਗਾ ਤੂੰ ਕਹਿੰਦਾ ਤੂੰ ਹੀ ਯਾਰ ਤੂੰ ਨਹੀਂ ਕਹਿੰਦਾ ਕੁਝ ਕਰ ਸਕਦਾ ਤੂੰ ਚੱਲ ਆਪਣਾ ਪੁੱਤ ਕਰ ਨੂੰ ਹਮ ਮਜ਼ਾਕ ਹਾਂ ਹਮ ਬਾਈ ਦੋ ਜਾਣੇ ਹੁੰਦੇ ਸੀ ਮੈਨੂੰ ਐ ਜਿਆਦਾ ਉਹ ਜੰਪ ਲਾਉਣ ਦੀ ਪ੍ਰੈਕਟਿਸ ਬਿਨਾ ਜਦੋਂ ਸਾਰਿਆਂ ਨੇ ਚਲੇ ਜਾਣਾ ਬਾਅਦ ਦੇ ਵਿੱਚ ਇਕੱਲਿਆਂ ਨਹੀਂ ਗਰਮੀ ਦੇ ਮਹੀਨੇ ਕਰੀ ਜਾਣੀ ਜੂਨ ਦੇ ਮਹੀਨੇ ਅੱਛਾ ਲੱਗੇ ਰਹਿਣਾ ਪਾਗਲਾਵਾਂ ਮੰਗ ਕਰਦੇ ਨੇ ਕਹਿਣਾ ਯਾਰ ਤੁਸੀਂ ਤੁਹਾਨੂੰ ਕੁੱਟ ਕੇ ਘੜੀਸਿਆ ਕਿਸੇ ਨੇ ਤੁਸੀਂ ਇੰਨਾਂ ਲਿਬੜੇ ਹੋ ਕਿਉਂਕਿ ਪਸੀਨਾ ਆ ਕੇ ਮਿੱਟੀ ਲੱਗ ਕੇ ਯਾਰ ਬਿਲਕੁਲ ਮਿੱਟੀ ਰੰਗੇ ਹੋ ਜਾਂਦੇ ਸੀ ਅਸੀਂ ਪਰਵਾਹੀ ਹੁੰਦੀ ਨਹੀਂ ਸੀ ਫਿਰ ਜਿੱਦਣ ਸਰ ਕਹਿੰਦਾ ਵੀ ਆਜਾ ਤੁਹਾਨੂੰ ਜੰਪ ਲਾਉਣਾ ਦੱਸਾਂ ਉਹ ਸਾਨੂੰ ਦੱਸ ਰਿਹਾ ਤੇ ਮੇਰਾ ਜੰਪ 16 ਫੁੱਟ ਦਾ ਸੀ ਅੱਛਾ ਲੌਂਗ ਜੰਪ ਹੂੰ ਸਰ ਹੈਰਾਨ ਰਹਿ ਗਿਆ ਕਹਿੰਦਾ ਇਹ ਕੀ ਮਾ ਸਰ ਵੀ ਤੁਸੀਂ ਕਿਹਾ ਸੀ ਕਿ ਤੂੰ ਕੁਝ ਨਹੀਂ ਕਰਦਾ ਮੈਂ ਆ ਕਰ ਰਿਹਾ ਹੂੰ ਜਿਹੜਾ ਸਰ ਕਹਿੰਦਾ ਸੀ ਤੂੰ ਕੁਝ ਨਹੀਂ ਕਰ ਸਕਦਾ ਉਹੀ ਸਰ ਮੇਰੇ ਲੌਂਗ ਜੰਪ ਤੇ ਤਾੜੀਆਂ ਮਾਰਦਾ ਸੀ ਉਹੀ ਸਰ ਮੇਰੇ ਹਾਈ ਜੰਪ ਤੇ ਤਾੜੀਆਂ ਮਾਰਦਾ ਸੀ ਮਿਹਨਤ ਪੱਲੇ ਪਈ ਟ੍ਰਾਇਲ ਕਲੀਅਰ ਕੀਤੇ ਬਾਈ ਪਿੰਡ ਦੇ ਯਕੀਨ ਨਾ ਮੰਨਣ ਅੱਛਾ ਜਿਹੜੇ ਯਾਰ ਦੋਸਤ ਕਹਿੰਦੇ ਸੀ ਕਹਿੰਦੇ ਲਾ ਲਾ ਕਹਿੰਦੇ ਝੂਠ ਬੋਲਦਾ ਇਹ ਟ੍ਰਾਇਲ ਕਿੱਥੇ ਕਿੱਥੇ ਕਲੀਅਰ ਹੋ ਗਏ ਜਾਂ ਕਿਉਂ ਸਰਕਾਰੀ ਰਿਕਾਰਡ ਬੋਲਦਾ ਉਹ ਅੱਜ ਵੀ ਕਢਾ ਸਕਦੇ ਹਾਂ ਭਾਈ ਜੇ ਕਿਸੇ ਨੂੰ ਯਕੀਨ ਨਹੀਂ ਹੈਗਾ ਤਾਂ ਉਹ ਅੱਜ ਵੀ ਕਢਾ ਸਕਦੇ ਹੋ ਸਹੀ ਹੈ ਉਹ ਰਿਕਾਰਡ ਹਨਾ 2016 ਦੀ ਭਰਤੀ ਵਾਲਾ ਬੋਲਦਾ ਪਰ ਕਹ ਲੋ ਕਿ ਰੱਬ ਜਿਵੇਂ ਬਾ ਦੇ ਪੈ ਗਿਆ ਹੁੰਦਾ ਵੀ ਤੇਰਾ ਕੁਛ ਮੈਂ ਕਰਨ ਨਹੀਂ ਦੇਣਾ ਹੂੰ ਨੌਕਰੀ ਨਹੀਂ ਮਿਲੀ ਅੱਛਾ ਮੇਰੇ 28 ਨੰਬਰ ਬਣਦੇ ਸੀ ਤੀਆਂ ਦੇ ਵਿੱਚੋਂ ਹੂੰ ਤੀਆਂ ਚ 26 ਵਾਲਾ ਨੌਕਰੀ ਲੈ ਗਿਆ ਮੈਂ ਰਹਿ ਗਿਆ ਕੀ ਕਰਨ ਬਣਿਆ ਪਤਾ ਲੱਗਿਆ ਕੁਲਵੀਰ ਚਿੰਜਰ ਦਾ ਗਾਣਾ ਸੁਣਿਆ ਪੁੱਤ ਜੱਟ ਦੇ ਬੇਰੇ ਜਗਾਰ ਨੂੰ ਰਾਖਮਾ ਕੋਟਾ ਮਾਰ ਗਿਆ ਹੂੰ ਉਹੀ ਗਾਣੇ ਅੱਛਾ ਉਹ ਸਿਲੈਕਟ ਆ ਉਹ ਅੱਜ ਵੀ ਡਿਊਟੀ ਕਰ ਰਿਹਾ ਇੱਥੇ ਮੁਹਾਲੀ 'ਚ ਅੱਛਾ ਤੇ ਮੈਂ ਹਾਲਾਂਕਿ ਮੈਂ ਪਰਸਨਲ ਤੌਰ ਤੇ ਜਾਤ ਪਾਤ ਮੈਂ ਨਹੀਂ ਕਦੇ ਵੀ ਹੈ ਨਾ ਯਕੀਨ ਨਹੀਂ ਕੀਤਾ ਮੇਰੇ ਯਾਰ ਦੋਸਤ ਸ਼ਡਿਊਲ ਕਾਸਟ ਭਾਈਚਾਰੇ ਦੇ ਨਾਲ ਸੰਬੰਧਿਤ ਜਿਨ੍ਹਾਂ ਤੇ ਮੱਜ ਵੀ ਮਾਣ ਕਰਦਾ ਹੂੰ ਜਿਹੜੇ ਅੱਜ ਵੀ ਆਪਣੇ ਨੇ ਮੇਰੇ ਹੂੰ ਉਹਨਾਂ ਤੇ ਖੜਾ ਪਰ ਸਾਡਾ ਸਿਸਟਮ ਜਿਹੜਾ ਉਹ ਐਦਾਂ ਕਿ ਉਹ ਟੈਲੈਂਟ ਨਹੀਂ ਦੇਖਦਾ ਉਹ ਨੰਬਰ ਨਹੀਂ ਦੇਖਦਾ ਉਹ ਤੁਹਾਡਾ ਸਰਟੀਫਿਕੇਟ ਨਹੀਂ ਦੇਖਦਾ ਸਿਰਫ ਇੱਕ ਜਾਤ ਦਾ ਸਰਟੀਫਿਕੇਟ ਦੇਖਦਾ ਹੂੰ ਬੜਾ ਰੋਇਆ ਮੈਂ ਇੱਥੇ ਤੱਕ ਵੀ ਕਹਤਾ ਸੀ ਕਿ ਰੱਬ ਹੈ ਨਹੀਂ ਹੂੰ ਮੈਂ ਸਦਾ ਕਹਤਾ ਸੀ ਮੈਂ ਮੈਂ ਕਰਦੇ ਨੂੰ ਕਹਤਾ ਸੀ ਕਿ ਤੁਸੀਂ ਕਹੀ ਜਨੋ ਰੱਬ ਆ ਦਿਖਾਓ ਮਨੂੰ ਕਿੱਥੇ ਰੱਬ ਹੂੰ ਨਹੀਂ ਹੈਗਾ ਰੱਬ ਜਿਹੜੇ ਰੱਬ ਨੇ ਮੈਨੂੰ ਪਹਿਲਾਂ ਇੰਨੀਆਂ ਮੁਸ਼ਕਲਾਂ ਫਜ ਬਚਪਨ ਤੋਂ ਦਿਖਾਈਆਂ ਜਿਹਨੂੰ ਮੈਂ ਬਾਹਰ ਚਲੇ ਗਿਆ ਹੋਰ ਇੰਨੀਆਂ ਨੌਕਰੀਆਂ ਦੇ ਮੈਂ ਫਾਰਮ ਭਰੇ ਯਾਰ ਮੇਰੇ ਲਈ ਕੁਝ ਵੀ ਨਹੀਂ ਹੂੰ ਮੇਰੇ ਲਈ ਕੁਝ ਵੀ ਨਹੀਂ ਮੈਂ ਕੀ ਬੁਰਾ ਕਰਤਾ ਰੱਬ ਦਾ ਇਸ ਕਰਕੇ ਮੈਂ ਠੋਕ ਕੇ ਕਹਿ ਰਿਹਾ ਰੱਬ ਹੈ ਨਹੀਂ ਹੂੰ ਕਰ ਦੇ ਕਹਿੰਦੇ ਨਹੀਂ ਰੱਬ ਹੈਗਾ ਮੈਂ ਨਹੀਂ ਹੈਗਾ ਮੈਂ ਦਿਖਾਓ ਹੂੰ ਕਿੱਥੇ ਹੂੰ ਉਹ ਅਮਲੀ ਵੀ ਆ ਇੱਕ ਨਸ਼ੇੜੀ ਵੀ ਆ ਇੱਕ ਉਹ ਨੂੰ ਨੌਕਰੀ ਮਿਲ ਰਹੀ ਆ ਤੁਸੀਂ ਡੋ ਪ੍ਰੋਟੈਸਟ ਦਾ ਸਿਸਟਮ ਸਾਡਾ ਪਖੰਡ ਕਰ ਰਿਹਾ ਤੇ ਨੌਕਰੀ ਮੈਨੂੰ ਨਹੀਂ ਮਿਲ ਰਹੀ ਜਦ ਕਿ ਮੈਂ ਠੋਕੇ ਦਾਵਾ ਕਰ ਸਕਦਾ ਮੈਂ ਅੱਜ ਤੱਕ ਕੋਈ ਨਿਸ਼ਾਨੀ ਕੀਤਾ ਹਮ ਸਿਸਟਮ ਸਾਡਾ ਕਿੱਥੇ ਫੇਲ ਆ ਤੁਸੀਂ ਮੈਨੂੰ ਦੱਸੋ ਤਾਂ ਸਹੀ ਰੱਬ ਕਿੱਥੇ ਆ ਫਿਰ ਹਮ ਤੇ ਚਲੋ ਗੁੱਸਾ ਸੀ ਹਨਾ ਹਮ ਟਾਈਮ ਬੋਲੇ ਆ ਉਸ ਤੋਂ ਬਾਅਦ ਥੋੜਾ ਜਿਹਾ ਸੰਭਲਿਆ ਹਮ ਆਪਣਾ ਕੰਮ ਕਰ ਸ਼ੁਰੂ ਕੀਤਾ ਅੱਛਾ ਇੱਕ ਫਾਰਮ ਛੋਟਾ ਜਿਹਾ ਸ਼ੁਰੂ ਕੀਤਾ ਯਕੀਨ ਸੀ ਹੋਰ ਲੋਕਾਂ ਦੇ ਚੱਲਦੇ ਨੇ ਯਾਰ ਮੇਰੇ ਨਾਲ ਉਹ ਵੀ ਚੱਲੇ ਆ ਪਤਾ ਨਹੀਂ ਕੀ ਅੱਛਾ ਉਹ ਉਹ ਸਟੇਮ ਮਤਲਬ ਉਹ ਜਿਆਦਾ ਹੈਨਾ ਨਹੀਂ ਸੀ ਉਹਨੇ ਬੈਨੀਫਿਟ ਦੇ ਵਿੱਚ ਉਹਨੇ ਪ੍ਰੋਫਿਟ ਦੇ ਵਿੱਚ ਅੱਛਾ ਮੈਂ ਮਾ ਯਾਰ ਪਤਾ ਨਹੀਂ ਵੀ ਰੱਬ ਦੇ ਮੈਂ ਮਾ ਵੀ ਹੁਣ ਹੱਥਾਂ ਦੀਆਂ ਲੀਕਾਂ ਤਾਂ ਸਾਰੀਆਂ ਚੈੱਕ ਕਰਾ ਦੀ ਹੁਣ ਪੈਰਾਂ ਪੂਰਿਆਂ ਦੀਆਂ ਕਰਾਈਏ ਮਿੱਤਰਾ ਵੀ ਹੁਣ ਤਾਂ ਹੈਨਾ ਫਿਰੇ ਯਾਰ ਫਿਰ ਭੱਜੇ ਹੈਨਾ ਫਿਰ ਹੋਰ ਕੀ ਕਰਦੇ ਫਿਰ ਸਭ ਕੁਝ ਕਰਦਾ ਹੈਨਾ ਤੇ ਉਹ ਹੋਰਾਂ ਦੇ ਹਰ ਸ਼ਹੀ ਮਹੀਨੇ ਬਾਅਦ ਮਿਸਤਰੀ ਲੱਗਿਆ ਰਹੇ ਕਰੇ ਕਿਉਂਕਿ ਉਹ ਕੰਮ ਐਦਾਂ ਦਾ ਫਾਰਮਰ ਮੇਰਾ ਯਾਰ ਉਹ ਵੀ ਨੁਕਸਾਨ ਨਾ ਮੇਰਾ ਖਰਾਕ ਦਾ ਨਾ ਪੂਰਾ ਹੋਏ ਕਰੇ ਹਮਮ ਯਾਰ ਕਰਾਂ ਦਾ ਕਰਾਂ ਕੀ ਸਭ ਕੁਝ ਹੋਇਆ ਹਮ ਜ਼ਿੰਦਗੀ ਪਰਿਵਾਰਕ ਤੌਰ ਤੇ ਅੱਗੇ ਵਧੀ ਪਰ ਫਿਰ ਪਰ ਮੇਰੇ ਬਾਪ ਹਮ ਤੇ ਜਿਹੜਾ ਜੀਵਨ ਸਾਥੀ ਜ਼ਿੰਦਗੀ ਦੇ ਵਿੱਚ ਆਇਆ ਉਹ ਮਤਲਬ ਉਹਨੇ ਮੈਨੂੰ ਇੱਕ ਗੱਲ ਕਹੀ ਸੀ ਮੈਂ ਪਹਿਲੀ ਵਾਰ ਗੱਲ ਔਨ ਕੈਮਰਾ ਕਰਨ ਲੱਗਿਆ ਅਜੇ ਤੱਕ ਮੈਂ ਕੀਤੀ ਨਹੀਂ ਹੂੰ ਉਹਨੇ ਮੈਨੂੰ ਗੱਲ ਕਹੀ ਕਿ ਜਾਂ ਆਪਣੀ ਮਾਂ ਛੱਡ ਦੇ ਜਾਂ ਮੈਨੂੰ ਛੱਡ ਦੇ ਅੱਛਾ ਮੇਰੀ ਮਾਂ ਅੱਜ ਵੀ ਮੇਰੇ ਨਾਲ ਉਹ ਮੇਰੇ ਨਾਲ ਨਹੀਂ ਹੂੰ ਮੈਂ ਸਦਾ ਕਹਤਾ ਸੀ ਕਿ ਮੇਰੀ ਮਾਂ ਜੇ ਮੈਨੂੰ ਰੱਬ ਤੇ ਮੇਰੀ ਮਾਂ ਦੇ ਵਿੱਚੋਂ ਇੱਕ ਨੂੰ ਚੁਣਨਾ ਪਿਆ ਤਾਂ ਮੇਰੀ ਮਾਂ ਨੂੰ ਚੁਣੂੰਗਾ ਮੈਂ ਹਮਸਾਰ ਇਹ ਅਕਸਰ ਹੁੰਦਾ ਹਨਾ ਜਿਵੇਂ ਇਹ ਗੱਲਾਂ ਕਹਿੰਦੇ ਅਸੀਂ ਆਮ ਜ਼ਿੰਦਗੀ 'ਚ ਵੀ ਵੇਖਦੇ ਆਂ ਵੀ ਜਦੋਂ ਵਿਆਹ ਹੋ ਜਾਂਦੇ ਆ ਉਹ ਅੱਡ ਹੋ ਜਾਂਦੇ ਆ ਘਰਾਂ ਦੇ ਵਿੱਚ ਵੰਡੀਆਂ ਪੈ ਜਾਂਦੀਆਂ ਵੀਰੇ ਅੱਡ ਅੱਡ ਕੀ ਦੇ ਨਾਲੋਂ ਹੁਣ ਉਹ ਮਾਂ-ਬਾਪ ਦੇ ਨਾਲੋਂ ਜਿਨ੍ਹਾਂ ਨੇ ਤੁਹਾਡੇਆਂ ਹਾਸੀਆਂ ਮੂੰਹ ਤੇ ਲਿਆਉਣ ਦੇ ਲਈ ਪਤਾ ਨਹੀਂ ਕਿਹੜੀਆਂ-ਕਿਹੜੀਆਂ ਕੁਰਬਾਨੀਆਂ ਕੀਤੀਆਂ ਨੇ ਤੁਹਾਡੇ ਜਦੋਂ ਕਿਤੇ ਸ਼ਿਕਾਇਤ ਆਉਂਦੀ ਹੋਊਗੀ ਜਿਹੜੇ ਅੱਡ ਹੁੰਦੇ ਨੇ ਉਹ ਸੋਚੋ ਕਿ ਜਦੋਂ ਤੁਹਾਡੀ ਸ਼ਿਕਾਇਤ ਆਉਂਦੀ ਹੋਊਗੀ ਤਾਂ ਤੁਹਾਡੀ ਮਾਂ ਉਸ ਲੇਡੀ ਨੂੰ ਕਿਉਂਕਿ ਲੇਡੀਆਂ ਹੀ ਜ਼ਿਆਦਾ ਸ਼ਿਕਾਇਤ ਲੈ ਕੇ ਆਉਂਦੀਆਂ ਨੇ ਨਹੀਂ ਤੇਰੇ ਮੁੰਡੇ ਨੇ ਮੇਰੇ ਪੁੱਤੇ ਦਾ ਸਿਰ ਪਾੜਤਾ ਤਾਂ ਫਿਰ ਜਦੋਂ ਸ਼ਿਕਾਇਤ ਆਈ ਹੋਗੀ ਤਾਂ ਤੁਹਾਡੀ ਮਾਂ ਕਿਵੇਂ ਉਹਨੂੰ ਭੱਜ ਕੇ ਪਈ ਹੋਊਗੀ ਕਿ ਮੇਰੇ ਪੁੱਤ ਨੂੰ ਤੂੰ ਐਂ ਕਹਿੰਦੀ ਆਂ ਬਿਲਕੁਲ ਇਹ ਵੀ ਸੋਚੋ ਨਾ ਹੂੰ بڑا ਉਹ ਚਲੋ ਉਹ ਹੋਇਆ ਕੰਮ ਤਾਂ ਉਹੀ ਗੱਲ ਮੇਣਾ ਵਾਲੀ ਆ ਗਈ ਹੂੰ ਕਿਸੇ ਨੇ ਮੇਣਾ ਮਾਰਿਆ ਤੇਰੀ ਔਕਾਤ ਕੀ ਆ ਅੱਛਾ ਇਹ ਸ਼ਬਦ ਇਹ ਸ਼ਬਦਾਂ ਨੇ ਬਾਈ ਕਿਤੇ ਮੈਂ ਠੋਕ ਕੇ ਕਹਿ ਸਕਦਾ ਮੇਰੀ ਜ਼ਿੰਦਗੀ ਬਦਲਦੀ ਯਾਰ ਅੱਛਾ ਮੈਂ ਧੰਨਵਾਦ ਹਾਂ ਉਸ ਬੰਦੇ ਦਾ ਜਿਨੇ ਆ ਮਿਹਣਾ ਮਾਰਿਆ ਕੇ ਤੇਰੀ ਔਕਾਤ ਕੀ ਆ ਕੇ ਯਾਰ ਤੈ ਮੈਨੂੰ ਆ ਸ਼ਬਦ ਕਹੇ ਤੇ ਮਨੂੰ ਕੁਛ ਨਹੀਂ ਸੀ ਪਤਾ ਮੈਂ ਕਰਨਾ ਕੀ ਆ ਕਿਉਂਕਿ ਫਾਰਮ ਦਾ ਕੰਮ ਸ਼ੁਰੂ ਕੀਤਾ ਸੀ ਉਹ ਪਰਸਨਲ ਲਾਈਫ ਡਿਸਟਰਬ ਹੋ ਗਈ ਸਭ ਕੁਝ ਹੋ ਗਿਆ ਮੈਂ ਉਹਨੂੰ ਇੱਕ ਗੱਲ ਕਹੀ ਕਿ ਮੇਰੀ ਔਕਾਤ ਤੈਨੂੰ ਮੈਂ ਨਹੀਂ ਹੁਣ ਮੇਰੇ ਲੋਕ ਦੱਸਾਂਗੇ ਮਨੂੰ ਨਹੀਂ ਪਤਾ ਮੇਰੇ ਮੂੰਹ ਚੋ ਜਵਾਬ ਕਿਵੇਂ ਆਇਆ ਮਨੂੰ ਨਹੀਂ ਸੀ ਪਤਾ ਮੈਂ ਕਰਨਾ ਕੀ ਆ ਜ਼ਿੰਦਗੀ ਦੇ ਵਿੱਚ ਮਨੂੰ ਨਹੀਂ ਸੀ ਪਤਾ ਮੈਂ মিডিਆ ਲਾਈਨ ਚ ਆਉਣਾ ਨਾ ਤੇ سٹਾਰ ਬ੍ਰੈਂਡ ਲੱਗ ਗਿਆ ਇਸ ਤਰ੍ਹਾਂ ਦੇ ਹਾਲਾਤ ਰਾਜ ਦੇ ਬਾਈ ਬਣ ਗਏ ਸੀ ਜਿਹੜੇ ਕਹਿੰਦੇ ਨੇ ਡਿਪਰੈਸ਼ਨ ਹਮ ਡਿਪਰੈਸ਼ਨ ਦੇ ਵਿੱਚ ਬੰਦਾ ਗਲਤ ਫੈਸਲੇ ਲੈਂਦਾ ਬਾਈ ਤੁਹਾਡਾ ਦਿਮਾਗ ਸਟਰੋਂਗ ਹੋਣਾ ਚਾਹੀਦਾ ਤੁਹਾਨੂੰ ਕੁਝ ਵੀ ਨਹੀਂ ਹੋ ਸਕਦਾ ਹਮ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਸੀ ਕਿ ਮੇਰੇ ਕੋਲ ਤੇਨ ਆਪਸ਼ਨਾਂ ਸੀ ਹਮ ਜਾਂ ਤਾਂ ਮੇਰੇ ਹੱਥ ਦੇ ਵਿੱਚ ਡਿਪਰੈਸ਼ਨ ਤੋਂ ਬਾਅਦ ਕਲਮ ਹੋ ਸਕਦੀ ਸੀ ਹਮ ਜਾਂ ਮੇਰੇ ਹੱਥ ਦੇ ਵਿੱਚ ਨਸ਼ੇ ਵਾਲਾ ਚਟੇਰਾ ਟੀਕਾ ਹੋ ਸਕਦਾ ਸੀ ਹਮ ਜਾਂ ਮੇਰੇ ਹੱਥ ਦੇ ਵਿੱਚ ਇੱਕ ਪਿਸਟਲ ਕਰਵਾਲ ਵਰ ਹੋ ਸਕਦਾ ਸੀ ਹੂੰ ਕਿਉਂਕਿ ਡਿਪਰੈਸ਼ਨ ਦੇ ਵਿੱਚ ਬੰਦਾ ਗੁੱਸੇ 'ਚ ਆ ਕੇ ਉਹ ਰਿਵਾਲਵਰ ਗੈਂਗਸਟਰ ਵਾਲੀ ਲਾਈਨ ਨੂੰ ਲੈ ਕੇ ਜਾਂਦਾ ਹੂੰ ਨਸ਼ਾ ਮੌਤ ਹੌਲੀ ਹੌਲੀ ਸਲੂਪੋਇਜ਼ਨ ਜੀ ਨੂੰ ਕਹਿੰਦੇ ਆ ਉਹਨੂੰ ਲੈ ਕੇ ਜਾਂਦਾ ਪਰ ਪਤਾ ਨਹੀਂ ਕੀ ਗੁਰੂ ਮਹਾਰਾਜ ਨੇ ਮੈਨੂੰ ਬਖਸ਼ ਕੀਤਾ ਕਿ ਹੱਥ ਦੇ ਵਿੱਚ ਕਲਮ ਆਪਣੇ ਆਪ ਹੀ ਦੇਤੀ ਬਾਈ ਹੂੰ ਪਰ ਇਸ ਲਾਈਨ ਦੇ ਵਿੱਚ ਆਉਣ ਦਾ ਕਿੱਸਾ ਵੀ ਮੇਰਾ ਬੜਾ ਕ ਮਜ਼ਾਕ ਜਿਹਾ ਵਾਲਾ ਇੱਕ ਹਾਸੇ ਜਿਹਾ ਵਾਲਾ ਹਾਂ ਹੂੰ ਬੈਠੇ ਆ ਮੈਨੂੰ ਟਾਈਮ ਵੀ ਯਾਦ ਆ ਜਨਵਰੀ ਦਾ ਮਹੀਨਾ ਜਨਵਰੀ ਦਾ ਮਹੀਨਾ ਤੇ ਜਨਵਰੀ ਦਾ ਮਹੀਨਾ ਤੇ ਮੈਂ ਬੈਠਾ ਰਾਤ ਦੇ ਪੌਣੇ 8 ਦਾ ਟਾਈਮ ਆ ਚੁੱਪ ਸ਼ਾਂਤ ਬੈਠਾ ਆਪਾਂ ਕਿੰਨੀਆਂ ਗੱਲਾਂ ਮਾਰਦੇ ਆ ਰਾਜਦੀਪ ਬਾਈ ਫੋਨ ਤੇ ਵੀ ਆਪਣੀ ਅਕਸਰ ਗੱਲ ਹੁੰਦੀ ਆ ਕਿਤੇ ਬੈਠਦੇ ਆ ਕਿੰਨਾ ਮੈਂ ਸਭ ਤੋਂ ਜ਼ਿਆਦਾ ਮੈਂ ਬੋਲਦਾ ਹਮ ਸਹੀ ਹੈ ਹੈਨਾ ਤੇ ਉਹ ਛਾਂਤ ਉਹ ਬੋਲਣੇ ਵਾਲਾ ਬੰਦਾ ਇੱਕਦਮ ਸ਼ਾਂਤ ਹੋ ਜੇ ਤਾਂ ਕਿੱਡਾ ਗੁਬਾਰ ਅੰਦਰ ਲਈ ਬੈਠਾ ਹੁੰਦਾ ਬਿਲਕੁਲ ਕ੍ਰਿਕਟ ਖੇਡਦਾ ਸੀ ਕ੍ਰਿਕਟ ਖੇਡਣ ਦਾ ਸ਼ੌਂਕੀ ਸੀ ਉਹ ਸਾਥਸੀ ਨੇ ਐਸੀ ਜ਼ਿੰਦਗੀ ਬਦਲੀ ਕਿ ਕ੍ਰਿਕਟ ਦਾ ਸ਼ੌਂਕ ਛੱਡਤਾ ਅੱਛਾ ਇੱਕ ਮਿੰਟ ਦੇ ਵਿੱਚ ਛੱਡਤਾ ਦੋਸਤਾਂ ਨੇ ਬੜਾ ਕਿਹਾ ਯਾ ਯਾਰ ਕ੍ਰਿਕਟ ਖੇਡ ਕੇ ਹੁਣ ਆ ਜਾ ਯਾਰ ਤੇਰੇ ਬਿਨਾਂ ਮੈਚ ਨਹੀਂ ਜਿੱਤ ਸਕਦੇ ਹੂੰ ਕ੍ਰਿਕਟ ਵਧੀਆ ਖੇਡ ਲੰਦਾ ਸੀ ਮੈਂ ਠੀਕ ਠਾਕ ਮਤਲਬ ਚੰਗੀ ਖੇਡ ਲੰਦਾ ਸੀ ਉਹ ਛੱਡਤਾ ਤੇ ਬੈਠੇ ਆ ਸੋਸ਼ਲ ਮੀਡੀਆ ਫੇਸਬੁੱਕ ਚ ਲਾ ਰਹੇ ਆ ਇੱਕ ਮੈਂ ਪੋਸਟ ਦੇਖਦਾ ਕਿ ਨਵੇਂ ਚੈਨਲ ਲਈ ਐਂਕਰਾਂ ਦੀ ਲੋੜ ਅੱਛਾ ਐਂਕਰ ਦੀ ਲੋੜ ਪੰਜਾਬ 'ਚ ਹੂੰ ਯੂਕੇ ਚ ਚੈਨਲ ਰਜਿਸਟਰਡ ਹੂੰ ਹੁਣ ਇਹ ਤਾਂ ਪਤਾ ਨਹੀਂ ਬਸ ਇੱਕ ਅਸੀਂ ਤਾਂ ਉਹ ਅੰਜਨਾ ਉਹ ਮਕਾਸ਼ੇਪੂਣੀ ਜਾਂ ਦੀਪਕ ਚਰਸੀ ਹੋਣੀ ਦੇਖਦੇ ਹੁੰਦੇ ਸੀ ਕਿ ਫੜਕੇ ਬਹਨੇਰੀ ਬੰਨੀ ਵੀ ਆ ਬੋਲੀ ਜਾਂਦੇ ਨੇ ਹੋਰ ਤਾਂ ਮੈਨੂੰ ਮੈਨੂੰ ਇੱਥੇ ਤੱਕ ਕਿ ਪੌਡਕਾਸਟ ਕੀ ਹੁੰਦਾ ਕਰੋਮਾ ਕੀ ਹੁੰਦਾ ਰਿੰਗ ਲਾਈਟਸ ਕੀ ਹੁੰਦੀਆਂ ਨੇ ਗ੍ਰੀਨ ਸਕਰੀਨ ਕੀ ਹੈ ਮੈਨੂੰ ਕੱਖ ਵੀ ਨਹੀਂ ਸੀ ਪਤਾ ਹੁੰਦਾ ਬਾਈ ਮੈਨੂੰ ਤਾਂ ਇਹ ਪਤਾ ਸੀ ਕਿ ਮੈਂ ਕਾ ਹੱਥ ਜਾ ਬੋਲਣਾ ਕੱਖ ਨਹੀਂ ਸੀ ਪਤਾ ਉਹ ਦੇਖਦੇ ਆ ਨਾ ਬੰਦਾ ਤਾਂ ਉਹ ਦੇਖਦਾ ਜਿਹੜਾ ਬਾਹਰ ਦੇਖਦਾ ਬਾਹਰ ਦੇਖਦਾ ਪਰ ਪਿੱਛੇ ਟੈਕਨੀਕਲ ਟੀਮ ਕਿਹੜੀ ਕੰਮ ਕਰਦੇ ਐਡੀਟਿੰਗ ਕੀ ਆ ਕਿਦਾਂ ਐਡੀਟਿੰਗ ਹੁੰਦੀ ਕੱਖ ਵੀ ਨਹੀਂ ਸੀ ਪਤਾ ਹੁੰਦਾ ਮੈਨੂੰ ਤੇ ਮੈਂ ਆਪਣੀ ਮੰਮੀ ਨੂੰ ਕਿਹਾ ਮਾਂ ਮੰਮੀ ਐਂ ਕਰਕੇ ਚੈਨਲ ਤੇ ਲੋੜਾ ਮੈਂ ਕਰ ਦਵਾਂ ਡੈਡੀ ਕਹਿੰਦਾ ਉਹ ਬਾਈਆ ਬੜੇ ਦੀਪਕ ਚਰਸੀਏ ਹੈ ਕਹਿੰਦਾ ਤੂੰ ਰਹਿਣ ਦੇ ਤੂੰ ਕਿਉਂ ਕਿਉਂ ਪੰਗੇ ਲੈਣ ਲੱਗਿਆ ਮਾ ਨਹੀਂ ਯਾਰ ਮਾ ਮੇਰਾ ਘਰੇ ਜੀ ਨਹੀਂ ਲੱਗਦਾ ਮਾ ਮੇਰਾ ਮਨ ਠੀਕ ਹੋਊਗਾ ਮਾ ਮੈਂ ਕਰਨਾ ਮੰਮੀ ਕਹਿੰਦੀ ਚੱਲ ਪੁੱਤ ਇਹ ਸ਼ਬਦ ਤਾਂ ਗੈਸਟ ਇਹ ਗੱਲਾਂ ਕੁਛ ਐਸੀਆਂ ਨੇ ਜਿਹੜੀਆਂ ਅਜੇ ਤੱਕ ਮੈਂ ਨਹੀਂ ਕਿਸੇ ਕੋਲ ਕੀਤੀਆਂ ਕਹਿੰਦੇ ਚੱਲ ਪੁੱਤ ਹੋਰ ਨਹੀਂ ਕੁਛ ਕਹਿੰਦੀ ਆਪਣੇ ਕੱਪੜੇ-ਕੋਪੜੇ ਲੈ ਲਈ ਅੱਛਾ ਕੋਈ ਗੱਲ ਨਹੀਂ ਕਹਿੰ ਤੂੰ ਕਰਨਾ ਤਾਂ ਕਰ ਤੇ ਮੈਂ ਇਹ ਸੋਚ ਕੇ ਬਾਈ ਇਸ ਲਾਈਨ ਦੇ ਵਿੱਚ ਆਇਆ ਸੀ ਕਿ ਵੀ ਕੰਮ ਕਰਾਂਗੇ ਦੋ ਕੁ ਮਹੀਨੇ ਹੂੰ ਥੋੜਾ ਮਨ ਜਾ ਹੋਰ ਹੋ ਜੂ ਮਾਣਾ ਮੋਟਾ ਘੁੰਮ ਫਿਰ ਲੂੰ ਹੂੰ ਠੀਕ ਆ ਸੈਟਾ ਆਪਣਾ ਕਰਦਾ ਵੀ ਇੱਕ ਚੰਗਾ ਕੰਮ ਕਰ ਲਗਾਗੇ ਹੂੰ ਅੱਛਾ 2 ਮਹੀਨਿਆਂ ਦੀ ਲੈਨ ਫੜੀ ਸੀ 2 ਮਹੀਨਿਆਂ ਦੀ ਲੈਨ ਫੜੀ ਸੀ ਬਾਈ ਸੱਚ ਦੱਸਦਾ ਮੈਂ ਤਾਂ ਕਿਤੇ ਵੀ ਚੈਨਲ ਤੇ ਫਲਾਣੇ ਤੇ ਜਾਵਾਂਗੇ ਫਲਾਣੇ ਤੇ ਜਾਵਾਂਗੇ ਬਾਈ ਕਦੇ ਸੋਚਿਆ ਹੀ ਨਹੀਂ ਸੀ ਹੂੰ ਇੱਕ ਮੈਨੂੰ ਫੋਟੋਆਂ ਖਿਚਾਉਣ ਦਾ ਬੜਾ ਸ਼ੌਂਕ ਆ ਅੱਛਾ ਕੋਈ ਕਲਾਕਾਰ ਆਉਂਦਾ ਪੰਜਾਬੀ ਕਲਾਕਾਰ ਆਉਂਦਾ ਮੈਨੂੰ ਬੜਾ ਸ਼ੌਂਕ ਆ ਉਹਦੇ ਨਾਲ ਫੋਟੋਆਂ ਕਰਾਉਣ ਦਾ ਐ ਸੀ ਚੱਲ ਯਾਰ ਹੋਰ ਨਹੀਂ ਕੁਝ ਪੰਜ ਚਾਰ ਕਲਾਕਾਰਾਂ ਨਾਲੇ ਫੋਟੋਆਂ ਕਰਾ ਲਾਂਗੇ ਹੋਰ ਨਹੀਂ ਕੁਛ ਹੈਗਾ ਇਹ ਲਾਲਚ ਸੀਗਾ ਛੋਟੇ ਛੋਟੇ ਖੁਸ਼ੀਆਂ ਹਨਾ ਲੱਭਦਾ ਸੀ ਕਿਉਂ ਖੁਸ਼ੀਆਂ ਮਿਲੀਆਂ ਨਹੀਂ ਸੀ ਤੇ ਮੈਂ ਉਸ ਬਾਈ ਨੂੰ ਇੰਗਲੈਂਡ ਦੇ ਵਿੱਚ ਮੈਸੇਜ ਕੀਤਾ ਮੈਨੂੰ ਕਹਿੰਦਾ ਯਾਰ ਥੋੜੀ ਜੀ ਸਟਾਰਟਿੰਗ ਜੀ ਕਰਕੇ ਭੇਜ ਦੇ ਭੂਮੀਗਾ ਭੇਜ ਦੇ ਕਰਕੇ ਅੱਜ ਤਾਂ ਮੈਂ ਇੱਕ ਹੱਸਦਾ ਹੋਂ ਨਾ ਅੱਜ ਤਾਂ ਜੇ ਲਦੈਨ ਦੀ ਇੰਟਰਵਿਊ ਕਰਾ ਦੇ ਉਸ ਟਾਈਮ ਦਾ ਇੰਟਰਵਿਊ ਦਾ ਪਤਾ ਹੀ ਕੁਛ ਨਹੀਂ ਸੀ ਕੀ ਕਰਦਾ ਅੱਛਾ ਤੇ ਉਹਨੇ ਮਨੂੰ ਭੂਮੀਗਾ ਜੀ ਕਰਕੇ ਭੇ ਕਿਹਾ ਮੈਂ ਜੀ 10 15 ਸੈਕਿੰਡ ਦੀ ਵੀ ਉਹਨਾਂ ਤੁਸੀਂ ਦੇਖ ਰਹੇ ਹੋ ਫਲਾਣਾ ਫਲਾਣਾ ਇਹ ਹੋ ਗਿਆ ਪੰਜਾਬ ਚ ਕਿਸਾਨੀ ਧਰਨਾ ਚੱਲਦਾ ਸੀ ਉਸ ਟਾਈਮ ਅੱਛਾ ਕਿਸਾਨੀ ਬੈਲਾਂ ਨੂੰ ਲੈ ਕੇ ਕਿਸਾਨ ਜਿਹੜੇ ਨੇ ਦਿੱਲੀ ਜਾ ਰਹੇ ਨੇ ਆਇਆ ਬਾਜ ਮੈਂ ਕਰਕੇ ਮੈਨੂੰ ਕਹਿੰਦਾ ਯਾਰ ਬਾਕਮਾਲਾ ਤਰਾ ਕੰਫੀਡੈਂਸ ਤੋਂ ਹੂੰ ਕਹਿੰਦਾ ਤੋ ਸ਼ੁਰੂ ਕਰ ਇੱਕ ਡੇਢ ਮਹੀਨਾ ਬਾਅਦ ਫ੍ਰੀ ਕੀਤਾ ਤੇ ਹੌਲੀ 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 ਫਿਰ ਯੋਗਰਾਜ ਸਿੰਘ ਜੀ ਦੀ ਇੰਟਰਵਿਊ ਕੀਤੀ ਅੱਛਾ ਵੱਡਾ ਨਾਮ ਆ ਪੰਜਾਬੀ ਫਿਲਮ ਇੰਡਸਟਰੀ ਦਾ ਉਹ ਵੀ ਐਕਸੀਡੈਂਟਲ ਮਿਲੀ ਮੈਨੂੰ ਇੰਟਰਵਿਊ ਉਹ ਵੀ ਨਹੀਂ ਸੀ ਪਤਾ ਮੈਨੂੰ ਕਿ ਮੈਂ ਇਹਨਾਂ ਦੀ ਇੰਟਰਵਿਊ ਕਰਨੀ ਆ ਹੂੰ ਮੇਰਾ ਇੱਕ ਦੋਸਤ ਸੀ ਕਿਸੇ ਹੋਰ ਚੈਨਲ ਤੇ ਉਹ ਕਰਕੇ ਗਿਆ ਸੀ ਅੱਛਾ ਮੈਂ ਚੰਡੀਗੜ੍ਹ ਆਇਆ ਵਾ ਸੀ ਕਿਸੇ ਦੋਸਤ ਦੇ ਨਾਲ ਵੈਸੀ ਹਮ ਹੈਨਾ ਤੇ ਮੋਬਾਈਲ ਕੋਲ ਮਾਈਕ ਮੇਰੇ ਕੋਲ ਮੋਬਾਈਲ ਤੇ ਸ਼ੂਟ ਕਰਦਾ ਤੇ ਦੋਸਤ ਨੂੰ ਮੈਂ ਉਹਨੂੰ ਫੋਨ ਲਾਇਆ ਮਹਾ ਯਾਰ ਤੂੰ ਯੋਗਰਾਜ ਉਹਨਾਂ ਦੇ ਇੰਟਰਵਿਊ ਕਰਕੇ ਆਇਆ ਸੀ ਕਹਿੰਦਾ ਹਾਂ ਮਹਾ ਵੀ ਯਾਰ ਮੰਨੂ ਯੋਗਰਾਜ ਉਹਨਾਂ ਦਾ ਨੰਬਰ ਭੇਜ ਦੇ ਕਹਿੰਦਾ ਬਾਈ ਭੇਜ ਦਨ ਕੋਈ ਗੱਲ ਹੈ ਮੈਂ ਪੁੱਛਿਆ ਫੋਨ ਲਾਇਆ ਜੀ ਯੋਗਰਾਜ ਉਹਨਾਂ ਨੇ ਚੱਕਿਆ ਨਹੀਂ ਹਾਂ ਮਾਹ ਚਲ ਛੱਡ ਪਰੇ ਯਾਰ ਕੋਈ ਨਹੀਂ ਛੱਡ ਪਰੇ ਆਫਿਸ ਦਾ ਹੋਣਾ ਆਫਿਸ ਟਾਈਮ ਨਹੀਂ ਸੀਗਾ ਆਫਿਸ ਦਾ ਹੋਣਾ ਕੋਈ ਨਹੀਂ 10 ਮਿੰਟ ਬਾਅਦ ਅਸੀਂ ਚੰਡੀਗੜ੍ਹ ਕਿਸੇ ਲਾਈਟਾਂ ਤੇ ਸੀ ਫੋਨ ਆਇਆ ਉਸੇ ਨੰਬਰ ਤੋਂ ਮਾ ਹੈਲੋ ਕਹਿੰਦੇ ਹੈਲੋ ਹਾਂ ਜੀ ਫੋਨ ਆਇਆ ਸੀ ਮਾ ਸਰ ਕੌਣ ਯੋਗਰਾਜ ਸਿੰਘ ਬੋਲਦਾ ਜੀ ਅੱਛਾ ਹੁਣ ਮੈਨੂੰ ਤਾਂ ਐਸੀ ਕੋਈ ਆਫਿਸ ਬாய் ਕਰੇਗਾ ਕੋਈ ਉਹਨਾਂ ਦਾ ਮੈਨੇਜਰ ਕਰੇਗਾ ਮਹਾ ਜੀ ਬਾਈ ਜੀ yograj ji ਨਾਲ ਮਾ ਤੁਸੀਂ ਯਾਰ ਕਿਉਂ ਦਿਮਾਗ ਖਰਾਬ ਕਰਦੇ ਹੋ ਮੇਰਾ yograj ji ਅੱਜ ਵੀ ਯਾਦ ਉਹ ਗੱਲ ਯਾਦ ਕਰਦੇ ਨੇ ਉਹ ਹੱਸਦੇ ਨੇ ਕਹਿੰਦੇ ਤੂੰ ਮੈਨੂੰ ਫਸਟ ਡੇ ਐਡਾ ਕਿਹਾ ਸੀ ਬੜਾ ਉਹਨਾਂ ਦੇ ਨਾਲ ਉਸ ਤੋਂ ਬਹੁਤ ਬੜੀ ਚੰਗੀ ਸ਼ਖਸੀਅਤ ਹੈ ਯਾਰ ਹਨਾ ਬੜੀ ਵਧੀਆ ਸ਼ਖਸੀਅਤ ਕਹਿੰਦੇ ਤੂੰ ਮੈਨੂੰ ਇਦਾਂ ਕਿਹਾ ਸੀ ਤੇ ਹਾਂ ਯਾਰ ਕਿਉਂ ਦਿਮਾਗ ਖਰਾਬ ਕੀਤਾ ਯਾਰ ਮੈਂ ਮੈਂ ਮਠਨ ਚੱਕਰਵਰਤੀ ਬੋਲਦਾ ਮੈਂ ਬੋਲੀ ਜਾਂਦਾ ਤੇ ਕਹਿੰਦਾ ਕਾਕਾ ਜੀ ਮੈਂ ਯੋਗਰਾਜ ਸਿੰਘ ਬੋਲਣਾ ਤੁਸੀਂ ਫੋਨ ਕੀਤਾ ਮੈਂ ਸਰ ਮੈਂ ਆ ਚੈਨਲ ਤੋਂ ਬੋਲਦਾ ਮੈਂ ਤੁਹਾਡੀ ਇੰਟਰਵਿਊ ਕਰਨੀ ਆ ਗਲਤਾਂ ਕੋਈ ਕਰਨੀਓ ਸੀ ਹੁਣ ਏਡੇ ਸ਼ਖਸੀਅਤ ਵੱਡੀ ਸ਼ਖਸੀਅਤ ਦਾ ਹਨਾ ਸੁਣਦਾ ਵੇ ਤੇ ਕਹਿੰਦੇ ਹੁਣ ਕੋਈ ਵੀ ਬਈ ਕਲਾਕਾਰ ਆ ਇੱਕ ਦੋ ਦਿਨ ਬਾਅਦ ਦਾ ਟਾਈਮ ਦਿੰਦਾ ਉਹ ਦੋ ਦਿਨ ਬਾਅਦ ਆ ਜਾਂ ਤਿੰਨ ਦਿਨ ਬਾਅਦ ਮੈਨੂੰ ਉਹਨਾਂ ਨੇ ਟਾਈਮ ਪਤਾ ਕਰਦੇ ਆ ਸੀ ਕਾਕਾ ਜੀ 12 ਵਜੇ ਨੇ 2:30 ਵਜੇ ਆਜੋ ਅੱਛਾ ਕਹਿੰਦੇ ਹੁਣ ਪਤਾ ਕੁਛ ਨਹੀਂ ਯੋਗਰਾਜ ਸਿੰਘ ਇੱਕ ਵੱਡਾ ਨਾਮ ਏ ਯਾਰ ਉਹਨਾਂ ਦੀ ਮੈਂ ਇੰਟਰਵਿਊ ਕਿਵੇਂ ਕਰਾਂ ਮੈਂ ਚੈਨਲ ਵਾਲਾ ਨੂੰ ਫੋਨ ਕਰੀ ਜਾਵਾਂ ਉਹ ਮਾਦਾ ਸ਼ੇਰ ਉਹ ਫੋਨ ਨਾ ਚੱਕੇ ਅੱਛਾ ਸਵਾਲ ਤਾਂ ਦੱਸਦੇ ਪਤਾ ਹੀ ਕੁਛ ਨਹੀਂ 2 ਮਹੀਨੇ ਹੋਏ ਨੇ ਮੈਨੂੰ ਇਸ ਫੀਲਡ ਚ ਆਏ ਨੂੰ ਤੇ ਫਿਰ ਖੇਤੀ ਬੇਲ ਸੀਗੇ ਬਾਈ ਉਸ ਟਾਈਮ ਮੈਂ ਖੇਤੀ ਬੇਲ ਵੜ ਲੈ ਫਿਰ ਅੱਛਾ ਮੈਂ ਆਪੇ ਬੋਲੀ ਜਾਵਾਂ ਜੀ ਮੈਨੂੰ ਤਾਂ ਮੈਂ ਤਾਂ ਜਿਹੜੇ ਅੱਛਾ ਸਵਾਲ ਕਰਨੇ ਸੀ ਮਣੇ ਮੋਟੇ ਚਲੋ ਕੀਤੇ ਵੀ ਇੱਕ ਉਹਨਾਂ ਦਾ ਇੱਕ ਰਤਬਾ ਹਨਾ ਦਿਖ ਕਿ ਉਹ ਮੈਂ ਉਹ ਬੜਾ ਬਾਈ ਖੁਸ਼ੀ ਦੀ ਮੇਰੇ ਲਈ ਪਲ ਸੀਗੇ ਖੁਸ਼ੀ ਦੇ ਪਾਲ ਹੈਨਾ ਤੇ ਇੱਕ ਸੀ ਯਾਰ ਕੇ ਜਿਹੜਾ ਬੰਦਾ ਕਹਿੰਦਾ ਸੀ ਕਿ ਕੁਝ ਮਾਣਾ ਮੂਟਾ ਕਰ ਲਾਂਗੇ ਉਹ ਬੰਦਾ ਯੋਗ ਰਾਜ ਨੂੰ ਸਵਾਲ ਕਰਕੇ ਆ ਯਾਰ ਵਾ ਯਾਰ ਚਾਹੇ ਥੋੜੀ ਕੀਤੇ ਨੇ ਉਸ ਤੋਂ ਬਾਅਦ ਮੈਂ ਫੈਸਲਾ ਕਰ ਲਿਆ ਕਿ ਨਹੀਂ ਹੁਣ ਇਹ ਲਾਈਨ ਛੱਡਣੀ ਨੇ ਅੱਛਾ ਇਸੇ ਲਾਈਨ ਚ ਜਾਵਾਂਗੇ ਹੂੰ ਬੜੀਆਂ-ਬੜੀਆਂ ਇੰਟਰਵਿਊਜ਼ ਜਿਨ੍ਹਾਂ ਨੂੰ ਆਪਣੇ ਆਈਡਲ ਮੰਨਿਆ ਬਾਈ ਜਗਦੀਪ ਥਲੀ ਹੋਣੀ ਹੂੰ ਉਹਨਾਂ ਨੂੰ ਮੈਂ ਅੱਜ ਵੀ ਬੇਸ਼ੱਕ ਉਹਨਾਂ ਦਾ ਚੈਨਲ ਮੈਂ ਛੱਡ ਦਿੱਤਾ ਹਨਾ ਹੂੰ ਪਰ ਇੱਕ ਰਿਸਪੈਕਟ ਹੁੰਦੀ ਆ ਬੜਾ ਬਾਈ ਮੱਕੜੋਣੀ ਨੇ ਬਾਈ ਥਲੀ ਹੋਣੀ ਨੇ ਹਨਾ ਥਲੀ ਬਾਈ ਦਾ ਮਨ ਨੂੰ ਸਭ ਤੋਂ ਵੱਡਾ ਉਹ ਲੱਗਿਆ ਕਿ ਜਦੋਂ ਮੇਰੇ ਹੀ ਘਰ ਬੈਠੇ ਥਲੀ ਬਾਈ ਨੇ ਮੈਨੂੰ ਕਿਹਾ ਸੀ ਸੰਸਾਰ ਮੇਰੇ ਨਾਲ ਕੰਮ ਕਰ ਅੱਛਾ ਬੜੀ ਖੁਸ਼ੀ ਹੋਈ ਯਾਰ ਕਿ ਮੈਂ ਤਾਂ ਇਹ ਸੋਚੇ ਨਹੀਂ ਸੀ ਮਨ ਤੱਕ ਦੇ ਮੈਨੂੰ ਇਹ ਸਾਲ ਇਹ ਨਹੀਂ ਪਤਾ ਲੱਗਿਆ ਕਿ ਇੰਟਰਵਿਊ ਕਿਵੇਂ ਦੇਈ ਦੀ ਆ ਜਾ ਕੇ ਚੈਨਲ ਤੇ ਹੂੰ ਕੀ ਕਰਾਂਗੇ ਹੂੰ ਇਹੀ ਸੀ ਬਸ ਇੱਥੇ ਰਹਿਣਾ ਉੱਥੇ ਉਹ ਹੋਇਆ ਸਭ ਕੁਝ ਤੇ ਜਦੋਂ ਇੱਕ ਘਟਨਾ ਮੇਰੇ ਦਿਮਾਗ ਦੇ ਵਿੱਚ ਆਈ ਆ ਕਿ ਜਦੋਂ ਇਹ ਲਾਈਨ ਮੈਂ ਸ਼ੁਰੂ ਕੀਤੀ ਮਹੀਨਾ ਕੋ ਹੋਇਆ ਜਿਹੜੇ ਮੁੰਡੇ ਨੇ ਮੈਨੂੰ ਮਾਰਿਆ ਸੀ ਮੇਣਾ ਬਾਹਰ ਜਾਣ ਦਾ ਉਹੀ ਮੁੰਡਾ ਮੈਂ ਸਾਈਕਲ ਤੇ ਜਾਵਾਂ ਮਨੂੰ ਕਹਿੰਦਾ ਆ ਗਿਆ ਵੱਡਾ ਰਵੀਸ਼ ਕੁਮਾਰ ਅੱਛਾ ਜਾਂਦਾ ਰਵੀਸ਼ ਕੁਮਾਰ ਹੁਣ ਰਵੀਸ਼ ਕੁਮਾਰ ਅਸੀਂ ਨਹੀਂ ਬਣ ਸਕਦੇ ਯਾਰ ਮੈਂ ਸੰਸਾਰ ਦੀਪਾਂ ਤੂੰ ਰਾਜਦੀਪ ਹਾਂ ਬਿਲਕੁਲ ਹੈਨਾ ਸਾਡੀ ਆਪਣੀ ਆਈਡੈਂਟੀਟੀ ਆ ਤਾਂ ਮੈਂ ਸਾਈਕਲ ਇੱਕਦਮ ਘਮਾਇਆ ਉਹਨੂੰ ਆਏ ਸੀ ਮੇਰੇ ਨਾਲ ਲੜੇਗਾ ਮਨੂੰ ਗਾਲੀ ਗਲੋਚ ਕਰੇਗਾ ਮਰੇ ਥੱਪੜ ਮਾਰੇਗਾ ਨਾ ਮੇਰੀ ਮੇਰੀ ਮੈਟੈਲਿਟੀ ਨਹੀਂ ਹੈ ਤਾਂ ਮੈਂ ਉਹਨੂੰ ਕਿਹਾ ਮਹਾ ਬਾਈ ਗੱਲ ਸੁਣੀ ਕਹਿੰਦਾ ਹਾਂ ਮਤਾ ਰਵੀਸ਼ ਕੁਮਾਰ ਕਹੈ ਨਾ ਕਹਿੰਦਾ ਹਾਂ ਰਵੀਸ਼ ਕੁਮਾਰ ਤਾਂ ਨਹੀਂ ਪਰ ਇੱਕ ਦਿਨ ਸੰਸਾਰਦੀਪ ਜ਼ਰੂਰ ਬਣੂੰਗਾ ਹੂੰ ਬਿਲਕੁਲ ਇੱਕ ਦਿਨ ਸੰਸਾਰਦੀਪ ਮੈਂ ਜ਼ਰੂਰ ਬਣੂੰਗਾ ਰਵੀਸ਼ ਕੁਮਾਰ ਮੈਂ ਨਹੀਂ ਬਣ ਸਕਦਾ ਵੱਡਾ ਨਾਮ ਉਹਨਾਂ ਦਾ ਉਹ ਬਹੁਤ ਉੱਚੀ ਸ਼ਖਸੀਅਤ ਬਿਲਕੁਲ ਰਵੀਸ਼ ਕੁਮਾਰ ਨਹੀਂ ਬਣੂੰਗਾ ਮੈਂ ਕਦੇ ਸੰਸਾਰਦੀਪ ਬਣੂੰਗਾ ਮਜ਼ਾਕ ਦਾ ਪਾਤਰ ਵੀ ਬਣਿਆ ਤੂੰ ਆਜ ਤੱਕ ਤੇ ਜਾਏਂਗਾ ਤੂੰ ਫਲਾਣੇ ਤੇ ਜਾਏਂਗਾ ਤੂੰ ਇਹ ਜਾਏਂਗਾ ਜਿਹੜੇ ਬੰਦੇ ਮਜ਼ਾਕ ਬਣਾਉਂਦੇ ਸੀ ਜਿਹੜੇ ਕਹਿੰਦੇ ਸੀ ਤੇਰਾ ਪੱਤਰਕਾਰੀ ਚ ਕੁਝ ਨਹੀਂ ਬਣਨਾ ਤੇਰਾ ਕੋਈ ਕੋਰਸ ਨਹੀਂ ਆ ਤੇਰੀ ਕੋਈ ਡਿਗਰੀ ਨਹੀਂ ਆ ਤੇਰਾ ਕੋਈ ਕੁਝ ਨਹੀਂ ਆ ਅੱਜੋ ਹੀ ਜਦੋਂ ਕਿੱਤੇ ਵੀਡੀਓ ਵਾਇਰਲ ਹੁੰਦੀ ਆ ਗੁਰੂ ਮਹਾਰਾਜ ਦੀ ਕਿਰਪਾ ਨਾਲ ਲੋਕ ਦੇਖਦੇ ਨੇ ਉਹਨਾਂ ਦਾ ਕੋਈ ਰਿਸ਼ਤੇਦਾਰ ਉਹਨਾਂ ਦੇ ਸਾਹਮਣੇ ਦੇਖ ਲਵੇ ਉਹ ਹੀ ਉਹਨਾਂ ਨੂੰ ਕਹਿੰਦੇ ਨੇ ਯਾਰ ਸਾਡੇ ਨਾਲੇ ਕ੍ਰਿਕਟ ਖੇਡਦਾ ਰਿਹਾ ਏ ਸਾਡੀ ਪਿੰਡ ਦਾ ਹਮ ਅੱਜ ਆ ਹੀ ਗਿਆ ਮੁੜ ਕੇ ਨਾ ਪਹਿਲਾਂ ਕਹੀ ਪਹਿਲਾਂ ਨੁਲਾਇਕਿਆ ਜਾਂਦਾ ਬਾਅਦ ਕਿ ਸਾਨੂੰ ਤਾਂ ਪਤਾ ਹੀ ਸੀ ਸਾਨੂੰ ਤਾਂ ਪਤਾ ਹੀ ਸੀ ਤੂੰ ਕੁਛ ਕਰੇਗਾ ਤੇ ਇਦਾਂ ਕਿ ਇੱਕ ਗੱਲ ਮੈਂ ਹਮੇਸ਼ਾ ਕਹਿਣਾ ਹੁੰਨਾ ਕਿ ਮੈਂ ਧੰਨਵਾਦੀ ਹਾਂ ਉਸ ਰੱਬ ਦਾ ਕਿ ਜਿਨੇ ਜ਼ਿੰਦਗੀ ਚ ਇੰਨੀਆਂ ਮੁਸ਼ਕਲਾਂ ਲੈ ਕੇ ਆਉਂਦੀਆਂ ਬਾਈ ਹਮ ਮੈਂ ਛੋਕਾ ਗਜ਼ਾਰਾਂ ਮੈਂ ਉਸ ਗੁਨਾ ਦੀ ਵੀ ਮਾਫੀ ਮੰਗੀ ਜਿੱਥੇ ਮੈਂ ਕਿਹਾ ਸੀ ਕਿ ਰੱਬ ਨਹੀਂ ਹੈ ਅੱਜ ਸੰਸਾਰ ਪੱਤਰਕਾਰੀ ਦੇ ਫੀਲਡ 'ਚ ਵੀ ਕੋਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਬਹੁਤ ਨੇ ਬਾਈ ਬਹੁਤ ਨੇ ਉਹ ਤਾਂ ਉਹ ਤਾਂ ਲੱਤਾਂ ਖਿੱਚਣ ਵਾਲੇ ਬਹੁਤ ਨੇ ਸਾਡੇ ਹੀ ਫੀਲਡ ਦੇ ਵਿੱਚ ਕਹਿ ਲੋ ਕਿ ਜਿਹੜਾ ਢਿੱਡ ਨਾ ਫਰੋਲੀਏ ਉਹੀ ਚੰਗਾ ਹੂੰ ਤੇ ਲੱਤਾਂ ਕੋਈ ਐਹੋ ਜੀ ਗੱਲ ਹੋਈ ਹੋਵੇ ਕਦੇ ਕਦੇ ਦਿਲ ਕੀਤਾ ਹੋਵੇ ਯਾਰ ਵੀ ਇਹ ਲਾਈਨ ਕਿੱਧਰ ਪੈ ਗਈ ਕਦੇ ਇਸ ਤਰ੍ਹਾਂ ਤਾਂ ਨਹੀਂ ਮਹਿਸੂਸ ਹੋਇਆ ਬਾਈ ਇਸ ਤਰ੍ਹਾਂ ਨਹੀਂ ਮਹਿਸੂਸ ਹੋਇਆ ਪਤਾ ਕੀ ਹੁੰਦਾ ਜਦੋਂ ਆਪਾਂ ਕਿਸੇ ਲੋਕਾਂ ਦੇ ਹੱਕ ਦੇ ਵਿੱਚ ਲੋਕਾਂ ਤੋਂ ਮੈਨੂੰ ਕਈ ਵਾਰ ਗਿਲਾ ਹੋ ਜਾਂਦਾ ਯਾਰ ਹੂੰ ਸਾਡਾ ਕੰਪੀਟੀਟਰ ਆ ਸਾਡਾ ਮੇਰਾ ਮੁਕਾਬਲੇਬਾਜ਼ ਆ ਤੁਸੀਂ ਤੁਸੀਂ ਉਹ ਇੱਕ ਅਦਾਰਾ ਕਰ ਰਹੇ ਹੋ ਮੈਂ ਇੱਕ ਅਦਾਰਾ ਚਲੋ ਇੱਕ ਕਰ ਰਿਹਾ ਹਾਂ ਹਣਾ ਹੂੰ ਆਪਣੇ ਚ ਇੱਕ ਹੈਲਦੀ ਕੰਪੀਟੀਸ਼ਨ ਹੋਵੇ ਇੱਕ ਹੋਵੇ ਕਿ ਤੈਂ ਇਹ ਸਟੋਰੀ ਕੱਢੀ ਆ ਤਾਂ ਮੈਂ ਇਹ ਸਟੋਰੀ ਇਸ ਤਰੀਕੇ ਦੇ ਨਾਲ ਇਤੋਂ ਵਧੀਆ ਕੱਢੂੰਗਾ ਇਹ ਚੰਗੀ ਗੱਲ ਆ ਪਰ ਆ ਪਿੱਛੇ ਜੀ ਹੋਇਆ ਥੋੜੀ ਦਿਨ ਹੋਏ ਇੱਕ ਵੱਡਾ ਨਾਮ ਮੈਂ ਨਹੀਂ ਨਾਮ ਨਾਊਂਗਾ ਅੱਛਾ ਤੇ ਚੰਗਾ ਵਧੀਆ ਜਦੋਂ ਬਾਈ ਉਹਨਾਂ ਨੇ ਮੈਨੂੰ ਚੈਨਲ ਦੀ ਮੈਨੇਜਮੈਂਟ ਹੈਡ ਦੇ ਤੌਰ ਤੇ ਮੈਨੂੰ ਹਨਾ ਚੁਣਿਆ ਤਾਂ ਬਾਈ ਉਹਨਾਂ ਨੇ ਗੱਲ ਕੀਤੀ ਤਾਂ ਮੈਨੂੰ ਨੋ ਨੋ ਉੱਥੇ ਨਾ ਜਾਈ ਯਾਰ ਅੱਛਾ ਉੱਥੇ ਨਾ ਜਾਈ ਕੋਈ ਫਾਇਦਾ ਨਹੀਂ ਏਦਾਂ ਮਤਲਬ ਛੋਟੀਆਂ ਛੋਟੀਆਂ ਹਨਾ ਗੱਲਾਂ ਉਹ ਲੱਤਾਂ ਖਿੱਚਣੇ ਵਾਲਾ ਕਿਤੇ ਯਾਰ ਕਿਤੇ ਮੇਰਾ ਬਰਾਬਰ ਦਾ ਸਰੀਕ ਤਾਂ ਨਹੀਂ ਬਣ ਜੇਗਾ ਇਹ ਹਾਂ ਸਹੀ ਗੱਲ ਉਹ ਉਹ ਥੋੜਾ ਜਿਹਾ ਹੁੰਦਾ ਪਰ ਗੱਲ ਬਾਈ ਦੁੱਖ ਉੱਥੇ ਆਉਂਦਾ ਜਦੋਂ ਲੋਕਾਂ ਦੇ ਹੱਕ ਦੇ ਵਿੱਚ ਖੜਦੇ ਆ ਹੂੰ ਤਾਂ ਉਹੀ ਲੋਕ ਬਾਅਦ ਦੇ ਵਿੱਚ ਕਹਿ ਰਹੇ ਨੇ ਬਾਈ ਸਾਡੀ ਤਾਂ ਸਹਿਮਤੀ ਹੋ ਗਈ ਤੁਸੀਂ ਵੀਡੀਓ ਡਿਲੀਟ ਕਰੋ ਆ ਪਿੱਛੇ ਜੀ ਆਇਆ ਇੱਕ ਥੋੜਾ ਸਾਡੇ ਮੇਰੇ ਕੋਲ ਕਿ ਉਹ ਸਾਡੀ ਤਾਂ ਜੀ ਹੋ ਗਿਆ ਵੀ ਸਾਡੇ ਤਾਂ ਤੁਸੀਂ ਨੇ ਆ ਕਰਤਾਗਾ ਫਿਰ ਤੁਸੀਂ ਵੀਡੀਓ ਡਿਲੀਟ ਕਰੋ ਕੋਈ ਯਾਰ ਅਸੀਂ ਤਾਂ ਤੁਹਾਡੇ ਕੋਲ ਆਏ ਨਹੀਂ ਸੀ ਮਿੰਤਾ ਕਰਦੇ ਫਿਰਦੇ ਨਹੀਂ ਸੀ ਤੁਸੀਂ ਸਾਡੇ ਤੋਂ ਉਮੀਦ ਲੈ ਕੇ ਆਏ ਸੀ ਅਸੀਂ ਤੁਹਾਡੇ ਹੱਕ ਦੇ ਵਿੱਚ ਆਵਾਜ਼ ਚੱਕੀ ਆ ਅਸੀਂ ਨੇ ਸਾਡਾ ਤਾਂ ਕੋਈ ਵਿਰੋਧ ਨਹੀਂ ਸੀ ਸਾਡਾ ਥੋੜਾ ਕੋਈ ਵੈਰbro ਸੀ ਅਸੀਂ ਥੋੜਾ ਜਾਣਦੇ ਸੀ ਅਸੀਂ ਨੇ ਸਿਸਟਮ ਦੇ ਨਾਲ ਮੱਥਾ ਲਾਇਆ ਅਸੀਂ ਨੇ ਪ੍ਰਸ਼ਾਸਨ ਨੂੰ ਸਵਾਲ ਕੀਤੇ ਨੇ ਅਸੀਂ ਨੇ ਥੋੜੀ ਦੂਜੀ ਧਿਰ ਨੂੰ ਜਾ ਕੇ ਸਵਾਲ ਕੀਤੇ ਨੇ ਤੁਹਾਨੂੰ ਸਵਾਲ ਕੀਤੇ ਨੇ ਸਾਡਾ ਤਾਂ ਕੋਈ ਰੌਲਾ ਨਹੀਂ ਸੀ ਅਸੀਂ ਤਾਂ ਵਿੱਚੋਂ ਸੁੱਤੋ ਰੁਪਈਆ ਲਿਆ ਨਹੀਂ ਔਰ ਕੋਈ ਹਸਾਬਤ ਕਰ ਦੋਗੇ ਕਿ ਮੇਰੇ ਤੋਂ ਸੰਸਾਰ ਦੀ ਪੋਣਾ ਦੇ ਰੁਪਈਆ ਲਿਆ ਜਾਂ ਰਾਜਦੀਪ ਨੇ ਰੁਪਈਆ ਲਿਆ ਥੋੜੀ ਵੀ ਗਰੰਟੀ ਚੱਕ ਸਕਦਾ ਮੈਂ ਠੋਕ ਕੇ ਚੱਕ ਦਾਂ ਕਰ ਦੋਗੇ ਹਸਾਬਤ ਕੋਈ ਬਿਲਕੁਲ ਨਹੀਂ ਉਹ ਲੋਕ ਜਦੋਂ ਕਹਿ ਦਿੰਦੇ ਨੇ ਪਹਿਲਾਂ ਤਾਂ ਕਹਿੰਦੇ ਨੇ ਭਾਜੀ ਤੁਸੀਂ ਉਹ ਸਭ ਕੁਝ ਤੇ ਉਹਦੇ ਬਾਅਦ ਚ ਕਹਿੰਦੇ ਨੇ ਤੁਸੀਂ ਕੌਣ ਹੋ ਭਾਜੀ ਪਹਿਲਾਂ ਤਾਂ ਕਮੈਂਟਾਂ ਚ ਪੂਰੀ ਵਾਹ ਵਾਹ ਕਰਾਂ ਤੇ ਤੇਰੇ ਵਰਗਾ ਕੋਈ ਨਹੀਂ ਲੋਕਾਂ ਦੇ ਹਿਸਾਬ ਦੇ ਨਾਲ ਪੱਤਰਕਾਰੀ ਨਹੀਂ ਹੁੰਦੀ ਬਾਈ ਅਸੀਂ ਪੱਤਰਕਾਰੀ ਕਰਨੀਆਂ ਪੰਜਾਬ ਦੀ ਗੱਲ ਕਰਨੀਆਂ ਮੈਂ ਹਮੇਸ਼ਾ ਕਹਣਾ ਹੁੰਨਾ ਅਸੀਂ ਨਿਰਪੱਖ মিডিਆ ਨਹੀਂ ਆ ਮੈਂ ਆਪਣੇ ਆਪ ਨੂੰ ਕਦੇ ਨਿਰਪੱਖ ਨਹੀਂ ਗਿਣਿਆ ਮੰਨੂ ਜਿਹੜੇ ਕਹਿੰਦੇ ਨੇ ਨਾ ਤੂੰ ਵਿਕੇ ਆ ਮੈਂ ਠੋਕ ਕੇ ਕਹਿੰਦਾ ਮੈਂ ਵਿਕੇ ਆ ਹੂੰ ਮੈਂ ਆਪਣੇ ਪੰਜਾਬ ਲਈ ਬਿਕਿਆ ਵਾ ਹੂੰ ਪੰਜਾਬ ਦੀ ਗੱਲ ਕਰਾਂਗੇ ਜੇ ਉੱਪਰਲੇਆਂ ਕੋਲ ਦਿੱਲੀ ਵਾਲਿਆਂ ਕੋਲ ਗੋਦੀ ਮੀਡੀਆ ਤਾਂ ਸਾਡੇ ਪੰਜਾਬ ਕੋਲ ਅਸੀਂ ਬੈਠੇ ਹਾਂ ਹੂੰ ਜੇ ਸਾਡੇ ਪੰਜਾਬ ਦੇ ਵਿੱਚ ਚਲੋ ਸਰਕਾਰਾਂ ਤੋਂ ਨਹੀਂ ਅਸੀਂ ਹਨਾ ਉਹ ਕਰਾਂਗੇ ਕਿ ਅਸੀਂ ਸਰਕਾਰਾਂ ਦੀ ਜਾਇ ਜੈ ਨਾ ਮੁੱਖ ਮੰਤਰੀ ਸਾਹਿਬ ਨੂੰ ਵੀ ਸਵਾਲ ਹੋਣਗੇ ਸਾਰੇ ਮਨਿਸਟਰਾਂ ਨੂੰ ਸਵਾਲ ਹੋਣਗੇ ਚਿੱਟੇ ਦੇ ਮੁੱਦੇ ਤੇ ਸਵਾਲ ਹੋਣਗੇ ਬੇਰਜ਼ਗਾਰੀ ਦੇ ਮੁੱਦੇ ਤੇ ਸਵਾਲ ਹੋਣਗੇ ਵਿਦੇਸ਼ ਜਾਣ ਦੇ ਮੁੱਦਿਆਂ ਤੇ ਸਵਾਲ ਹੋਣਗੇ ਪਰ ਜੇ ਗੱਲ ਪੰਜਾਬ ਤੇ ਦਿੱਲੀ ਦੀ ਹੋਏ ਕਿ ਠੋਕ ਕੇ ਪੰਜਾਬ ਦੇ ਨਾਲ ਖੜਾਂਗੇ ਹੂੰ ਜਾਹਿਲ ਸੀਐਮ ਸਾਹਿਬ ਦੇ ਨਾਲ ਹੀ ਕਾੜਨ ਦੀ ਗੱਲ ਕੀ ਨਾ ਹੋਵੇ ਹਮ ਨਹੀਂ ਹੈਗੇ ਅਸੀਂ ਨਿਰਪੱਖ ਹਮ ਅਸੀਂ ਪੰਜਾਬ ਪੱਖੀ ਹਮ ਸਾਡਾ ਫਰਜ਼ ਬਣਦਾ ਯਾਰ ਸਾਨੂੰ ਪੰਜਾਬ ਨੇ ਇੰਨਾ ਕੁਝ ਦੇਤਾ ਸਾਨੂੰ ਸੁਣਨੇ ਵਾਲੇ ਸਾਨੂੰ ਕਿਹੜਾ ਮਹਾਰਾਸ਼ਟਰ ਤੋਂ ਆਉਂਦੇ ਨੇ ਬਾਈ ਹਮ ਸਾਨੂੰ ਸੁਣਨੇ ਵਾਲੇ ਵੀ ਲੋਕ ਨੇ ਜਿਹੜੇ ਉਹ ਪੰਜਾਬੀਓ ਨੇ ਹਮ ਅਸੀਂ ਉਹਨਾਂ ਲੋਕਾਂ ਦੀਆਂ ਮੁਸ਼ਕਲਾਂ ਜੇ ਦੱਸਦੇ ਆ ਜੀ ਉਹਨੂੰ ਤੁਸੀਂ ਬੁਕਾਉ ਕਹਿੰਦੇ ਹੋ ਸਾਨੂੰ ਮਾਣ ਆ ਐਸੇ ਬੁਕਾਉ ਹੋਣ ਤੇ ਹਮ ਅਜਾ ਸੰਸਾਰ ਹੋਰ ਜੇਕਰ ਗੱਲ ਕਰੀ ਅੱਜ ਮਾਲਕ ਨੇ ਸੋਣੀ ਰੈਪਿਊਟੇਸ਼ਨ ਬਖਸ਼ੀ ਆ ਨਾ ਸਾਰਾ ਕੁਝ ਵਧੀਆ ਹੈਗਾ ਇੱਜ਼ਤ ਵੀ ਹੈ ਮਾਨ ਸਨਮਾਨ ਹੁੰਦਾ ਅੱਜ ਉਹ ਪੁਰਾਣੇ ਦਿਨ ਯਾਦ ਆ ਕੇ ਆਉਂਦੇ ਆ ਕਦੇ ਸੋਚਿਆ ਵੀਰ ਕਦੇ ਉਹ ਦਿਨ ਹੁੰਦੇ ਸੀ ਕਿ ਅੱਜ ਆ ਵੀ ਤੀ ਮੈਂ ਨਾ ਅਕਸਰ ਮੈਂ ਜਦੋਂ ਪਿੰਡ ਜਾਂਦਾ ਤਾਂ ਆਪਣੀ ਮਾਤਾ ਨਾਲ ਮੈਂ ਜ਼ਰੂਰ ਗੱਲ ਕਰਦਾ ਹੁੰਦਾ ਬੈਠੇ ਬੈਸੇ ਬੈਠੇ ਜਦੋਂ ਕਿਸੇ ਚੰਗੇ ادارے ਚ ਆਫਰ ਆਉਂਦੀ ਆ ਸੰਸਾਰ ਦੀ ਪਾ ਇੱਥੇ ਸਾਡੇ ਨਾਲ ਕੰਮ ਕਰੋ ਜਾਂ ਕੋਈ ਮੱਕੜ ਬਾਈ ਵਰਗਾ ਥਲੀ ਬਾਈ ਵਰਗਾ ਕੋਈ ਐਪਰੀਸ਼ੀਏਟ ਕਰਦਾ ਥਲੀ ਬਾਈ ਫੋਨ ਕਰਕੇ ਵੀ ਅਕਸਰ ਗਲਤੀਆਂ ਵੀ ਦੱਸਦੇ ਨੇ ਐਪਰੀਸ਼ੀਏਟ ਵੀ ਕਰਦੇ ਨੇ ਹਨਾ ਤਾਂ ਉਹ ਜਦੋਂ ਮੱਕੜ ਬਾਈ ਵਰਗਾ ਜਾਂ ਹੋਰ ਕੋਈ ਵੀ ਐਪਰੀਸ਼ੀਏਟ ਕਰਦਾ ਮੇਰਾ ਸੀਨੀਅਰ ਐਪਰੀਸ਼ੀਏਟ ਕਰਦਾ ਤਾਂ ਇੱਕ ਹਾਸਾ ਜਾ ਆਉਂਦਾ ਯਾਰ ਮੈਨੂੰ ਕਿ ਯਾਰ ਕਿਤੇ ਉਹ ਟਾਈਮ ਸੀ ਜਦੋਂ ਮੈਂ ਇੱਕ ਮੋਬਾਈਲ ਚੱਕ ਕੇ ਮੈਨੂੰ ਕੈਮਰਾਮੈਨ ਮਨੀ ਸੀ ਮਿਲਦਾ ਹੁੰਦਾ ਮੈਂ ਮੰਤਾਂ ਕਰਕੇ ਮੋਬਾਈਲ ਫੜਨ ਨੂੰ ਬੰਦਾ ਲੈ ਕੇ ਜਾਂਦਾ ਹੁੰਦਾ ਸੀ ਇੱਕ ਕੇ ਟਾਈਮ ਆ ਕਿ ਇੱਕ ਜਿਹਨਾਂ ਨੇ ਆਪਣਾ ਬ੍ਰਾਂਡ ਸਥਾਪਿਤ ਕੀਤਾ ਹੋਇਆ ਮੀਡੀਆ ਲਾਈਨ ਦੇ ਵਿੱਚ ਉਹ ਯਾਰ ਐਪਰੀਸ਼ੀਏਟ ਕਰਦੇ ਨੇ ਯਾਰ ਕਿੱਥੇ ਪਹੁੰਚ ਗਏ ਯਾਰ ਅਸੀਂ ਫਿਰ ਇੱਕ ਪ੍ਰੈਸ਼ਰ ਵੀ ਹੁੰਦਾ ਕਿ ਹਾਂ ਜੇ ਉਹਨਾਂ ਨੂੰ ਮੇਰੇ ਵਿੱਚ ਕੁਝ ਚੰਗੀ ਕੁਆਲਿਟੀ ਲੱਗੀ ਆ ਹੈਨਾ ਤਾਂ ਫਿਰ ਇਹ ਜਿਹੜਾ ਉਹਨਾਂ ਦਾ ਯਕੀਨ ਹੈ ਇਹ ਵੀ ਬਾਈ ਬਰਕਰਾਰ ਰੱਖਣਾ ਜੇ ਲੋਕ ਸਾਨੂੰ ਸੁਣਦੇ ਨੇ ਲੋਕ ਸੰਸਾਰਦੀਪ ਨੂੰ ਸੁਣਦੇ ਨੇ ਲੋਕ ਜੇ ਰਾਜਦੀਪ ਨੂੰ ਸੁਣਦੇ ਨੇ ਤਾਂ ਕਿਸੇ ਯਕੀਨ ਦੇ ਨਾਲ ਹੀ ਸੁਣਦੇ ਨੇ ਕਿ ਸਾਨੂੰ ਕੋਈ ਚੰਗਾ ਦਏਗਾ ਹੂੰ ਉਹ ਲੋਕਾਂ ਦੇ ਛੇਤਰਾਂ ਦਾ ਵੀ ਡਾਰਾ ਵੀ ਕਿਤੇ ਭਾਈ ਇਹ ਮਣੀ ਮੋਟੀ ਵੀ ਗਲਤੀ ਹੋ ਗਈ ਤਾਂ ਇਹ ਫੁੱਲਾਂ ਦੇ ਹਾਰ ਲਈ ਤਿਆਰ ਬੈਠੇ ਨੇ ਇੱਕ ਮਿੰਟ ਚ ਟੈਗ ਦੇ ਦਿੰਦੇ ਨੇ ਇਹਨਾਂ ਨੇ ਜਦ ਇਹ ਟੈਗ ਦੇ ਦੇਣਾ ਤੂੰ ਗਦਾਰ ਆ ਭਾਈ ਤੂੰ ਪੰਜਾਬ ਦੇ ਹੱਕ 'ਚ ਨਹੀਂ ਖੜਿਆ ਹਾਂ ਗਦਾਰ ਉਹ ਦਿਨ ਸਾਨੂੰ ਕਹਦੇ ਉਹ ਵਿਕੇ ਹੋਏ ਸਾਨੂੰ ਉਹ ਦਿਨ ਲੋਕੋ ਕਹਦੇ ਉਹ ਪੰਜਾਬੀ ਉਹ ਦਿਨ ਕਹਦੇ ਜਿੱਦਣ ਅਸੀਂ ਪੰਜਾਬ ਦੇ ਹੱਕ 'ਚ ਨਾ ਖੜੇ ਹੂੰ ਜੇ ਪੰਜਾਬ ਦੇ ਵਿੱਚ ਚਿੱਟੇ ਦੀ ਸਮੱਸਿਆ ਹੈਗੀ ਆ ਤਾਂ ਅਸੀਂ ਤੁਸੀਂ ਰਾਜਦੀਪ ਜਦੋਂ ਅੱਜ ਆਫਿਸ ਆਏ ਹੋ ਤਾਂ ਬਾਬਾ ਨਦਾਨ ਸਿੰਘ ਪੰਜ ਹੱਥਾ ਦੀ ਵੀਡੀਓ ਐਡਿਟ ਹੋਈ ਜਾਂਦੀ ਸੀ ਹੂੰ ਜੇ ਅਸੀਂ ਚਿੱਟੇ ਦੀ ਵੀਡੀਓ ਆਪਣੇ ਚੈਨਲ ਤੇ ਪੋਸਟ ਕਰਦੇ ਆ ਤਾਂ ਸਾਡੇ ਉਹ ਸੂਰਮਿਆਂ ਦੀਆਂ ਵੀਡੀਓ ਵੀ ਸਾਡੇ ਚੈਨਲ ਤੇ ਪੋਸਟ ਹੋਣਗੀਆਂ ਹੂੰ ਬਿਲਕੁਲ ਜਿੱਥੇ ਐਪਰੀਸ਼ੀਏਟ ਪੰਜਾਬ ਨੂੰ ਗੱਲ ਕਰਨ ਦੀ ਹੋਊਗੀ ਤਾਂ ਉਹ ਕਰਾਂਗੇ ਜਿੱਥੇ ਪੰਜਾਬ ਦੀ ਕਮੀ ਦੱਸਣ ਦੀ ਗੱਲ ਹੋਊਗੀ ਤਾਂ ਸਾਡੇ ਪੰਜਾਬ ਦੀ ਅਸੀਂ ਕਮੀ ਵੀ ਦੱਸਾਂਗੇ ਪੰਜਾਬ ਸਿਆਂ ਤੈਨੂੰ ਖਾਣ ਵਾਲੀਆਂ ਜੋਕਾਂ ਤਰੇ ਵਿੱਚ ਬੈਠੀਆਂ ਬਿਲਕੁਲ ਜਿਸ ਸੰਸਾਰ ਜਿਵੇਂ ਕਮੈਂਟ ਬਾਜੀ ਬਹੁਤ ਹੁੰਦੀਆਂ ਨੇ ਅੱਜ ਕੱਲ ਜੇਕਰ ਸੋਸ਼ਲ ਮੀਡੀਆ ਦੇ ਵਿੱਚ ਯਾਨੀ ਤੁਸੀਂ ਚੰਗਾ ਕਰ ਲੋ ਦੂਜੇ ਦੀ ਬਖਸ਼ ਦੇ ਲੋਕ ਕਿਸੇ ਪਾਸੇ ਨਹੀਂ ਛੱਡਦੇ ਜਿਵੇਂ ਹਨਾ ਹਾਂ ਉਹੀ ਗੱਲ ਆ ਗਈ ਨਾ ਕਿ ਅਸੀਂ ਪੱਤਰਕਾਰੀ ਕਰਦੇ ਹਾਂ ਤਾਂ ਮਾਵਾ ਭੈਣਾਂ ਨੂੰ ਵੀ ਚੱਕ ਪਰਿਵਾਰ ਤੱਕ ਵਿੱਚ ਲੈ ਆਉਂਦੇ ਆ ਬਾਈ ਤਾਂ ਮਕੀ ਆਉਂਦੀਆਂ ਨੇ ਹੂੰ ਉਹਨੂੰ ਕੀ ਦੱਸੀ ਅਸੀਂ ਲੋਕਾਂ ਨੂੰ ਕੀ ਦੱਸੀਏ ਹੁਣ ਸਾਡਾ ਪਰਿਵਾਰ ਵੀ ਇਹ ਵੀਡੀਓ ਦੇਖੇਗਾ ਯਾਰ ਹੁਣ ਲੋਕਾਂ ਨੂੰ ਕੀ ਦੱਸੀਏ ਤਾਂ ਕਿੰਵੇਂ ਵੀ ਆਉਂਦੀਆਂ ਨੇ ਹੂੰ ਤੁਸੀਂ ਇੱਕ ਪੋਲੀਟੀਕਲ ਪਾਰਟੀ ਦੀ حق ਦੀ ਗੱਲ ਕਰਤੀ ਤਾਂ ਉਹਦੇ ਵਿਰੋਧੀ ਥੋੜੀ ਥੋੜੀ ماں ਦੀ ਥੋੜੀ ਭੈਣ ਦੀ ਕਰਨਗੇ ਜੇ ਉਹਦੇ ਵਿਰੋਧ ਦੀ ਗੱਲ ਕਰਤੀ ਤਾਂ ਉਹ ਦੂਜੇ ਕਰਨਗੇ ਉਹੀ ਗੱਲ ਆ ਗਈ ਯਾਰ ਪੋਲੀਟੀਕਲ ਪਾਰਟੀਆਂ ਨਾਲ ਸਾਡਾ ਕੋਈ ਵੈਰ ਵਿਰੋਧ ਨਹੀਂ ਆਮ ਆਦਮੀ ਪਾਰਟੀ ਦੇ ਐਮ ਐਲ اے ਸਹਿਬਾਨਾਂ ਨਾਲ ਕਾਫੀ ਨਾਲ ਮੇਰਾ ਚੰਗਾ ਪਿਆਰ ਆ ਕਾਂਗਰਸ ਦੇ ਚੰਗੇ ਲੀਡਰਾਂ ਦੇ ਨਾਲ ਮੇਰਾ ਪਿਆਰ ਆ ਅਕਾਲੀ ਦਲ ਦੇ ਵਧੀਆ ਲੀਡਰਾਂ ਦੇ ਨਾਲ ਮੇਰਾ ਪਿਆਰ ਆ ਪਰ ਜਿੱਥੇ ਕ੍ਰਿਟਿਸਿਜ਼ਮ ਕਰਨ ਦੀ ਗੱਲ ਆਉਂਦੀ ਆ ਤਾਂ ਉਹਨਾਂ ਨੂੰ ਵੀ ਪਤਾ ਕਿ ਜੇ ਅਸੀਂ ਸੰਸਾਰ ਦੇ ਧੱਕੇ ਚੜਦੇ ਹਾਂ ਬਖਸ਼ਿਸ਼ਾ ਨਹੀਂ ਮੇਰਾ ਪਰਸਨਲ ਪਿਆਰ ਕਾਫੀ ਅਕਾਲੀ ਦਲ ਦੇ ਬਾਈ ਯੂਥ ਪ੍ਰਧਾਨ ਨੇ ਬਾਈ ਸਰਬਜੀ ਚੇਂਜਰ ਬੜਾ ਰਿਸਪੈਕਟ ਉਹਨਾਂ ਦਾ ਵੱਡੇ ਭਰਾਵਾਂ ਵਾਂਗ ਮਨੋਂ ਦੀ ਪਿਆਰ ਕਰਦਾ ਪਰ ਜਿੱਥੇ ਕ੍ਰਿਟਿਸਿਜ਼ਮ ਦੀ ਗੱਲ ਆਉਂਦੀ ਆ ਸਭ ਤੋਂ ਪਹਿਲਾਂ ਸਰਬਜੀ ਚੇਂਜਰ ਕੋਲ ਫੋਨ ਮੇਰਾ ਜਾਂਦਾ ਕਿ ਬਾਈ ਜੀ ਗੱਲ ਤੋਂ ਇੱਥੇ ਜੀ ਅਸੀਂ ਅਸੀਂ ਯਾਰ ਅਸੀਂ ਨੇ ਗੱਲ ਮੁੱਦਿਆਂ ਦੀ ਕਰਨੀ ਆ ਅਸੀਂ ਨੇ ਪੱਤਰਕਾਰੀ ਮੁੱਦਿਆਂ ਦੀ ਕਰਨੀ ਆ ਅਸੀਂ ਨੇ ਇਹ ਨਹੀਂ ਕਰਨਾ ਕਿ ਤੁਸੀਂ ਖੁਸ਼ ਕਰਨੇ ਨੇ ਤੁਸੀਂ ਤੁਸੀਂ ਸਾਨੂੰ ਗਾਲਾਂ ਕੱਢਦੇ ਹੋ ਤੁਸੀਂ ਸਾਡਾ ਵਿਰੋਧ ਕਰਦੇ ਹੋ ਇਹਦਾ ਮਤਲਬ ਅਸੀਂ ਸਹੀ ਲੈਣਦੇ ਹਾਂ ਹੂੰ ਤੁਹਾਡੇ ਦਰਦ ਤਾਂ ਹੋਇਆ ਨਾ ਬਿਲਕੁਲ ਦਰਦ ਤਾਂ ਹੋਇਆ ਕਿ ਹਾਂ ਯਾਰ ਵੀ ਬਾਕੀ ਵੀ ਇਹ ਮੁੱਦਾ ਇਹਨਾਂ ਨੇ ਛੇੜਿਆ ਵੀ ਸਾਨੂੰ ਦਰਦ ਹੋਇਆ ਹੂੰ ਜਿੱਦਣ ਪੰਜਾਬ ਵਿਰੋਧੀ ਹੋ ਕੇ ਖੜ ਗਏ ਲੋਕੋ ਗੋਲੀ ਥੋਡੀ ਛਾਤੀਆਂ ਸਾਡੀਆਂ ਮਾਰਦੇ ਹੋ ਹੂੰ ਗੱਲ ਪੰਜਾਬ ਦੀ ਕਰਾਂਗੇ ਹੂੰ ਤਾਂ ਬਹੁਤ-ਬਹੁਤ ਧੰਨਵਾਦ ਤੁਹਾਡਾ ਆਪਣਾ ਕੀਮਤੀ ਸਮਾਂ ਦਿੱਤਾ ਤਾਹਿਰ ਸੰਸਾਰਦੀਪ ਉਹ ਨੌਜਵਾਨ ਜਿਹਨੂੰ ਕਹਿੰਦੇ ਮੇਹਣੀ ਵਜੇ ਤੇ ਜਿਹਨੂੰ ਕਦੇ ਪਿੰਡ 'ਚ ਗੱਲਾਂ ਹੁੰਦੀਆਂ ਸੀ ਵੀ ਤੂੰ ਕੁਝ ਨਹੀਂ ਕਰ ਸਕਦਾ ਕੁਝ ਨਹੀਂ ਬਣ ਸਕਦਾ ਚਰਦਾਰ ਤੱਕ ਪਹਿਚਾਣੇ ਗਏ ਅੱਜ ਲੋਕ ਉਹੀ ਲੋਕ ਜਿਹੜੇ ਅੱਜ ਕਹਿੰਦੇ ਨੇ ਕਿ ਸਾਨੂੰ ਤਾਂ ਪਤਾ ਹੀ ਸੀ ਵੀ ਇਹਨੇ ਇੱਕ ਨਾ ਇੱਕ ਨਾ ਕੁਝ ਬਣ ਜਾਣਾ ਇਹੋ ਜੇ ਬਹੁਤ ਸਾਰੇ ਸਮਾਜ ਦੇ ਵਿੱਚ ਨੌਜਵਾਨ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੂੰ ਅਸੀਂ ਪ੍ਰੀ ਜੱਜ ਕਰ ਜਾਂਦੇ ਆ ਅੰਦਾਜ਼ੇ ਲਾ ਜਾਂਦੇ ਆ ਪਰ ਉਹਨੇ ਅੱਗੇ ਜਾ ਕੇ ਕੀ ਬਣ ਜਾਣਾ ਹੁੰਦਾ ਸਿਆਣਿਆਂ ਦੀ ਇੱਕ ਬੜੀ ਪੁਰਾਣੀ ਜੀ ਕਹਾਵਤ ਆ ਕਹਿੰਦੇ ਚੱਲਦਾ ਚੱਲਦਾ ਸਿੱਕਾ ਕਦੋਂ ਖੋਟਾ ਹੋ ਜਾਵੇ ਤੇ ਕਦੋਂ ਖੋਟੇ ਤੋਂ ਉਹ ਸਿੱਕਾ ਬਣ ਜਾਵੇ ਕੁਝ ਨਹੀਂ ਪਤਾ ਲੱਗਦਾ ਇਹ ਤਾਂ ਜ਼ਿੰਦਗੀ ਆ ਮਿੱਤਰਾ ਇਹ ਤਾਂ ਸਮਾਂ ਆਗਾ ਸਮਾਂ ਬਦਲਦਿਆਂ ਧੀਰ ਨਹੀਂ ਲੱਗਦੇ ਕਦੋਂ ਤੁੱਪ ਹੁੰਦੀ ਐ ਤੇ ਕਦੋਂ ਸ਼ਾਮ ਮਿੱਤਰਾ ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਬੇਹੱਦ ਪਸੰਦ ਆਇਆ ਹੋਵੇਗਾ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਸਾਂਝੀ ਜ਼ਰੂਰ ਕਰਿਓ ਤੇ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਵੀ ਕਰਦੇ ਹੋ ਧੰਨਵਾਦ